ਪਰਦੇਸੀ ਟੀਵੀ ਦੇਖਣ ਜਾ ਰਹੇ ਰੱਬ ਵਰਗੇ ਸਰੋਤਿਆਂ ਦਾ ਬਿਕਰਮਜੀਤ ਸਿੰਘ ਕਲੇਰ ਵੱਲੋਂ ਨਿੱਘਾ ਨਿੱਘਾ ਸਵਾਗਤ ਹੈ ਜੀ। ਮੇਰੇ ਵੱਲੋਂ ਦੋਨੋਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਸਤਿ ਸ਼੍ਰੀ ਅਕਾਲ। ਆਸ ਕਰਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਨਾਲ ਜੁੜ ਚੁੱਕੇ ਹਾਂ, ਕੋਸ਼ਿਸ਼ ਕਰਾਂਗੇ ਕਿ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ 'ਤੇ ਐਂਟਰਟੇਨ ਭਰਪੂਰ ਲੈ ਕੇ ਆਈਏ, ਨਾਲ ਨਾਲ ਇਨਫੋਰਮੇਸ਼ਨ ਲੈ ਕੇ ਆਈਏ ਅਤੇ ਪੰਜਾਬ ਦੀ ਸਿਆਸਤ ਵਿੱਚ ਕੀ ਹੋ ਰਿਹਾ, ਇੰਡੀਆ ਦੀ ਸਿਆਸਤ ਵਿੱਚ ਕੀ ਹੋ ਰਿਹਾ ਉਹਦੇ ਬਾਰੇ ਗੱਲਬਾਤ ਕਰੀਏ। ਨਾਲ ਦੀ ਨਾਲ ਮੇਰਾ ਸਾਥ ਦੇਣਗੇ ਦਲਜੀਤ ਸਿੰਘ ਅਜਨੋਹਾ। ਅੱਗੇ ਚੱਲ ਕੇ ਸਭ ਤੋਂ ਪਹਿਲਾਂ ਦੱਸ ਦਈ ਕਿ ਪ੍ਰੋਗਰਾਮ ਜਿਹੜਾ ਪਰਦੇਸੀ ਟੀਵੀ ਹੈ, ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਦੇਖਿਆ ਜਾ ਰਿਹਾ ਵੱਖ ਵੱਖ ਪ੍ਰੋਵਾਈਡਰਾਂ ਦੇ ਜ਼ਰੀਏ, ਨਿਊਜ਼ੀਲੈਂਡ ਤੋਂ ਲੈ ਕੇ ਆਸਟ੍ਰੇਲੀਆ ਤੱਕਰ ਹੁੰਦਾ ਹੋਇਆ, ਨੌਰਥ ਅਮੈਰੀਕਾ ਤੱਕਰ ਵੱਖ ਵੱਖ ਪ੍ਰੋਵਾਈਡਰਾਂ ਦੇ ਤੁਸੀਂ ਦੇਖ ਸਕਦੇ ਹੋ ਜੀ। ਆਈ ਪੀ ਟੀ ਵੀ ਦੇ ਬੋਕਸ ਦੇ ਉੱਤੇ ਦੇਖ ਸਕਦੇ ਹੋ ਜੀ, ਯੂਟਿਊਬ ਦੇ ਚੈਨਲ ਦੇ ਉੱਤੇ ਦੇਖ ਸਕਦੇ ਹੋ, ਜਾਂ ਫਿਰ ਫੇਸਬੁੱਕ ਦੇ ਉੱਤੇ ਜਾ ਕੇ ਪਰਦੇਸੀ ਟੀ ਵੀ ਪੇਜ ਨੂੰ ਲਾਈਕ ਕਰਕੇ ਪ੍ਰੋਗਰਾਮਾਂ ਦੇ ਨਾਲ ਜੁੜ ਸਕਦੇ ਹੁੰਦੇ। ਵੱਖ ਵੱਖ ਹੋਸਟ ਵੱਖ ਵੱਖ ਪ੍ਰੋਗਰਾਮ ਲੈ ਕੇ ਆਉਂਦੇ ਆ, ਤੁਸੀਂ ਜ਼ਰੂਰ ਆਨੰਦ ਮਾਣਿਆ ਕਰੋ ਪ੍ਰੋਗਰਾਮਾਂ ਦਾ। ਜੋ ਵੀ ਤੁਹਾਡੇ ਮਨ ਦੇ ਵਿੱਚ ਵਿਚਾਰ ਹੋਵੇ ਪ੍ਰੋਗਰਾਮ ਪ੍ਰਤੀ, ਜ਼ਰੂਰ ਕਾਲ ਕਰਕੇ ਆਪਣੇ ਸੁਝਾਅ ਦਿਆ ਕਰੋ। 6479331313 ਦੇ ਉੱਤੇ ਕਾਲ ਕੀਤੀ ਜਾ ਸਕਦੀ ਹੈ। ਇਸ ਪਰਦੇਸੀ ਟੀ ਵੀ ਦੀ ਇਸ ਮਹਿਫਲ ਦੇ ਵਿੱਚ ਮੁੱਦੇ ਵਤਨ ਦੇ ਜਿਹੜਾ ਸਨਿਚਰਵਾਰ ਸਵੇਰ ਨੂੰ ਟੋਰਾਂਟੋ ਟਾਈਮ 9:30 ਤੋਂ ਲੈ ਕੇ 11 ਵਜੇ ਤੱਕ ਪੇਸ਼ ਕੀਤਾ ਜਾਂਦਾ ਹੈ, ਤੁਸੀਂ ਜ਼ਰੂਰ ਜੁੜਿਆ ਕਰੋ। ਧੰਨਵਾਦ ਹੈ ਤੁਸੀਂ ਜੁੜਦੇ ਵੀ ਹੋ ਅਤੇ ਕਾਲਾਂ ਵੀ ਸਾਨੂੰ ਵੀਕ ਦੇ ਵਿੱਚ ਕਰਦੇ ਹੋ, ਆਪਣੇ ਸੁਝਾਅ ਦਿੰਦੇ ਹਾਂ। ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਜੀ, ਤੁਸੀਂ ਪ੍ਰੋਗਰਾਮ ਦੇ ਨਾਲ ਜੁੜਦੇ ਹੋ ਜੀ। ਲਓ ਜੀ ਜੁੜਦੇ ਹਾਂ ਪੰਜਾਬ। ਉਸ ਤੋਂ ਪਹਿਲਾਂ ਦੱਸ ਦਈਏ ਕਿ ਪਰਦੇਸੀ ਟੀ ਵੀ ਦੇ ਇਸ ਮਹਿਫਲ ਦੇ ਵਿੱਚ ਮੇਰਾ ਸਾਥ ਦੇਣਗੇ ਦਲਜੀਤ ਸਿੰਘ ਅਜਨੋਹਾ। ਦਲਜੀਤ ਸਿੰਘ ਅਜਨੋਹੇ ਗੱਲਬਾਤ ਕਰਨ ਤੋਂ ਪਹਿਲਾਂ ਦੱਸ ਦਈਏ ਕਿ ਆਉਣ ਵਾਲੇ ਸ਼ਨਿਚਰਵਾਰ ਨੂੰ ਪਰਦੇਸੀ ਟੀ ਵੀ ਦੀ ਮਹਿਫਲ ਦੇ ਵੱਲੋਂ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਜੀ, ਆਓ ਗਾਏ ਬੋਲੀਵੁੱਡ। ਜ਼ਰੂਰ ਪ੍ਰੋਗਰਾਮ ਦੇ ਨਾਲ ਆਨੰਦ ਮਾਨਣਾ, ਪ੍ਰੋਗਰਾਮ ਦਾ ਜਾਣਾ ਜੀ। ਉੱਥੇ ਜ਼ਿਆਦਾ ਜਾਣਕਾਰੀ ਦੇ ਲਈ ਸਟੂਡੀਓ ਦੇ ਵਿੱਚ ਕਾਲ ਕੀਤੀ ਜਾ ਸਕਦੀ, 6479933131313 ਦੇ ਉੱਤੇ ਕਾਲ ਕਰਕੇ ਜ਼ਿਆਦਾ ਜਾਣਕਾਰੀ ਲਈ ਜਾ ਸਕਦੀ ਹੈ। ਲਓ ਜੀ ਜੁੜਦੇ ਹਾਂ ਜੀ ਪੰਜਾਬ ਇੰਡੀਆ। ਦਲਜੀਤ ਸਿੰਘ ਅਜਨੋਹਾ ਸਾਹਿਬ, ਸਵਾਗਤ ਹੈ ਜੀ ਪਰਦੇਸੀ ਟੀਵੀ ਦੀ ਇਸ ਮਹਿਫਲ ਦੇ ਵਿੱਚ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਪਰਦੇਸੀ ਟੀਵੀ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ, ਅਤੇ ਨਾਲ ਦੇ ਨਾਲ ਸ਼੍ਰੀ ਗੁਰੂ ਗੋਬਿੰਦ ਆਪਣਾ ਗੁਰਨਾਮ ਸਾਹਿਬ ਦੇ ਜਿਹੜੇ ਗੁਰੂ ਗੋਬਿੰਦ ਸਿੰਘ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਅੱਜ ਬਹੁਤ ਹਰਸ਼ੋ ਉਲਾਸ ਨਾਲ ਮਨਾਇਆ ਜਾਂਦਾ। ਅੱਜ ਵੀ ਨਗਰ ਕੀਰਤਨ ਨਾਲ ਥਾਂ ਤਾਂ ਦੀਵਾਨ ਸਜਾਏ ਗਏ ਨਗਰ ਕੀਰਤਨ ਸਾਹਿਬ, ਉਹਨਾਂ ਦੇ ਵੀ ਮੇਰੇ ਵੱਲੋਂ ਪਰਦੇਸੀ ਟੀਵੀ ਦੇ ਸਮੂਹ ਦਰਸ਼ਕਾਂ ਨੂੰ ਲੱਖ ਲੱਖ ਵਧਾਈ ਜੀ, ਅਤੇ ਕੋਸ਼ਿਸ਼ ਕਰਾਂਗੇ ਜਿਹੜਾ ਮੁੱਦੇ ਵਤਨ ਦੇ ਪ੍ਰੋਗਰਾਮ ਦਾ ਜਿਹੜਾ ਪਰਦੇਸੀ ਟੀਵੀ ਵੱਲੋਂ ਹਰ ਹਫ਼ਤੇ ਕੀਤਾ ਜਾਂਦਾ, ਉਹਦੇ ਵਿੱਚ ਆਪਾਂ ਪੰਜਾਬ ਦੀ ਸਿਆਸਤ, ਪੰਜਾਬ ਦੇ ਧਰਮ ਦੇ ਕੰਮ ਜਾਂ ਜਿਹੜੇ ਇਹਦਾ ਧਰਮ ਦੇ ਕੰਮ 'ਤੇ ਇੱਕ ਲੋਕ ਸਿਆਸਤ ਕਰਦੇ ਆ ਉਹਨਾਂ ਬਾਰੇ ਵਿਚਾਰ ਵਟਾਂਦਰਾ ਕਰੀਏ ਪਰਦੇਸੀ ਟੀਵੀ ਦੇ ਦਰਸ਼ਕਾਂ ਦੇ ਨਾਲ, ਆਪਣੇ ਵਿਚਾਰਾਂ ਦੇ ਨਾਲ ਉਹਨਾਂ ਨੂੰ ਇੱਥੋਂ ਜਾਣਕਾਰੀ ਪ੍ਰਦਾਨ ਕਰੀਏ ਜੀ। ਬਿਲਕੁਲ ਅਜਨੋਹਾ ਸਾਹਿਬ, ਇੱਕ ਵਾਰ ਮੇਰੇ ਵੱਲੋਂ ਵੀ ਪਰਦੇਸੀ ਟੀ ਵੀ ਦੀ ਪੂਰੀ ਟੀਮ ਵੱਲੋਂ, ਜਿੰਨੇ ਵੀ ਪਰਦੇਸੀ ਟੀ ਵੀ ਦੇ ਸਰੋਤੇ ਆ, ਵਿਊਅਰ ਆ, ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਵੱਸਦੇ ਆ, ਜਿੰਨੇ ਵੀ ਨਾਨਕ ਨਾਮ ਲੇਵਾ ਦੁਨੀਆ ਦੇ ਵਿੱਚ ਵੱਸਦੇ ਆ, ਸਾਰਿਆਂ ਨੂੰ ਇੱਕ ਵਾਰ ਦਸਮ ਪਿਤਾ ਦਸਮ ਗੁਰੂ ਨਾਨਕ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਵਸ ਦੀ ਲੱਖ ਲੱਖ ਮੁਬਾਰਕ ਆ ਜੀ। ਨਾਲ ਦੀ ਨਾਲ ਲੋਹੜੀ ਦਾ ਵੀ ਤਿਉਹਾਰ ਆ ਰਿਹਾ ਜੀ, ਉਹਦੇ ਉੱਤੇ ਉਹਦੇ ਵੀ ਆਪ ਸਭ ਨੂੰ ਮੁਬਾਰਕਾਂ ਜੀ। ਅਜਨੋਹਾ ਸਾਹਿਬ ਤੁਹਾਨੂੰ ਵੀ ਇੱਕ ਵਾਰ ਫਿਰ ਲੋਹੜੀ ਦੀਆਂ ਅਤੇ ਪ੍ਰਕਾਸ਼ ਉਤਸਵ ਦੀਆਂ ਮੁਬਾਰਕਾਂ ਜੀ। ਜੀ ਬਿਲਕੁਲ ਜੀ ਬਿਲਕੁਲ, ਮੇਰੇ ਵੱਲੋਂ ਵੀ ਸਮੂਹ ਦਰਸ਼ਕਾਂ ਨੂੰ ਪਰਦੇਸੀ ਟੀ ਵੀ ਦੇ ਵੱਲੋਂ ਲੋਹੜੀ ਦੀਆਂ ਵੀ ਮੁਬਾਰਕਾਂ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਅਜਨੋਹਾ ਸਾਹਿਬ, ਆਪਾਂ ਪੰਜਾਬ ਦੀ ਇਸ ਵੇਲੇ ਸਿਆਸਤ ਪੂਰੀ ਮਗੀ ਹੋਈ ਆ ਜੀ, ਚਾਹੇ ਪੰਜਾਬ ਦੀ ਲੈ ਲਓ ਚਾਹੇ ਇੰਡੀਆ ਦੀ ਲੈ ਲਓ, ਕਿਉਂਕਿ ਪੰਜਾਬ ਦੇ ਵਿੱਚ ਖੁੰਬਾਂ ਵਾਂਗੂ ਉੱਭਰ ਰਹੀਆਂ ਪਾਰਟੀਆਂ ਜਿਹੜੀਆਂ ਕਿ ਪਾਰਟੀਆਂ ਵੱਲੋਂ ਨਿਕਲ ਕੇ ਆਪਣਾ ਦਲ ਬਣਾਉਂਦੇ ਆ, ਕੋਈ ਪਾਰਟੀ ਬਣਾ ਰਹੀ ਆ, ਦਿਨੋਂ ਦਿਨ 2-4 ਪਾਰਟੀਆਂ ਹੋਣ ਦੇ ਵਿੱਚ ਆ ਰਹੀਆਂ। ਇਹ ਤਾਂ ਪੰਜਾਬ ਦੇ ਲੋਕਾਂ ਨੇ ਉਹਨਾਂ ਦੀ ਕਿਸਮਤ ਜਮਾਈ ਕਰਨੀ, ਕਿੰਨੀ ਕੁ ਲੋਕ ਪੰਜਾਬ ਦੀ ਚੋਣ ਮੈਦਾਨ ਦੇ ਵਿੱਚ ਟਿਕ ਸਕਣਗੀਆਂ, ਕਿੰਨੀਆਂ ਕੁ ਪਾਰਟੀਆਂ, ਕਿੰਨੀਆਂ ਕੁ ਪਾਰਟੀਆਂ ਪਹਿਲੀਆਂ ਵਾਂਗੂ ਜਦੋਂ ਮਨਪ੍ਰੀਤ ਬਾਦਲ ਹੋਣੀ ਪਾਰਟੀ ਬਣਾਈ ਸੀ, ਕੁਝ ਕੁ ਦਿਨਾਂ ਬਾਅਦ ਉਹ ਇੱਕ ਤਰ੍ਹਾਂ ਦੀ ਛਪਨ ਹੋ ਗਈ, ਮੁੜ ਕੇ ਕਾਂਗਰਸ ਦੇ ਵਿੱਚ ਕੁਛ ਕੁ ਲੀਡਰ ਰਲ ਗਏ, ਕੁਛ ਕੁ ਆਮ ਆਦਮੀ ਪਾਰਟੀ ਦੇ ਵਿੱਚ ਅੱਗੇ, ਆਪ ਸਭ ਨੂੰ ਪਤਾ ਹੈ ਜੀ, ਉਹਦੇ ਉੱਤੇ ਆਪਾਂ ਜ਼ਰੂਰ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਕਿਉਂਕਿ ਆਹ ਜਿਹੜਾ ਟਾਈਮ ਹੈ ਇਸ ਵੇਲੇ, ਲੋਕ NRI ਵੀਰ ਸਾਡੇ ਇੰਡੀਆ ਦਾ ਗੇੜਾ ਲਾਉਂਦੇ ਆ, ਪੰਜਾਬ ਦਾ ਗੇੜਾ ਲਾਉਂਦੇ, ਮੌਸਮ ਬਾਰੇ ਮੈਂ ਜਾਣਨਾ ਚਾਹੂੰਗਾ, ਪੰਜਾਬ ਦਾ ਮੌਸਮ ਕਿਹੋ ਜਿਹਾ ਹੈ? ਹਾਂਜੀ ਬਿਕਰਮ ਜੀ, ਪੰਜਾਬ ਦਾ ਮੌਸਮ ਇਸ ਵੇਲੇ ਬਿਲਕੁਲ ਬਹੁਤ ਵਧੀਆ ਆ, ਸਰਦ ਰੁੱਤ ਪੂਰੀ ਜੋਬਨ 'ਤੇ ਆ। ਪਿਛਲੇ ਹਫ਼ਤੇ ਇੱਦਾਂ ਬਸ ਇੰਨਾ ਜ਼ਰੂਰ ਆ ਵੀ ਥੋੜ੍ਹਾ ਜਿਹਾ ਮੀਂਹ ਪਿਆ, ਜਿਵੇਂ ਅਸੀਂ ਪੰਜਾਬ ਦੀ ਗੱਲ ਕਰਦੇ ਵੀ ਸੁੱਕੀ ਠੰਡ ਪੈਂਦੀ ਆ, ਹਾਲੇ ਸੁੱਕੀ ਪੈਂਦੀ ਆ, ਥੋੜ੍ਹੀ ਜਿਹੀ ਕਿਣਮਣ ਹੋਈ ਸੀ, ਉਹਦੇ ਨਾਲ ਕੋਈ ਰਾਹਤ ਨਹੀਂ ਮਿਲੀ, ਪਰ ਜਿਹੜੇ ਤੁਹਾਡੇ ਆਪਣੇ ਵਿਦੇਸ਼ਾਂ ਤੋਂ ਲੋਕ ਆਉਂਦੇ ਆ ਪੂਰੀ ਤਰ੍ਹਾਂ ਇਸ ਮੌਸਮ ਨੂੰ ਇੰਜੋਏ ਕਰਦੇ ਆ।
ਇੱਕ ਹੋਰ ਮੈਂ ਤੁਸੀਂ ਗੱਲ ਬਹੁਤ ਵਧੀਆ ਕੀਤੀ ਸ਼ੁਰੂ 'ਚ ਹੀ, ਮੈਨੂੰ ਇੱਕ ਬਿਕਰਮ ਸਰ ਇਹ ਵੀ ਪਤਾ ਲੱਗਾ ਵੀ ਜਿਹੜੇ ਪਰਦੇਸੀ ਪ੍ਰਦੇਸ਼ਾਂ ਤੋਂ ਤੁਹਾਡੇ ਸਾਡੇ ਇੱਥੇ ਪਿੰਡਾਂ ਵਿੱਚ ਆਉਂਦੇ ਸੀਗੇ, ਮੈਂ ਤੁਹਾਡੇ ਵੀ ਨੋਟਿਸ ਲਿਆ ਦਿਆਂ ਪਰਦੇਸੀ ਟੀ ਵੀ ਦੇ ਦਰਸ਼ਕਾਂ ਦੇ, ਮੇਰੇ ਖਿਆਲ ਹੋ ਸਕਦਾ ਹੋਰ ਵੀ ਤੁਹਾਡੇ ਵਰਗੇ ਸੱਜਣ ਵੀ ਇੱਥੇ ਪੰਜਾਬ 'ਚ ਆਉਂਦੇ ਹੋਣਗੇ ਆਪਣੇ ਛੁੱਟੀਆਂ ਦੇ ਕਾਰਨ, ਪਰ ਬਹੁਤੇ ਲੋਕਾਂ ਦਾ ਪਿਛਲੇ 5-7 ਦਿਨ ਤੋਂ ਪਤਾ ਲੱਗਾ ਹੈ ਵੀ ਜਿਹੜੇ ਆਉਂਦੇ ਤਾਂ ਜ਼ਰੂਰ ਆਪਣੇ ਪਿੰਡ 'ਚ ਆਪਣੇ ਪਿੰਡ 'ਚ ਆਉਂਦੇ ਆ, ਪਰ ਪਿੰਡਾਂ ਦੇ ਵਿੱਚ ਸ਼ਹਿਰਾਂ 'ਚ ਇੱਕ ਇਹੋ ਜਿਹੇ ਹੋਟਲ ਜਾਂ ਇਹੋ ਜਿਹੀਆਂ ਚੀਜ਼ਾਂ ਬਣ ਗਈਆਂ, ਉਹ ਪਿੰਡ ਦੇ ਨਾਂ 'ਤੇ ਨਹੀਂ ਆਉਂਦੇ, ਹੋਟਲਾਂ 'ਚ ਆਉਂਦੇ, ਹੋਟਲਾਂ 'ਚੋਂ ਛੁੱਟੀ ਕੱਟ ਕੇ ਚਲੇ ਜਾਂਦੇ ਆ, ਪਿੰਡ ਦੇ ਵਿੱਚ 2-4 ਦਿਨ ਜਾਂ ਦੋ ਜਿਵੇਂ ਪ੍ਰਾਹੁਣਚਾਰੀ ਕਰਦੇ ਆ, ਆਉਂਦੇ ਪਿੰਡ ਦੇ ਨਾਂ 'ਤੇ ਆ, ਪਰ ਉਹ ਆ ਕੇ ਜਿਹੜੇ ਵੱਡੇ ਮੈਟਰੋ ਸਿਟੀ ਆ ਉਹਨਾਂ ਦੇ ਹੋਟਲਾਂ ਦੇ ਵਿੱਚ ਰਹਿ ਕੇ ਚਲੇ ਜਾਂਦੇ ਆ। ਮੈਂ ਸਮਝਦਾ ਵੀ ਆਪਾਂ ਅਕਸਰ ਇਹ ਗੱਲ ਕਰਦੇ ਹਾਂ ਵੀ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਆ ਉਹਨਾਂ ਦਾ ਪੰਜਾਬ ਦੇ ਨਾਲ ਬਹੁਤ ਮੋਹ ਆ, ਆਪਣੇ ਪਿੰਡ ਦੇ ਨਾਲ ਬਹੁਤ ਮੋਹ, ਆਪਣੀ ਧਰਤੀ ਦੇ ਨਾਲ ਬਹੁਤ ਮੋਹ ਆ, ਪਰ ਮੋਹ ਵਾਲੀ ਜਿਹੜੀ ਗੱਲ ਆ ਪਿਛਲੇ ਕੁਝ ਸਮੇਂ ਤੋਂ ਇਹ ਦੇਖੀ ਜਾਂਦੀ ਆ ਵੀ ਉਹ ਪਿੰਡਾਂ ਦੇ ਵਿੱਚ ਨਹੀਂ ਆਉਂਦੇ, ਪਿੰਡਾਂ ਦੇ ਨਾਂ 'ਤੇ ਜ਼ਰੂਰ ਆਉਂਦੇ ਆ, ਪਰ ਉਹ ਸ਼ਹਿਰਾਂ 'ਚ ਜਿੱਥੇ ਉਹਨਾਂ ਨੂੰ ਫੈਸਿਲਿਟੀ ਜਿਹੜੀਆਂ ਜਿੱਦਾਂ ਵਪਾਰੀ ਲੋਕਾਂ ਨੇ ਵਧੀਆ ਤਰੀਕੇ ਨਾਲ ਕਮਰੇ ਤਿਆਰ ਕਰਤੇ, ਹੋਟਲ ਤਿਆਰ ਕਰਤੇ, ਹਵੇਲੀਆਂ ਬਣਾਤੀਆਂ, ਉਹ ਲੋਕ ਉੱਥੇ ਛੁੱਟੀ ਕੱਟ ਕੇ ਚੱਲਦੇ ਆ। ਮੈਂ ਸਮਝਦਾ ਵੀ ਇਹ ਵੀ ਸਾਡੇ ਇੱਕ ਇਹ ਬਹੁਤ ਵੱਡਾ ਮੁੱਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਤ੍ਰਾਸਦੀ ਆ, ਕਿਉਂਕਿ ਉਹਨਾਂ ਦੇ ਅਕਸਰ ਜ਼ਮੀਨਾਂ ਦੇ ਜਿਹੜੇ ਜਿੱਦਾਂ ਕਿ ਬੜਾ ਪਿਆਰ ਸੀਗਾ ਕੈਨੇਡਾ 'ਚੋਂ ਆਉਣਾ, ਇੰਗਲੈਂਡ 'ਚੋਂ ਆਉਣਾ, ਅਮਰੀਕਾ 'ਚੋਂ ਆਉਣਾ, ਕਹਿਣਾ ਸਾਡੇ ਭਰਾ ਨੇ ਆਉਣਾ, ਸਾਡੇ ਚਾਚੇ ਨੇ, ਬੜੇ ਲੋਕਾਂ ਨੂੰ ਆਸ ਹੁੰਦੀ ਸੀ ਹਰ ਸਾਲ ਜਾਂ ਦੋ ਸਾਲ ਬਾਅਦ ਮੌਸਮ 'ਤੇ ਆਉਣਾ, ਮਤਲਬ ਜਿਵੇਂ ਸੋਚ ਹੁੰਦੀ ਸੀ ਵੀ ਕੁਛ ਲੈ ਕੇ ਆਊ, ਅੱਗੇ ਸੋਚ ਵੀ ਕਿੱਥੇ ਤੱਕ ਖੜੀ ਹੁੰਦੀ ਸੀ, ਕਮੀਜ਼ ਤੱਕ, ਪੈਂਟ ਤੱਕ, ਕੋਟ ਤੱਕ, ਜੈਕਟ ਤੱਕ, ਪਰ ਹੁਣ ਉਹ ਜਿਹੜੀ ਆ ਇੱਕ ਜਿਹੜਾ ਪ੍ਰੇਮ ਭਾਵ ਵੀ ਖਤਮ ਹੁੰਦਾ ਜਾ ਰਿਹਾ, ਅਤੇ ਮਤਲਬ ਉਹ ਜਿਹੜੀ ਹੁਣ ਅਸੀਂ ਗੱਲ ਤੁਸੀਂ ਪਿਛਲੇ ਹਫ਼ਤੇ ਵੀ ਇਹ ਗੱਲ ਕੀਤੀ ਸੀ ਵੀ ਮੌਸਮ, ਮੈਂ ਸਮਝਦਾ ਮੌਸਮ ਜਿਹੜਾ ਆ ਉਹ ਇਸ ਵੇਲੇ ਮਤਲਬ ਹਾਲਾਤਾਂ ਦਾ ਮੌਸਮ ਜਿਹੜਾ ਹੈ ਬਹੁਤ ਨਾਜ਼ੁਕ ਦੌਰ ਦੇ ਵਿੱਚੋਂ ਲੰਘ ਰਿਹਾ, ਰਿਲੇਸ਼ਨਾਂ ਦਾ ਵੀ ਜਿਹੜਾ ਆਪਣੇ ਰਿਸ਼ਤੇਦਾਰੀਆਂ ਦਾ, ਸਾਕਾਦਾਰੀਆਂ ਦਾ ਹੈਗਾ, ਕਿਉਂਕਿ ਲੋਕ ਜਿਹੜੇ ਆਉਂਦੇ ਆ ਉਹ ਮੈਂ ਇੱਕ ਗੱਲ ਨੂੰ ਦੁਬਾਰਾ ਫਿਰ ਰਿਪੀਟ ਕਰਦਾ ਵੀ ਉਹ ਸ਼ਹਿਰਾਂ 'ਚ ਜਾ ਕੇ ਮੈਟਰੋ ਸਿਟੀ 'ਚ ਰਹਿੰਦੇ ਆ, ਪਿੰਡ ਦੇ ਵਿੱਚ ਪਤਾ ਲੱਗਦਾ ਵੀ ਉਹ ਆਪਣੇ ਸਰਦਾਰ ਹੁਣੀ ਆਏ ਆ ਪਿੰਡ 'ਚ ਆਏ ਆ, ਉਹ ਪਰ ਇੱਕ ਦਿਨ ਆਉਂਦੇ ਆ, 15 ਦਿਨ ਉਹ ਸ਼ਹਿਰ ਰਹਿੰਦੇ ਆ ਅਤੇ 2 ਦਿਨ ਆਉਂਦੇ ਆ, ਅਤੇ ਮੈਂ ਸਮਝਦਾ ਵੀ ਇਹ ਜਿਹੜਾ ਮੌਸਮ ਦੀ ਤੁਸੀਂ ਗੱਲ ਕਰਦੇ ਆ ਨਾਲ ਦੀ ਨਾਲ ਪਰਦੇਸੀ ਟੀ ਵੀ ਦੇ ਇਸ ਮੰਚ ਤੋਂ ਜਿਹੜਾ ਕੈਨੇਡਾ 'ਚ ਤੁਸੀਂ ਜਿੱਥੇ ਬੈਠੇ ਹੋ ਇਸ ਮੰਚ ਤੋਂ ਵੀ ਇਹ ਜ਼ਰੂਰ ਗੱਲ ਕਰੋ ਵੀ ਜੇ ਤੁਸੀਂ ਆਪਣੀ ਮਿੱਟੀ ਨਾ ਮੋਹ, ਪੰਜਾਬ ਨਾ ਮੋਹ ਆ, ਇੰਡੀਆ ਨਾ ਮੋਹ ਆ, ਅਤੇ ਜਿੱਥੇ ਤੁਸੀਂ ਜਾਂਦੇ ਹੋ ਜਿਸ ਪਿੰਡ 'ਤੇ ਜਾਂਦੇ ਹੋ ਜਿੱਥੇ 'ਤੇ ਤੁਸੀਂ ਜੰਮ ਪਾਲੋ ਉੱਥੇ ਜ਼ਰੂਰ ਲਾਓ, ਲੋਕਾਂ ਨੂੰ ਆਪਣੇ ਜ਼ਰੂਰ ਮਿਲੋ, ਪਰ ਇਹ ਕੋਈ ਗੱਲ ਨਹੀਂ ਹੈ ਬਣਦੀ ਵੀ ਜਿਹੜੇ ਛੁੱਟੀ ਆਉਂਦੇ ਆ ਛੁੱਟੀ ਆ ਕੇ ਬੜੇ ਸ਼ਹਿਰਾਂ 'ਚ ਜਿੱਥੇ ਜਿੱਥੇ ਉਹਨਾਂ ਨੂੰ ਵਧੀਆ ਸਹੂਲਤਾਂ ਇਹ ਜਲਦੀਆਂ ਸਹੂਲਤਾਂ ਜਿਹੜੀਆਂ ਮਿਲਦੀਆਂ ਉਹ ਉੱਥੇ ਜਾ ਕੇ ਆਪਣੇ ਬੱਚਿਆਂ ਨੂੰ ਵੀ ਰੱਖਦੇ ਆ, ਅਤੇ ਨਾਲ ਦੀ ਨਾਲ ਜਿਹੜੇ ਬੱਚੇ ਵੀ ਆਉਂਦੇ ਆ ਉਹ ਵੀ ਮਤਲਬ ਜਿੰਨੀ ਦੇਰ ਪੇਰੈਂਟਸ ਹੈਗੇ ਆ ਉਨੀ ਦੇਰ ਹੀ ਆ, ਉਹ ਤੋਂ ਬਾਅਦ ਮਤਲਬ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਦੇ ਕੋਈ ਪੰਜਾਬ ਨਾਲ ਲਗਾਓ ਹੈਗਾ। ਅਤੇ ਸੋ ਜਿਹੜੀ ਤੁਸੀਂ ਅਸੀਂ ਗੱਲ ਕੀਤੀ ਸੀ ਸ਼ੁਰੂ ਦੇ ਵਿੱਚ ਮੌਸਮ ਬਹੁਤ ਵਧੀਆ ਆ, ਸਰਦ ਰੁੱਤ ਪੂਰੀ ਜੋਬਨ 'ਤੇ ਆ, ਮੀਂਹ ਪੈ ਜਾਂਦਾ ਅੱਜ ਵੀ ਹੁਣ ਵੀ ਬਾਹਰ ਮੀਂਹ ਪੈ ਰਿਹਾ ਇੰਡੀਆ 'ਤੇ ਇਸ ਟਾਈਮ 'ਤੇ ਜਿਹੜਾ 8:15 ਹੋ ਗਿਆ ਇਹ ਬਾਹਰ ਮਤਲਬ ਕਾਫੀ ਮਤਲਬ ਬਾਰਿਸ਼ ਹੋ ਰਹੀ ਆ, ਅਤੇ ਇਸ ਹਿਸਾਬ ਨਾਲ ਵੀ ਜਿਹੜਾ ਮੌਸਮ ਸਵੇਰ ਨੂੰ ਧੁੰਦ ਵੀ ਪਊਗੀ ਅਤੇ ਮਤਲਬ ਮੌਸਮ ਦੇ ਵਿੱਚ ਤਬਦੀਲੀ ਵੀ ਆਊਗੀ। ਅਤੇ ਮੈਂ ਸਮਝਦਾ ਵੀ ਜਿਹੜੇ NRI ਆ ਉਹ ਵੀ ਆ ਜਿਨ੍ਹਾਂ ਨੇ ਆਉਣਾ ਉਹ ਵੀ ਆਉਣ, ਆਪਣੇ ਪੰਜਾਬ ਦੇ ਆਪਣੇ ਘਰਾਂ ਦੇ ਵਿੱਚ ਜਿਹੜੇ ਰਿਸ਼ਤੇਦਾਰ ਆ ਭੈਣਾਂ ਭਰਾ ਉਹਨਾਂ ਨੂੰ ਜ਼ਰੂਰ ਮਿਲਣ, ਪਰ ਮਿਲਣ ਪਹਿਲਾਂ ਦੀ ਤਰ੍ਹਾਂ ਜਿਹੜੇ ਅੱਜ ਤੋਂ 15-20 ਸਾਲ ਦੀ ਤਰ੍ਹਾਂ ਇਹੋ ਜਿਹੇ ਨਾ ਮਾਡਰਨ ਨਾ ਹੋ ਜਾਣ, ਇਹੋ ਜਿਹਾ ਜਿਹਾ ਕੈਨੇਡਾ 'ਚ ਆ ਗਏ ਜਿਹਾ ਪੰਜਾਬ 'ਚ ਆ ਕੇ ਵੀ ਆਪਣੇ ਪਿੰਡ ਤੋਂ 20-50 ਕਿਲੋਮੀਟਰ ਸ਼ਹਿਰ 'ਚ ਰਹਿ ਕੇ ਉੱਥੋਂ ਵਾਪਸ ਚਲ ਗਏ। ਮੈਂ ਸਮਝਦਾ ਇਹਦੇ ਨਾਲ ਭਾਈਚਾਰਕ ਜਿਹੜੀ ਸਾਂਝ ਆ ਭੈਣਾਂ ਭਰਾਵਾਂ ਦੀ ਸਾਂਝ ਆ ਉਹ ਮਤਲਬ ਕਾਫੀ ਉਹਦੇ ਵਿੱਚ ਮਤਲਬ ਜਿਹੜੀ ਆ ਮਤਲਬ ਖੁਲਾ ਜਿਹਾ ਆ ਰਿਹਾ ਜੀ। ਅਜਨੋਹਾ ਸਾਹਿਬ ਜਿਹੜਾ ਇੱਕ ਵੱਖਰਾ ਟ੍ਰੈਂਡ ਜਿਹਾ ਚੱਲ ਪਿਆ ਪੰਜਾਬ ਦੇ ਵਿੱਚ, ਜਿੰਨੇ ਵੀ NRI ਵੀਰ ਭੈਣ ਜਾਂ ਇੱਥੇ ਪਰਿਵਾਰ ਜਾਂਦੇ ਆ ਪੰਜਾਬ ਦੇ ਅੰਦਰ, ਇੱਕ ਜਿੱਦਾਂ ਹੋਰ ਕੰਟਰੀਆਂ ਦੇ ਵਿੱਚ ਜਾਂਦੇ ਆ ਉੱਥੇ ਜਾ ਕੇ ਮੋਟਲ ਲੈ ਲੈਂਦੇ ਜਾਂ ਹੋਟਲ ਲੈ ਲੈਂਦੇ ਆ 5-10 ਦਿਨ ਜਾਂ 2 ਹਫ਼ਤੇ ਉੱਥੇ ਵਕੇਸ਼ਨ ਕਰਦੇ ਆ ਫਿਰ ਵਾਪਸ ਆ ਜਾਂਦੇ, ਇਹ ਜਿਹੜਾ ਟ੍ਰੈਂਡ ਪੰਜਾਬ ਦੇ ਵਿੱਚ ਚੱਲ ਗਿਆ ਨਾ ਇਹ ਇੱਕ ਮਾੜਾ ਇੱਕ ਰੁਝਾਨ ਹੈ, ਕਿਉਂਕਿ ਤੁਹਾਡੇ ਉੱਥੇ ਪੰਜਾਬ ਤੁਹਾਡਾ ਆ, ਪੰਜਾਬ ਦੇ ਵਿੱਚ ਤੁਹਾਡੇ ਆਪਣੇ ਘਰ ਆ, ਤੁਹਾਡੇ ਆਪਣੇ ਸਕੇ ਸੰਬੰਧੀ ਆ ਉੱਥੇ ਰਹਿੰਦੇ, ਜੇਕਰ ਉਹਨਾਂ ਤੋਂ ਤੁਸੀਂ ਪੰਜਾਬ ਦੇ ਅੰਦਰ ਜਾ ਕੇ ਦੂਰ ਰਹੋਗੇ ਨਾ ਫਿਰ ਇੱਕ ਤਰ੍ਹਾਂ ਦਾ ਰਿਸ਼ਤਿਆਂ ਦੇ ਵਿੱਚ ਦਰਾੜ ਆਉਣ ਵਾਲੀ ਗੱਲਬਾਤ ਹੋ ਸਕਦੀ ਹੈ, ਕਿਉਂਕਿ ਉਹਨਾਂ ਮੁਲਕਾਂ ਦੇ ਵਿੱਚ ਜੇ ਅਸੀਂ ਛੁੱਟੀਆਂ ਕੱਟਣ ਜਾਂਦੇ ਹਾਂ ਵਕੇਸ਼ਨ ਕਰ ਜਾਂਦੇ ਹਾਂ ਉੱਥੇ ਤਾਂ ਮੰਨ ਲੈਂਦੇ ਹਾਂ ਵੀ ਠੀਕ ਹੈ ਮੋਟਲ ਚਾਹੀਦੇ, ਕਿਉਂਕਿ ਰਿਸ਼ਤੇਦਾਰੀਆਂ ਦੇ ਵਿੱਚ ਵੀ ਕਾਫੀ ਘਰਾਂ ਦੇ ਵਿੱਚ ਵੀ ਕਾਫੀ ਸਮੱਸਿਆ ਆਉਂਦੀ ਹੈ, ਕਿਉਂਕਿ ਲਿਮਿਟ ਜਿਹੇ ਰੂਮ ਹੁੰਦੇ ਆ ਇੱਥੇ, ਕਾਫੀ ਤਰ੍ਹਾਂ ਦੀਆਂ ਪ੍ਰੋਬਲਮ ਆ ਇੱਥੇ ਦੀਆਂ ਹਨ, ਪਰ ਜੇ ਪੰਜਾਬ ਦੇ ਵਿੱਚ ਜਾਈਏ ਪੰਜਾਬ ਦੇ ਵਿੱਚ ਅਸੀਂ ਛੁੱਟੀਆਂ ਕੱਟਣ ਜਾਂਦੇ ਹਾਂ ਕਿ ਅਸੀਂ ਜਿਸ ਪੰਜਾਬ ਦੇ ਵਿੱਚੋਂ ਉਹ ਪਹਿਲਾਂ ਆਏ ਸੀ ਜਦੋਂ ਆਏ ਸੀਗੇ ਉੱਥੇ ਖੁੱਲ੍ਹੇ ਆ 'ਚ ਰਹਿੰਦੇ ਸੀਗੇ ਜਾਂ ਖੇਤਾਂ ਦੇ ਵਿੱਚ ਘੁੰਮਣਾ ਜਾਂ ਸਾਈਕਲਾਂ ਦੇ ਵਿੱਚ ਘੁੰਮਣਾ ਇੱਕ ਵੱਖਰਾ ਟ੍ਰੈਂਡ ਸੀ, ਉੱਥੇ ਆਪਣੇ ਸੱਥ ਦੇ ਵਿੱਚ ਚਲੇ ਜਾਣਾ ਉੱਥੇ ਬਹਿ ਕੇ ਉਹ ਆਪਣਾ ਇੰਜੋਏ ਕਰਨਾ, ਅਸੀਂ ਉਹ ਚੀਜ਼ਾਂ ਨੂੰ ਦੁਬਾਰਾ ਆਪਣੇ ਬੱਚਿਆਂ ਨੂੰ ਦਿਖਾਲਣਾ ਜਾਣਾ ਚਾਹੁੰਦੇ ਹਾਂ, ਜਿਵੇਂ ਗੁਰਦੁਆਰਾ ਸਾਹਿਬ ਪਿੰਡ ਦਾ ਗੁਰਦੁਆਰਾ ਸਾਹਿਬ ਜਾਂ ਮੰਦਰ ਮਸਜਿਦ ਜਿਸ ਵੀ ਤੁਸੀਂ ਧਰਮ ਨੂੰ ਬਿਲੋਂਗ ਕਰਦੇ ਹਾਂ ਜਾਂ ਉੱਥੇ ਦਰਬਾਰ ਸਾਹਿਬ ਜਾਣਾ
ਇਹ ਬਿਲਕੁਲ ਮੈਂ ਬਿਕਰਮ ਸਰ ਇਹ ਮੈਨੂੰ ਅੱਜ ਇੱਥੇ ਮਤਲਬ ਮੈਂ ਤੁਹਾਨੂੰ ਦੱਸਣਾ ਸੀਗਾ ਵੀ ਮੌਸਮ ਦੇ ਨਾਲ ਤੁਸੀਂ ਗੱਲ ਕੀਤੀ ਸੀਗੀ ਮੈਨੂੰ ਕੱਲ੍ਹ ਤੁਹਾਡੇ ਕੈਨੇਡਾ ਤੋਂ ਹੀ ਬੰਦੇ ਆਏ ਆ ਉਹ ਸਾਡੇ ਪਿੰਡ ਦੇ ਹੀ ਸਾਡੇ ਆਏ ਉਹਨਾਂ ਨਾਲ ਗੱਲ ਕੀਤੀ ਸੀ ਉਹ ਮੈਨੂੰ ਕਹਿੰਦੇ ਇਹ ਜ਼ਰੂਰ ਗੱਲ ਕਰਿਓ ਵੀ ਉਹਨਾਂ ਨੇ ਕਿਤੇ ਅਕਸਰ ਮੈਨੂੰ ਨਹੀਂ ਪਤਾ ਮੈਂ ਤਾਂ ਮਤਲਬ ਉਹ ਇੱਧਰ ਕਿਤੇ ਉਹਨਾਂ ਨੇ ਦੇਖਿਆ ਹੋਣਾ ਦੋ ਚਾਰ ਵਾਰ ਉਹ ਤੁਹਾਡੇ ਕੈਨੇਡਾ 'ਚ ਹੀ ਰਹਿੰਦੇ ਆ ਅਤੇ ਉਹ ਕਹਿੰਦੇ ਇਹ ਵੀ ਗੱਲ ਕਰਿਆ ਕਰ ਵੀ ਇਹ ਜਿਹੜੀ ਆ ਆਪਾਂ ਲੋਕ ਅਸੀਂ ਆਉਂਦੇ ਹਾਂ ਅਸੀਂ ਆ ਕੇ ਪਿੰਡਾਂ 'ਚ ਨਹੀਂ ਰਹਿੰਦੇ ਅਸੀਂ ਹੋਟਲਾਂ 'ਚ ਚਲੇ ਜਾਂਦੇ ਹਾਂ ਪਹਿਲਾਂ ਵੀ ਇਹ ਗੱਲ ਕੀਤੀ ਆ ਵੀ ਜੇ ਸਾਡੀ ਆਉਣ ਵਾਲੀ ਪੀੜ੍ਹੀ ਜੇ ਅਸੀਂ ਰਿਸ਼ਤਿਆਂ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਾਂ ਆਪਣੇ ਜਿਹੜੇ ਬੱਚੇ ਆ ਜਿਵੇਂ ਤੁਸੀਂ ਆ ਤੁਹਾਡੇ ਬੱਚੇ ਆ ਤੁਸੀਂ ਉਹਨਾਂ ਨੂੰ ਇੱਥੇ ਆਪਣੇ ਪੀੜ੍ਹੀ ਦਰ ਪੀੜ੍ਹੀ ਬਜ਼ੁਰਗਾਂ ਨਾਲ ਜੋੜੀ ਰੱਖਣਾ ਚਾਹੁੰਦੇ ਆਪਣੇ ਪਿੰਡ ਨਾਲ ਆਪਣੀ ਜ਼ਮੀਨ ਨਾਲ ਧਰਤੀ ਨਾਲ ਅਤੇ ਤੁਹਾਨੂੰ ਜ਼ਰੂਰ ਘੱਟੋ ਘੱਟ ਉਹਨਾਂ ਨੂੰ ਜ਼ਰੂਰ ਦੱਸਣਾ ਪਊਗਾ ਵੀ ਪੰਜਾਬ ਦੇ ਹਿੰਦੁਸਤਾਨ ਦੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਸਾਡਾ ਆਹ ਕਾਰੋਬਾਰ ਆਹ ਮੋਟਰਾਂ ਅਸੀਂ ਖੇਤੀ ਕਰਦੇ ਹਾਂ ਅਸੀਂ ਇੱਥੋਂ ਜੰਮ ਵਾਲਾ ਇਸ ਪੇੜ ਥੱਲੇ ਬੈਠੇ ਹਾਂ ਇਹੋ ਜਿਹੀ ਜਾਣਕਾਰੀ ਦੇ ਨਾਲ ਉਹਨਾਂ ਦਾ ਰੁਝਾਨ ਵਧੂਗਾ ਵੀ ਸਾਡੇ ਜਿਹੜੇ ਪੇਰੈਂਟਸ ਆ ਉਹ ਇਸ ਪਿੰਡ ਦੇ ਵਿੱਚ ਜੰਮ ਵਾਲਾ ਹੈ ਅਤੇ ਉਹ ਤੁਸੀਂ ਉਹਨਾਂ ਨੂੰ ਕਿਵੇਂ ਕਨਵੇ ਕਰਨਾ ਡਿਪੈਂਡ ਤੁਹਾਡੇ 'ਤੇ ਕਰਦਾ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨੀ ਚਾਹੁੰਦਾ ਵੀ ਮੈਨੂੰ ਕਿਸੇ ਦਾ ਫੋਨ ਆਇਆ ਵੀ ਭਾਈ ਉਹ ਕੈਨੇਡਾ ਤੋਂ ਉੱਤੇ ਆਏ ਆ ਤਾਂ ਤੁਸੀਂ ਉਹਨਾਂ ਕੋਲ ਜਾਣਾ ਅਤੇ ਜਦੋਂ ਮੈਂ ਉਹਨਾਂ ਦੇ ਘਰ ਗਿਆ ਅਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਭਾਈ ਸਾਹਿਬ ਕਿੱਥੇ ਗਏ ਨੇ ਅਤੇ ਉਹਨਾਂ ਨੇ ਦੱਸਿਆ ਵੀ ਉਹ ਤਾਂ ਅੱਜ ਮੋਟਰ 'ਤੇ ਫੇਰਾ ਮਾਰਨ ਗਏ ਨੇ ਅਤੇ ਮੈਂ ਮੇਰੇ ਨਾਲ ਬਹੁਤ ਵੱਡੇ ਸਤਿਕਾਰਤ ਬੰਦੇ ਸੀਗੇ ਜਿਨ੍ਹਾਂ ਦੇ ਨਾਲ ਮੈਂ ਕੋਸ਼ਿਸ਼ ਕੀਤੀ ਸੀ ਵੀ ਉਹਨਾਂ ਨੂੰ ਮੈਂ ਮਿਲਾਂ ਅਤੇ ਮੈਨੂੰ ਬੜੀ ਖੁਸ਼ੀ ਹੋਈ ਵੀ ਇੱਕ ਕੈਨੇਡਾ ਦੇ ਵਿੱਚੋਂ ਜਿਹੜੇ ਪੱਕੇ ਉੱਥੇ ਆ ਉਹ ਆਪਣੇ ਖੇਤਾਂ ਦੇ ਵਿੱਚ ਫੇਰਾ ਮਾਰਨ ਗਏ ਆ ਔਰ ਉਹਨਾਂ ਨੇ ਬੜਾ ਰੱਖ ਦੱਸਿਆ ਵੀ ਹੋ ਸਕਦਾ ਪੱਠੇ ਵੀ ਵੱਢ ਕੇ ਲਿਆਉਣ ਮੈਂ ਸਮਝਦਾ ਇਹੋ ਜਿਹੀ ਸੋਚ ਦੇ ਮਾਲਕ ਜਿਹੜੇ ਆ ਇਹੋ ਜਿਹੇ ਉਹ ਆਪਣੇ ਪਰਿਵਾਰ ਨੂੰ ਵਧੀਆ ਦਿਸ਼ਾ ਨਿਰਦੇਸ਼ ਦੇ ਸਕਦੇ ਆ ਵਧੀਆ ਆਪਣੀ ਜਾਣਕਾਰੀ ਆਪਣੇ ਲਾਈਫ ਦੀ ਔਰ ਆਪਣੇ ਘਰ ਦੀ ਜਾਣਕਾਰੀ ਜਿਹੜੀ ਆ ਉਹ ਵਧੀਆ ਦੇ ਸਕਦੇ ਆ ਮੈਂ ਸਮਝਦਾ ਵੀ ਇਹੋ ਜਿਹੀ ਜਿਹੜੀ ਸੋਚ ਵਾ ਇਹ ਜ਼ਰੂਰ ਆਪਣੇ ਬੱਚਿਆਂ ਦੇ ਵਿੱਚ ਆਪਣੇ ਪੇਰੈਂਟਸ ਦੇ ਵਿੱਚ ਇਹ ਜ਼ਰੂਰ ਪੈਦਾ ਕਰਨੀ ਚਾਹੀਦੀ ਆ ਤਾਂ ਕਿ ਜਿਹੜੇ ਸਾਡੇ ਰਿਸ਼ਤਿਆਂ ਦੇ ਵਿੱਚ ਦਰਾਰ ਹੋ ਰਹੀ ਆ ਮੈਂ ਤੁਹਾਨੂੰ ਦੱਸਦਾ ਅਕਸਰ ਦੇਖਿਆ ਜਾਂਦਾ ਆਮ ਥਾਣਿਆਂ ਕਚਹਿਰੀਆਂ 'ਚ ਹੁਣ ਦੇਖਿਆ ਜਾਂਦਾ ਵੀ ਸਾਡੇ ਚਾਚਾ ਵੱਧ ਗਿਆ ਸੀ ਉਹਦੇ ਦੋ ਖੇਤ ਜ਼ਮੀਨ ਦੇ ਆਉਂਦੇ ਸੀ ਜਾਂ ਡੇਢ ਖੇਤ ਜਾਂ ਮਰਲਾ ਜਾਂ ਕਨਾਲ ਆਉਂਦੀ ਸੀਗੀ ਉਹ ਚਾਚੇ ਦੀ ਕਨਾਲ ਜਾਂ ਮਰਲੇ ਦੀ ਖਾਤਰ ਹੀ ਲੋਕਾਂ ਨੇ ਉਹਦੇ ਨਾਲ ਇੱਕ ਫਰੈਕਸ਼ਨ ਪਾਉਣੀ ਸ਼ੁਰੂ ਕਰਤੀ ਉਸ ਸਮੇਂ ਜਿਹੜੀ ਤੁਸੀਂ ਗੱਲ ਕੀਤੀ ਸੀ ਵੀ ਜਦੋਂ NRI ਆਉਂਦੇ ਆ ਕਮਰਿਆਂ ਦੀ ਘਾਟ ਹੋ ਜਾਂਦੀ ਆ ਥਾਂ ਦੀ ਘਾਟ ਹੋ ਜਾਂਦੀ ਆ ਸਹੂਲਤਾਂ ਦੀ ਘਾਟ ਹੋ ਜਾਂਦੀ ਆ ਉਹ ਲੋਕ ਇੱਥੋਂ ਹੀ ਗਏ ਆ ਉਹ ਆਪਣੇ ਕਨਵੇ ਕਰ ਸਕਦੇ ਹਾਂ ਇਹ ਜ਼ਰੂਰ ਆ ਵੀ ਜਿਹੜੀ ਉੱਧਰਲੀ ਜਨਰੇਸ਼ਨ ਆ ਉਹ ਉਸ ਚੀਜ਼ ਨੂੰ ਨਹੀਂ ਉਹਦੇ ਨਾਲ ਆਪਣੇ ਆਪ ਨੂੰ ਮਤਲਬ ਢਾਲ ਸਕਦੀ ਉਹਨਾਂ ਨੂੰ ਜ਼ਰੂਰ ਕਰੋ ਪਰ ਨਾਲ ਦੀ ਨਾਲ ਇਹ ਵੀ ਜ਼ਰੂਰ ਦੱਸੋ ਵੀ ਅਸੀਂ ਇਸੇ ਹੀ ਮੌਸਮ 'ਚੋਂ ਇਸੇ ਹੀ ਸ਼ਹਿਰ 'ਚੋਂ ਇਸੇ ਹੀ ਕਸਬੇ 'ਚੋਂ ਇਸੇ ਹੀ ਟਾਊਨ ਤੋਂ ਇੱਥੇ ਗਏ ਹਾਂ ਔਰ ਇਹ ਚੀਜ਼ਾਂ ਅਸੀਂ ਕਰਦੇ ਗਏ ਉੱਥੇ ਵੀ ਤੁਸੀਂ ਵਿਦੇਸ਼ਾਂ 'ਚ ਰਹਿ ਕੇ ਵੀ ਤੁਸੀਂ ਮਿਹਨਤ ਕਰਦੇ ਹੋ ਕਿਸੇ ਵੀ ਤਰ੍ਹਾਂ ਦੀ ਮਿਹਨਤ ਆ ਜਿਹੜੀ ਮਿਹਨਤ ਕਰਦੇ ਹੋ ਜੇ ਉਹਦੇ ਨਾਲ ਜਾਣਕਾਰੀ ਦਿੱਤੀ ਜਿਹੜੀ ਸਾਡੀ ਦਰਾਰ ਪੈ ਰਹੀ ਆ ਜਿਹੜੀ ਰਿਸ਼ਤਿਆਂ ਦੇ ਵਿੱਚ ਇੱਕ ਖਲਾਅ ਪੈਦਾ ਹੋਣ ਰਿਹਾ ਇੱਕ ਦੂਜੇ ਨਾਲ ਮਨੋਭਾਵ ਜਿਹੜੇ ਉਹ ਮਤਲਬ ਖਤਮ ਹੁੰਦੇ ਜਾ ਰਹੇ ਆ ਜ਼ਮੀਨ ਦੇ ਨਾਲ ਜਿਹੜੀ ਸਭ ਤੋਂ ਵੱਡੀ ਗੱਲ ਆ ਜ਼ਮੀਨਾਂ ਦੇ ਨਾਲ ਜਿਹੜੇ ਰਿਸ਼ਤੇ ਜਿਹੜੇ ਖਰਾਬ ਹੁੰਦੇ ਆ ਇਹ ਸਭ ਨਾਲ ਵੀ ਜੇ ਆਉਣ ਜਾਣ ਵਧੀਆ ਰਹੂ ਇੱਕ ਦੂਜੇ ਨਾਲ ਮਿਲਣਗੇ ਤਾਂ ਮੈਂ ਸਮਝਦਾ ਵੀ ਇਹ ਜਿਹੜੀਆਂ ਜ਼ਮੀਨਾਂ ਦੇ ਝਗੜੇ ਆ NRI ਥਾਣਿਆਂ ਦੇ ਵਿੱਚ ਆ ਇਹ ਉਹਨਾਂ ਦੇ ਵਿੱਚ ਕਾਫੀ ਮਤਲਬ ਉਹਨਾਂ ਦੇ ਵਿੱਚ ਰੁਕਾਵਟਾਂ ਮਤਲਬ ਰੋਕ ਲੱਗੂਗੀ ਔਰ ਰਿਲੇਸ਼ਨ ਵਧੀਆ ਤਰੀਕੇ ਨਾਲ ਹੋਣਗੇ ਜੀ ਹਾਂ ਬਿਲਕੁਲ ਜਨਾਬ ਸਾਹਿਬ ਆਪਾਂ ਆਪਣੇ ਸਰੋਤਿਆਂ ਦਾ ਵੀ ਇਹਦੇ ਉੱਤੇ ਆਪਾਂ ਉਹਨਾਂ ਦੇ ਵਿਚਾਰ ਵੀ ਲਵਾਂਗੇ ਲਾਈਨਾਂ ਖੁੱਲੀਆਂ ਤੁਸੀਂ ਕਾਲ ਕਰ ਸਕਦੇ ਹੋ 6479331313 ਦੇ 'ਤੇ ਕਾਲ ਕਰਕੇ ਆਪਣੇ ਵਿਚਾਰ ਦਿੱਤੇ ਜਾ ਸਕਦੇ ਆ ਜੀ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਇਸ ਵੇਲੇ ਬਦਲ ਰਿਹਾ ਟਰੈਂਡ ਹੈ ਜੀ ਇੱਥੋਂ ਤੁਸੀਂ ਜਾਂਦੇ ਆ ਆਪਣੇ ਪੰਜਾਬ ਦੇ ਵਿੱਚ ਆਪਣੇ ਸਕੇ ਸੰਬੰਧੀਆਂ ਨੂੰ ਮਿਲਣ ਤੁਸੀਂ ਲੇਕਿਨ ਜਾਂਦੇ ਜੋ ਜੀ ਪੰਜਾਬ ਆ ਲੇਕਿਨ ਉੱਥੇ ਜਾ ਕੇ ਮੋਟਲਾਂ ਦੇ ਵਿੱਚ ਰਹਿਣਾ ਜਾਂ ਫਿਰ ਵੱਡੀ ਸਿਟੀ ਦੇ ਵਿੱਚ ਆਪਣੇ ਹੋਟਲਾਂ ਦੇ ਰਿਜ਼ੋਰਟ ਦੇ ਵਿੱਚ ਰਹਿਣਾ ਉੱਥੋਂ ਆਪਣੇ ਪੰਜਾਬ ਦੇ ਵਿੱਚ ਕਦੇ ਕਦੇ ਗੇੜੀ ਮਾਰਨੀ ਇੱਕ ਦੋ ਵਾਰੀ ਜਾਣਾ ਬਾਕੀ ਪੰਜਾਬ ਦੇ ਵਿੱਚ ਕੋਣਾ ਕੀ ਇਹ ਸਹੀ ਟਰੈਂਡ ਹੈ ਕਿ ਇਹਦੇ ਉੱਤੇ ਤੁਸੀਂ ਕੀ ਕਹਿਣਾ ਤੁਸੀਂ ਜ਼ਰੂਰ ਵਿਚਾਰ ਦੇ ਸਕਦੇ ਹੋ 6479733131313 ਅਜਨੋਹ ਸਾਹਿਬ ਪੰਜਾਬ ਦੀਆਂ ਖਬਰਾਂ ਵੱਲ ਵਧੀਏ ਉਸ ਤੋਂ ਬਾਅਦ ਆਪਾਂ ਇੰਡੀਆ ਦੀਆਂ ਖਬਰਾਂ ਵੱਲ ਵੀ ਜਾਣਾ ਹੈ ਕਿਉਂਕਿ ਇਸ ਵੇਲੇ ਜਿਹੜਾ ਆਪਣਾ ਕਰਤਾਰਪੁਰ ਲਾਂਘਾ ਖੁੱਲ੍ਹਣਾ ਉਹਦੇ ਉੱਤੇ ਸੈਂਟਰ ਗੌਰਮੈਂਟ ਅਤੇ ਪੰਜਾਬ ਗੌਰਮੈਂਟ ਦੋਨਾਂ ਦੇ ਮਤਭੇਦ ਕਾਫੀ ਡੂੰਘੇ ਚਲੇ ਗਏ ਆ ਇਹ ਕਿੱਥੇ ਤੱਕ ਕਾਮਯਾਬ ਹੋਊਗਾ ਆਉਣ ਵਾਲਾ ਸਮਾਂ ਦੱਸੇਗਾ ਜੀ ਜ਼ਰੂਰ ਇਹਦੇ 'ਤੇ ਗੱਲਬਾਤ ਕਰਾਂਗੇ ਪੰਚਾਇਤੀ ਚੋਣਾਂ ਨੂੰ ਲੈ ਕੇ ਵੀ ਆਪਾਂ ਗੱਲਬਾਤ ਕਰਨੀ ਹੈ ਕਿਉਂਕਿ ਪਹਿਲੇ ਦਿਨਾਂ ਦੇ ਵਿੱਚ ਪੰਚਾਇਤੀ ਚੋਣਾਂ ਹੁੰਦੀਆਂ ਜੀ ਉਹਨਾਂ ਦੇ ਵਿੱਚ ਕੋਈ ਸਹੁੰ ਚੁੱਕ ਸਮਾਗਮ ਦੇ ਵਿੱਚ ਕੋਈ ਵੀ ਪਾਰਟੀ ਜਾਂ ਸੈਂਟਰ ਦੀ ਪੋਲੀਟਿਕਸ ਜਾਂ ਪੰਜਾਬ ਦੀ ਪੋਲੀਟਿਕਸ ਹਿੱਸਾ ਨਹੀਂ ਲੈਂਦੀ ਹੁੰਦੀ ਉਹ ਇੱਕ ਸਮਾਲ ਘਰੇਲੂ ਪੋਲੀਟਿਕਸ ਹੁੰਦੀ ਸੀ ਪੰਚਾਇਤ ਪੰਚ ਉਹ ਪਿੰਡਾਂ ਦੇ ਰਲ ਕੇ ਬਣਾਉਂਦੇ ਹੁੰਦੇ ਸੀਗੇ ਉਹ ਆਪ ਹੀ ਸਹੁੰ ਚੁੱਕਦੇ ਅੱਜ ਜੋ ਪੰਜਾਬ ਦਾ ਜਿਹੜਾ ਪੋਲੀਟਿਕਸ ਸਿਆਸਤ ਇੰਨੀ ਗੰਦਲੀ ਹੋ ਚੁੱਕੀ ਹੈ ਲੋਕਲ ਲੈਵਲ 'ਤੇ ਵੀ ਜਾ ਚੁੱਕੀ ਹੈ ਸਭ ਤੋਂ ਪਹਿਲਾਂ ਪੰਚਾਇਤੀ ਚੋਣਾਂ 'ਤੇ ਆਪਾਂ ਗੱਲ ਕਰੀਏ ਪੰਚਾਇਤੀ ਚੋਣਾਂ ਹੋ ਕੇ ਹਟੀਆਂ ਪੰਜਾਬ ਦੇ ਵਿੱਚ ਸਾਰੇ ਆਪੋ ਆਪਣੇ ਵਾਅਦੇ ਕਰਦੇ ਆਮ ਆਦਮੀ ਵੱਖਰਾ ਕਹਿ ਰਹੀ ਹੈ ਸਾਡੀਆਂ ਜ਼ਿਆਦਾ ਪੰਚਾਇਤਾਂ ਬਣੀਆਂ ਕਾਂਗਰਸ ਕਹਿ ਰਹੀ ਹੈ ਸਾਡੀਆਂ ਜ਼ਿਆਦਾ ਪੰਚਾਇਤਾਂ ਬਣੀਆਂ ਕਾਂਗਰਸ ਕਹਿ ਰਹੀ ਹੈ ਅਤੇ ਉਹ ਸਾਡੀਆਂ ਅਤੇ BJP ਕਹਿ ਰਹੀ ਹੈ ਸਾਡੀਆਂ ਕੀ ਪੰਜਾਬ ਦੇ ਵਿੱਚ ਤਾਂ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਦੇ ਉੱਤੇ ਪੰਚਾਇਤੀ ਚੋਣਾਂ ਹੋਈਆਂ ਨਹੀਂ ਇਹ ਕਿਹੜੇ ਮਾਨ
ਬਿਲਕੁਲ ਜੀ, ਇਹ ਜਿਹੜੇ ਸਿਆਸੀ ਲੋਕ ਆ, ਅੱਗੇ ਮੈਂ ਪਿਛਲੇ ਹਫ਼ਤੇ ਵੀ ਆਪਣਾ ਇਹ ਵਿਚਾਰ ਹੋਇਆ ਸੀ ਇਸ ਗੱਲ 'ਤੇ, ਇਹ ਲੋਕ ਆਪਣੇ ਹੀ ਜਿਹੜੀ ਸਟੈਂਪ ਦੇਣੋਂ ਨਹੀਂ ਇਹ ਬਦਲ ਢੇਲ ਕਰਦੇ, ਕਿਉਂਕਿ ਇਹ ਜਿਹੜੀਆਂ ਇਲੈਕਸ਼ਨਾਂ ਹੋਈਆਂ ਇਹ ਬਿਲਕੁਲ ਸਿੰਬਲ 'ਤੇ, ਦੂਸਰੇ ਪਾਰਟੀ ਦੇ ਸਿੰਬਲ ਤੋਂ ਬਗੈਰ ਸਿੰਬਲ 'ਤੇ ਹੋਈਆਂ, ਜਿਹੜੇ ਆਮ ਸਿੰਬਲ ਸੀ ਉਹ ਦਿੱਤੇ ਗਏ ਸੀਗੇ ਉਹਨਾਂ ਦੇ ਵਿੱਚ। ਇਹ ਵੀ ਟਿਕਟਾਂ ਦੇਣ ਲੱਗਿਆਂ ਨਹੀਂ ਕਾਊਂਟ ਕੀਤਾ ਵੀ ਕਿਹੜੀ ਪਾਰਟੀ ਦਾ ਕੌਣ ਕੈਂਡੀਡੇਟ ਆ, ਇਹਦੇ ਵਿੱਚ ਬੜੇ ਸਾਫ਼ ਸੁਥਰੇ ਕੈਂਡੀਡੇਟ ਸੀਗੇ। ਹਾਂ ਇੱਕ ਗੱਲ ਜ਼ਰੂਰ ਆ, ਜਿਨ੍ਹਾਂ ਦਾ ਕਿਤੇ ਮਾੜੇ ਮੋਟੇ ਕਿਤੇ ਗਾਹੇ ਵਗਾਹੇ ਕਿਨਾਂ ਕਿਸੇ ਪਾਰਟੀ ਨਾਲ ਰਿਲੇਸ਼ਨ ਸੀਗਾ, ਉਹਨਾਂ ਨੇ ਆਪਣੀ ਮੋਹਰ ਜ਼ਰੂਰ ਲਾਈ ਆ ਵੀ ਪਾਰਟੀ ਦੇ ਵਿੱਚ ਸ਼ਰੇਆਮ ਨਹੀਂ ਉਹ ਆਏ ਵੀ ਇਹ ਸਾਡਾ ਕੈਂਡੀਡੇਟ ਆ ਅਕਾਲੀਆਂ ਦਾ ਜਾਂ ਬੀਜੇਪੀ ਦਾ ਜਾਂ ਕਾਂਗਰਸ ਦਾ ਜਾਂ ਆਮ ਆਦਮੀ ਪਾਰਟੀ ਦਾ। ਰਹੀ ਗੱਲ ਇਹਨਾਂ ਪੋਲੀਟੀਸ਼ਨ ਦੇ, ਮਤਲਬ ਇਹ ਗੱਲ ਕਰਨ ਦੀ ਵੀ ਸਾਡੀ ਜਿੱਤ ਰਹੀ ਆ, ਸਾਡੀ ਬਹੁਮਤ ਰਹੀ ਆ ਜਾਂ ਕਿਸੇ ਵੀ ਪਾਰਟੀ ਦੀ ਜਿਹੜੀ ਬਹੁਮਤ ਰਹੀ ਆ ਉਹਨੂੰ ਕਲੀਅਰ ਕੱਟ ਕਰਨਾ ਇਹ ਬਹੁਤ ਮੁਸ਼ਕਲ ਆ, ਕਿਉਂਕਿ ਇਸ ਵਾਰ ਜਿਹੜੀਆਂ ਇਲੈਕਸ਼ਨਾਂ ਹੋਈਆਂ ਇਲੈਕਸ਼ਨਾਂ ਦੇ ਵਿੱਚ ਜਿਹੜਾ ਵੋਟਰਾਂ ਨੇ ਆ, ਵੋਟਰਾਂ ਨੇ ਬਿਲਕੁਲ ਆਪਣਾ ਇੱਕ ਜਾਗਰੂਕਤਾ ਹੋਣ, ਜਾਗਰੂਕ ਹੋਣ ਦਾ ਇੱਕ ਬਹੁਤ ਵੱਡਾ ਇੱਕ ਉਹਨਾਂ ਨੇ ਫਤਵਾ ਦਿੱਤਾ ਹੈ ਵੀ ਅਸੀਂ ਹੁਣ ਜਾਗਰੂਕ, ਕਿਉਂਕਿ ਜਿਹੜੀ ਵੀ ਪਾਰਟੀ ਆ ਅੱਜ ਮੈਂ ਤੁਹਾਨੂੰ ਦੱਸਦਾ ਹੁਸ਼ਿਆਰਪੁਰ ਦੇ ਵਿੱਚ, ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਅੱਜ ਕੈਬਨਿਟ ਮੰਤਰੀ, ਦੋ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਜੀ ਅਤੇ ਮਿਸਟਰ ਆਸ਼ੂ ਜੀ ਜਿਹੜੇ ਭਾਰਤ ਭੂਸ਼ਣ ਆਸ਼ੂ ਜੀ ਆ ਕੈਬਨਿਟ ਮੰਤਰੀ ਆ, ਉਹਨਾਂ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪੰਚਾਂ, ਸਰਪੰਚਾਂ, ਜ਼ਿਲ੍ਹਾ ਪਰਿਸ਼ਦ ਮੈਂਬਰਾਂ ਅਤੇ ਸੰਮਤੀ ਮੈਂਬਰਾਂ ਨੂੰ ਸਹੁੰ ਚੁਕਾਈ ਆ, ਜਿਹੜਾ ਮਤਲਬ ਟਾਈਮ 11 ਵਜੇ ਤੋਂ ਮਤਲਬ 3-2 ਵਜੇ ਤੱਕ ਰਿਹਾ। ਉਹਦੇ ਵਿੱਚ ਤੁਹਾਨੂੰ ਦੱਸੀਏ ਵੀ ਘੱਟੋ ਘੱਟ ਜਿਹੜੇ ਆਪਣੇ ਆ 85% 80-85% ਜਿਹੜੇ ਪੰਚ ਸਰਪੰਚ ਬਣੇ ਆ ਉਹ ਸਿਰ ਪਹਿਲੀ ਵਾਰ ਬਣੇ ਆ। ਔਰ ਦੂਸਰੀ ਗੱਲ ਇਹ ਇੰਨੀ ਤਾਦਾਦ ਦਾ ਮਤਲਬ ਇਹ ਆ ਵੀ ਲੋਕ ਜਾਗਰੂਕ ਹੋ ਗਏ, ਲੋਕਾਂ ਨੂੰ ਲੱਗਦਾ ਸਭ ਅਸੀਂ ਕਿਹੜੇ ਬੰਦੇ ਨੂੰ ਚੁਣਨਾ ਔਰ ਕਿਹੜਾ ਬੰਦਾ ਸਾਡੀ ਨੁਮਾਇੰਦਗੀ ਕਰ ਸਕਦਾ, ਕਿਹੜਾ ਬੰਦਾ ਸਾਡੇ ਦੁੱਖ ਸੁੱਖ 'ਚ। ਮੈਂ ਤੁਹਾਨੂੰ ਇਹ ਵੀ ਦੱਸਦਿਆਂ ਵੀ ਪੰਜਾਬ ਦੀ ਚੋਣਾਂ ਦੀ ਗੱਲ ਕਰਦੇ ਹੋ ਤੁਸੀਂ ਸਰਪੰਚਾਂ ਜ਼ਿਲ੍ਹਾ ਪ੍ਰਸ਼ਦ, ਇਹਦੇ ਵਿੱਚ ਇਸ ਵਾਰ ਲੋਕਾਂ ਨੇ ਇਹ ਜ਼ਰੂਰ ਦੱਸਿਆ ਆਪਣੇ ਵੋਟ ਪਾਉਣ ਲੱਗਿਆਂ ਨੇ ਵੀ ਉਹ ਇਸ ਚੀਜ਼ ਤੋਂ ਬੈਟਰ ਨੋਨ ਆ ਵੀ ਜਿਹੜਾ ਕੰਮ ਸਾਡੇ ਬੰਦਾ ਆਉਂਦਾ ਆ ਉਹ ਸਾਡਾ ਕਿਵੇਂ ਚੱਲਦਾ। ਇਸ ਵਿੱਚ ਵੋਟਰਾਂ ਨੇ ਇਹ ਨਹੀਂ ਦੇਖਿਆ ਵੀ ਇਹਦੀ ਪਹੁੰਚ ਬਹੁਤ ਆ ਜਾਂ ਇਹਦੇ ਉੱਪਰ ਸੰਬੰਧ ਆ, ਉਹਨਾਂ ਨੇ ਉਸ ਬੰਦੇ ਨੂੰ ਨੁਮਾਇੰਦਾ ਚੁਣਿਆ ਜਿਹੜਾ ਬੰਦਾ ਬਿਲਕੁਲ ਪਿੰਡ ਨਾਲ ਜੁੜਿਆ ਸੀ, ਜ਼ਮੀਨ ਨਾਲ ਜੁੜਿਆ ਸੀ ਔਰ ਪਿੰਡ ਦੇ ਵਿੱਚ ਰਿਲੇਸ਼ਨ ਵਧੀਆ ਸੀ। ਇਹਦੀਆਂ ਮਤਲਬ ਤਕਰੀਬਨ ਬਹੁਤ ਉਦਾਹਰਨਾਂ ਆ ਸਾਡੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਕਈ ਸਰਪੰਚਾਂ, ਮਤਲਬ ਇਸ ਬਾਰੇ 1947 ਜਦੋਂ ਪੰਚਾਇਤੀ ਰਾਜ ਸ਼ੁਰੂ ਹੋਇਆ ਉਹ ਤੋਂ ਬਾਅਦ ਪਹਿਲੀ ਵਾਰ ਇੰਨਾ ਹੋਇਆ ਵੀ ਇੰਨੀ ਵਾਰ ਇਹ ਸੰਮਤੀਆਂ ਜਿਹੜੀ ਸਰਬਸੰਮਤੀ ਹੋਈ ਆ ਸਰਬਸੰਮਤੀ ਨਾਲ ਸਰਪੰਚ ਬਣੇ ਆ, ਅਤੇ ਨਾਲ ਦੀ ਨਾਲ ਕਈ ਪਿੰਡਾਂ ਦੇ ਵਿੱਚ ਤਾਂ ਜਿਨ੍ਹਾਂ ਦੇ ਵਿੱਚ ਸੀਟਾਂ ਰਿਜ਼ਰਵ ਸੀਗੀਆਂ ਪਿੰਡ ਜਨਰਲ ਸੀਗੇ ਜਿਨ੍ਹਾਂ ਤੋਂ ਸੀਟ ਰਿਜ਼ਰਵ ਹੋਈ ਆ ਜਾਂ ਐਸ ਸੀ ਸੀਟ ਹੋਈ ਆ ਉਹਨਾਂ ਵਿੱਚ ਜਨਰਲ ਵਰਗ ਦੇ ਲੋਕਾਂ ਨੇ ਤਾਂ ਬਹੁਤਾ ਉਤਸ਼ਾਹ ਦਿਖਾਇਆ ਹੀ ਨਹੀਂ। ਕਈ ਪੰਚ ਸਰਪੰਚ ਜਿਹੜੇ ਸੀਗੇ ਉਹ ਬਿਨਾਂ ਮੁਕਾਬਲਾ ਹੀ ਚੁਣੇ ਗਏ, ਕਈਆਂ ਨੇ ਕਿਉਂਕਿ ਹੁਣ ਇੱਕ ਜਿਹੜੀ ਪਿੰਡਾਂ ਦੇ ਵਿੱਚ ਵਾਰਡਬੰਦੀ ਕਰ ਦਿੱਤੀ ਆ, ਵਾਰਡਬੰਦੀ ਕਰਨ ਤੋਂ ਬਾਅਦ ਜਿਹੜੀ ਪਿੰਡਾਂ ਦੀ ਵਾਰਡਬੰਦੀ ਕਰ ਦਿੱਤੀ ਆ ਵਾਰਡਬੰਦੀ ਦਾ ਵੀ ਲੋਕਾਂ ਨੂੰ ਬਹੁਤਾ ਨਹੀਂ ਪਤਾ ਲੱਗਾ, ਕਿਉਂਕਿ ਲੋਕਾਂ ਨੂੰ ਇਹ ਵਾਰਡਬੰਦੀਆਂ ਦੇ ਵਿੱਚ ਵੀ ਉਹਨਾਂ ਨੇ ਇਹ ਦੱਸਿਆ ਵੀ ਕਈ ਘਰ ਜਿਹੜੇ 3 ਵਾਰਡ ਦੇ ਸੀ ਉਹ 5 ਵਾਰਡ 'ਚ 5 ਵਾਰਡ ਦੇ 7 ਵਾਰਡ 'ਚ ਪਾ ਤੇ, ਉਹ ਵੋਟਾਂ ਦਾ ਵੀ ਇਹੋ ਜਿਹਾ ਡਿਵਾਈਡੇਸ਼ਨ ਹੋ ਗਈ ਆ ਵੀ ਲੋਕਾਂ ਨੂੰ ਸਮਝ ਨਹੀਂ ਸੀ ਆਈ ਵੀ ਵੋਟ ਕਿਵੇਂ ਪਾਉਣੀਆਂ, ਪਰ ਫਿਰ ਵੀ ਲੋਕਾਂ ਨੇ ਬਹੁਤ ਸੁਲਝੇ ਤਰੀਕੇ ਨਾਲ ਵੋਟਾਂ ਪਾਈਆਂ। ਵੋਟਾਂ ਪਾਉਣ ਤੋਂ ਬਾਅਦ ਜਿਹੜੇ ਪੰਚ ਸਰਪੰਚ ਚੁਣੇ ਆ ਉਹ ਬਹੁਤ ਵਧੀਆ ਕਾਬਲ ਔਰ ਇਮਾਨਦਾਰ ਜਿਹੜੇ ਲੋਕਾਂ ਦੇ ਨਾਲ, ਹਾਂ ਜਿਹੜਾ ਕਿਤੇ ਕੋਈ ਗੱਲ ਲੱਗਦੀ ਆ ਵੀ ਕਿਸੇ ਨੇ ਕੋਈ ਪੋਲੀਟੀਕਲ ਸਟੇਟਸ ਵਾਲਾ ਜਾਂ ਪੋਲੀਟੀਕਲ ਅਪਰੋਚ ਵਾਲਾ ਚੁਣਿਆ ਉਹਦੇ ਵਿੱਚ ਵੀ ਇਹ ਮੈਂ ਤੁਹਾਨੂੰ ਦੱਸ ਦਿੰਦਾ ਵੀ ਕੋਈ ਐਡੀ ਵੱਡੀ ਗੱਲ ਨਹੀਂ ਹੈਗੀ, ਲੋਕਾਂ ਨੇ ਜਿਹੜਾ ਆਪਣਾ ਫਤਵਾ ਦਿੱਤਾ ਉਹ ਬਿਲਕੁਲ ਸਹੀ ਦਾ। ਹਾਂ ਇੱਕ ਗੱਲ ਮੈਂ ਤੁਹਾਨੂੰ ਹੋਰ ਅੱਜ ਦੀ ਬੜੀ ਬਹੁਤ ਵੱਡੀ ਗੱਲ ਆ ਜਿਹੜੀ ਕੱਲ੍ਹ ਨੂੰ ਪਬਲਿਸ਼ ਹੋਣੀ ਆ, ਆਪਾਂ ਅੱਜ ਲਾਈਵ ਦੇ ਦੱਸ ਦਈਏ ਵੀ ਸਾਡੇ ਲੋਕ ਬੇਸ਼ੱਕ ਬਹੁਤ ਪੜ੍ਹੇ ਲਿਖੇ ਆ, ਨੌਜਵਾਨ ਹੋਏ ਆ, ਮਤਲਬ ਘੱਟ ਉਮਰ ਦੇ ਸਰਪੰਚ ਪੰਚ ਬਣੇ ਆ, ਪਰ ਮੈਂ ਤੁਹਾਨੂੰ ਦੱਸਦਾ ਜਾਗਰੂਕਤਾ ਦੀ ਜਿਹੜੀ ਗੱਲ ਕਰਦੇ ਹਾਂ, ਅੱਜ ਜਦੋਂ ਸਹੁੰ ਚੁੱਕ ਦਾ ਸਮਾਗਮ ਹੋਇਆ ਲਾਸਟ ਦੇ ਵਿੱਚ ਉਹਨਾਂ ਨੇ ਡੋਪੋਟ ਦੀ ਇੱਕ ਸਹੁੰ ਚੁਕਾਈ ਸੀਗੀ ਪੰਚਾਂ ਸਰਪੰਚਾਂ ਨੂੰ ਜਿਹੜੀ ਉਹ ਮਤਲਬ ਉਹਨੇ ਕਰਾਉਣੀ ਸੀਗੀ, ਉਹਦੇ ਵਿੱਚ ਉਹ ਭਾਰਤ ਭੂਸ਼ਣ ਆਸ਼ੂ ਨੇ ਆਪਣਾ ਨਾਂ ਬੋਲਿਆ, ਮੈਂ ਭਾਰਤ ਭੂਸ਼ਣ, ਉਹ ਸਾਡੇ ਜਿੰਨਾ ਆਵਾਮ ਸਾ 8,884 ਅਤੇ 1,477 ਪੰਚ ਅਤੇ ਸਰਪੰਚ ਜਿਹੜੇ ਸੀਗੇ ਅਤੇ ਨਾਲ ਜ਼ਿਲ੍ਹਾ ਪਰਿਸ਼ਦ ਮੈਂਬਰ ਉਹਨਾਂ ਨੇ ਉਹਦਾ ਹੀ ਨਾਂ ਬੋਲਿਆ। ਈਵਨ ਮੈਂ ਤੁਹਾਨੂੰ ਦੱਸਦਾ ਵੀ ਅੱਜ ਇਹ ਸਵੇਰ ਨੂੰ ਖਬਰ ਦੇ ਵਿੱਚ ਵੀ ਇਹ ਟਾਈਟਲ ਆ ਵੀ ਲੋਕਾਂ ਨੂੰ ਪ੍ਰਸ਼ਾਸਨ ਦੀ ਇਹ ਜ਼ਿੰਮੇਵਾਰੀ ਸੀਗੀ, ਪ੍ਰਸ਼ਾਸਨ ਨੂੰ ਇਹ ਦੱਸਣਾ ਸੀਗਾ ਵੀ ਜਿਹਨੇ ਸਹੁੰ ਚੁਕਾਉਣੀ ਉਹਨੇ ਆਪਣਾ ਨਾਂ ਬੋਲਣਾ, ਤੁਸੀਂ ਆਪਣਾ ਰਿਵੀਜ਼ਨ ਬੋਲਣਾ ਵੀ ਅਸੀਂ ਸਹੁੰ ਚੱਕਦੇ ਹਾਂ, ਉਹ ਲੋਕਾਂ ਨੇ ਵਿੱਚ ਮੇਲ ਫੀਮੇਲ ਨੇ ਉਹਦਾ ਹੀ ਨਾਂ ਬੋਲਿਆ। ਇਹ ਇੱਕ ਬਹੁਤ ਆਕਰਸ਼ਣ ਦਾ ਵਿਸ਼ਾ ਰਿਹਾ ਉੱਥੇ ਜਿੰਨੀ ਦੇਰ ਵੀ ਅਸੀਂ ਘੰਟਾ ਡੇਢ ਘੰਟਾ ਬੈਠ ਰਹੇ ਅਤੇ ਲੋਕਾਂ ਨੂੰ ਇਸ ਚੀਜ਼ ਦਾ ਵੀ ਨਹੀਂ ਪਤਾ ਸੀਗਾ ਵੀ ਸਹੁੰ ਕਿਵੇਂ ਚੁੱਕਣੀ ਆ ਅਤੇ ਉਹਦੇ ਨਾਲ ਕਿਹਨੇ ਕੀ ਕਰਨਾ, ਇਹ ਸਾਡੇ ਹਾਲੇ ਦੁਖਾਂਤ ਆ। ਹਾਂ ਇਹ ਜ਼ਰੂਰ ਆ ਵੀ ਜਿਹੜਾ ਨਵਾਂ ਪੰਚ ਬਣਿਆ ਉਹ ਸਰਪੰਚ ਬਣਿਆ ਉਹਨੂੰ 5 ਸਾਲ ਦਾ ਜਦ ਤੱਕ ਸੋਝੀ ਆਉਣੀ ਆ, ਜਦ ਤੱਕ ਫਿਰ ਉਹ ਕਿਹੜੇ ਰਾਜ ਦੀ ਪਰਜਾ ਹੋਣੀ ਆ ਉਹ ਹੋ ਜਾਣੀ ਆ, ਇਹ ਮਤਲਬ ਸੋਝੀ ਆਉਂਦੇ ਆਉਂਦੇ ਆ, ਪਰ ਫਿਰ ਵੀ ਇਹ ਜਿਹੜੀਆਂ ਸਰਪੰਚਾਂ ਪੰਚਾਂ ਦੀਆਂ ਚੋਣਾਂ ਹੋਈਆਂ ਬਹੁਤ ਵਧੀਆ ਹੋਈਆਂ ਔਰ ਮੈਂ ਸਮਝਦਾ ਇਹਦੇ ਵਿੱਚ ਕੋਈ ਪਾਰਟੀ ਨਹੀਂ ਹੈ, ਪਾਰਟੀਆਂ ਸਿਰਫ ਇੱਦਾਂ ਆ ਵੀ ਜਿਹਦਾ ਪੱਖ ਪੂਰਦੀਆਂ ਵੀ ਦੇਖ ਕੇ ਜਿਹੜਾ ਬੰਦਾ ਮਗਰੋਂ ਉਹਨੇ ਕਹਿਣਾ ਇਹ ਸਾਡਾ ਬੰਦਾ ਸਾਡਾ ਬੰਦਾ, ਪਰ ਲੋਕ ਹਾਂ ਸਾਰਿਆਂ ਨੂੰ ਕਰੀ ਜਾਂਦੇ ਆ। ਇਸ ਵਾਰ ਮੈਂ ਤੁਹਾਨੂੰ ਪਿਛਲੀ ਵਾਰ ਵੀ ਦੱਸਿਆ ਇਸ ਵਾਰ ਵੀ ਲੋਕਾਂ ਨੇ ਮਤਲਬ ਕਿਸੇ ਨੂੰ ਨਾਂਹ ਨਹੀਂ ਕੀਤੀ, ਜਿਹੜਾ ਬੰਦਾ ਆਇਆ ਕਿ ਹਾਂ ਵੀ ਕੀ ਚਾਹੀਦਾ ਉਹ ਚੀਜ਼ ਲੈ ਲਈ, ਸਾਰਾ ਕੁਝ ਕੀਤਾ, ਪਰ ਵੋਟ ਆਪਣੀ ਮਰਜ਼ੀ ਨਾਲ
ਅਜਨੋਹ ਸਾਹਿਬ ਬਿਲਕੁਲ ਸਹੀ ਆ, ਅਸੀਂ ਕਹਿ ਤਾਂ ਦਿੰਦੇ ਹਾਂ ਵੀ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਜਾਗਰੂਕ ਆ ਗਈ, ਪਰ ਇਸ ਖਬਰ ਨੂੰ ਦੇਖ ਕੇ ਲੱਗਦਾ ਕਿ ਜਾਗਰੂਕ ਇੰਨੀ ਨਹੀਂ ਆਈ ਜਿੰਨੀ ਚਾਹੀਦੀ ਹੈ। ਚਾਹੇ ਉਹ ਨਵੀਂ ਜਨਰੇਸ਼ਨ ਪੰਚਾਇਤਾਂ ਦੇ ਵਿੱਚ ਆਈ ਹੈ ਜਾਂ ਚੁਣੀ ਗਈ ਹੈ, ਪਰ ਸਾਡੀ ਬਦਕਿਸਮਤੀ ਜਾਂ ਪੰਜਾਬ ਦੇ ਪੋਲੀਟਿਕਸ ਦੇ ਸਿਆਸਤਦਾਨਾਂ ਦੀ ਉਹ ਆਪਣੀ ਗੇਮ ਖੇਡਦੇ ਕਰਕੇ, ਕਿਉਂਕਿ ਇਹ ਪੋਲੀਟਿਕਸ ਜਾਂ ਪ੍ਰਸ਼ਾਸਨ ਨੂੰ ਚਾਹੀਦਾ ਸੀਗਾ ਸਭ ਤੋਂ ਪਹਿਲਾਂ ਉਹਨਾਂ ਨੂੰ ਜਿਨ੍ਹਾਂ ਨੇ ਸਹੁੰ ਚੁੱਕਣੀ ਸੀਗੀ ਉਹਨਾਂ ਨੂੰ ਪ੍ਰੋਪਰ ਐਜੂਕੇਟ ਕੀਤਾ ਜਾਂਦਾ, ਨਾ ਕਿ ਇੱਕ ਮਗਰ ਲੱਗ ਕੇ ਉਹਨਾਂ ਦਾ ਨਾਂ ਜਿੱਦਾਂ ਬੋਲੀ ਗਿਆ। ਤੁਹਾਡੇ ਕਹਿਣ ਮੁਤਾਬਕ ਉਹ ਇੱਕ ਸ਼ਰਮਨਾਕ ਗੱਲ ਕਹਿ ਸਕਦੇ ਹਾਂ ਪੰਜਾਬ ਦੇ ਲਈ, ਪੰਚਾਇਤਾਂ ਦੇ ਲਈ, ਕਿਉਂਕਿ ਜਿਹੜੀ ਗਵਰਨਮੈਂਟ ਉੱਥੇ ਰਾਜ ਕਰਦੀ ਹੁੰਦੀ, ਚਾਹੇ ਉਹ ਕਾਂਗਰਸ ਹੋਵੇ, ਚਾਹੇ BJP ਹੋਵੇ, ਅਤੇ ਚਾਹੇ ਅਕਾਲੀ ਦਲ ਹੋਵੇ, ਅਤੇ ਚਾਹੇ ਆਮ ਆਦਮੀ ਪਾਰਟੀ ਹੋਵੇ, ਇਹਨਾਂ ਦਾ ਅਖਲਾਕੀ ਫਰਜ਼ ਬਣਦਾ ਕਿ ਆਪਣੀ ਆਵਾਮ ਨੂੰ ਪੂਰੀ ਤਰ੍ਹਾਂ ਐਜੂਕੇਟ ਕਰੇ। ਪਰ ਉਹ ਬਦਕਿਸਮਤੀ ਸਾਡੀ ਇੰਨੀ ਆ ਕਿ ਇਹ ਜਿਹੜੀਆਂ ਸਰਕਾਰਾਂ ਪੂਰੀਆਂ ਨਾਕਾਮ ਹੁੰਦੀਆਂ, ਸਿਰਫ ਰਾਜ ਕਰਨ ਤੱਕ ਸਹਿਮਤ ਰੱਖਦੀਆਂ, ਆਪਣੇ ਗੱਲੇ ਭਰਨ ਤੱਕ ਰੱਖਦੀਆਂ। ਜੇ ਕਿਤੇ ਆਵਾਮ ਨੂੰ ਦੇਣ ਦਾ ਬੈਨੀਫਿਟ ਦੇਣ ਦੀ ਗੱਲ ਆਉਂਦੀ ਹੈ ਜਾਂ ਪੈਸਾ ਦੇਣ ਦਾ ਆਉਂਦਾ, ਕੰਪੋਜੀਸ਼ਨ ਦੇਣ ਦੀ ਗੱਲ ਆਉਂਦੀ ਹੈ, ਉੱਥੇ ਕਹਿ ਦਿੰਦੇ ਖਜ਼ਾਨੇ ਖਾਲੀ ਹੈ। ਜਿੱਦਣ ਕਿਤੇ ਉਹਨਾਂ ਦੀ ਆਪਣੇ ਉਹ ਬਿਨਾਂ ਪੁੱਛੇ ਤਨਖਾਹਾਂ ਵਧਾ ਲੈਂਦੇ ਆ, ਪਿੱਛੇ ਜਿਹੇ ਤਨਖਾਹਾਂ ਵਧਾਈਆਂ ਗਈਆਂ, ਚਾਹੇ ਉਹ ਦਿੱਲੀ ਦੀ ਗਵਰਨਮੈਂਟ ਵਧਾਵੇ ਚਾਹੇ ਪੰਜਾਬ ਦੀ ਗਵਰਨਮੈਂਟ ਹੋਵੇ, ਉਹ ਬਿਨਾਂ ਪੁੱਛੇ ਤੋਂ ਤਨਖਾਹਾਂ ਵਧਾ ਲੈਂਦੇ ਆ, ਬਿਨਾਂ ਪੁੱਛੇ ਤੋਂ ਹੀ ਕਾਰਾਂ ਲੈਗਰੀ ਗੱਡੀਆਂ ਲੈ ਲੈਂਦੇ ਆ, ਕਿ ਉਹਨਾਂ ਨੂੰ ਇਹ ਗੱਲਾਂ ਸੋਭਦੀਆਂ ਜਦੋਂ ਲੋਕਾਂ ਤੱਕ। ਪਰ ਸਾਡੀ ਆਵਾਮ ਦੀ ਵੀ ਕਿਤੇ ਨਾ ਕਿਤੇ ਗਲਤੀ ਆ ਨਾ ਜੋ ਨਾ ਸਾਹਿਬ, ਕਿਉਂਕਿ ਅਸੀਂ ਕੁਛ ਕੁ ਪੈਸਿਆਂ ਦੇ ਉੱਤੇ ਡੁੱਲ ਜਾਂਦੇ ਹਾਂ, ਵੋਟ ਕੁਛ ਕੁ ਪੈਸਿਆਂ ਦੇ ਵੇਚ ਦਿੰਦੇ ਹਾਂ, ਅਸੀਂ ਆਪਣਾ ਅਖਲਾਕੀ ਫਰਜ਼ ਨਹੀਂ ਸਮਝਦੇ ਵੀ ਇਹ ਜਿਹੜੀ ਵੋਟ ਆ ਕਿੰਨੀ ਕੀਮਤੀ ਹੈ। ਇਹਦੇ ਨਾਲ ਦੇਸ਼ ਦਾ, ਆਪਣੀ ਸਟੇਟ ਦਾ, ਆਪਣੇ ਪਿੰਡ ਦਾ, ਆਪਣੇ ਘਰ ਦਾ ਇੱਕ ਭਵਿੱਖ ਚੇਂਜ ਹੋਣਾ, ਚੇਂਜ ਭਵਿੱਖ ਲਿਖਿਆ ਹੋਇਆ ਇਹਦੇ ਉੱਤੇ। ਜਦੋਂ ਤੁਸੀਂ ਵੋਟ ਸਹੀ ਬੰਦੇ ਨੂੰ ਪਾਓਗੇ ਨਾ, ਤੁਹਾਡਾ ਤੁਹਾਡੇ ਘਰ ਦਾ, ਤੁਹਾਡੇ ਪਿੰਡ ਦਾ, ਤੁਹਾਡੇ ਇਲਾਕੇ ਦਾ ਆਟੋਮੈਟਿਕਲੀ ਭਵਿੱਖ ਚੇਂਜ ਹੋਵੇਗਾ ਉਹਦੇ ਵਿੱਚ। ਨਹੀਂ ਤਾਂ ਜੇ ਅਸੀਂ ਵੋਟ ਵੇਚ ਕੇ ਪਾਵਾਂਗੇ ਤਾਂ ਉਸ ਇਨਸਾਨ ਨੇ ਜਿਹਨ ਬੋਰਡ ਖਰੀਦੀ ਹੈ ਨਾ, ਉਹ ਪੈਸੇ ਤਾਂ ਫਿਰ ਕਿਤੇ ਨਾ ਕਿਤੇ ਵਸੂਲਣੇ ਆ ਨਾ। ਅਜਨੋਹ ਸਾਹਿਬ ਆਪਾਂ ਅਗਲੀ ਖਬਰ ਵੱਲ ਵੱਧਦੇ ਹਾਂ ਜੀ। ਪੰਜਾਬ ਦੇ ਵਿੱਚ ਬੜੀਆਂ ਪਾਰਟੀਆਂ ਨਿਕਲ ਗਈਆਂ ਦਿਨ ਪਰ ਦਿਨ, ਕਈ ਦਲ ਆ ਰਹੇ ਆ। ਹਾਂ ਜੀ ਬਿਲਕੁਲ ਬਿਕਰਮ ਜੀ, ਪਹਿਲਾਂ ਜਿਹੜੀ ਤੁਸੀਂ ਪਿਛਲੇ ਗੱਲ ਕੀਤੀ ਆ ਵੀ ਜਿਵੇਂ ਕਿਸੇ ਨੇ ਪੈਸੇ ਦੇ ਕੇ ਵੋਟ ਲਈ ਆ, ਉਹਨੇ ਪੈਸੇ ਵਸੂਲਣੇ, ਅਕਸਰ ਇਹ ਦੇਖਿਆ ਜਾਂਦਾ ਵੀ ਜਦੋਂ ਅਸੀਂ ਕਿਸੇ ਨੂੰ ਪੈਸੇ ਦੇ ਕੇ ਨੌਕਰੀ ਲੈਂਦੇ ਹਾਂ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਜਿਹੜੀ ਆ ਅਸੀਂ ਪੇਡ ਕਰਦੇ ਹਾਂ ਜਾਂ ਪੇਡ ਲੈਂਦੇ ਹਾਂ, ਅਤੇ ਉਹਦਾ ਮੁਆਵਜ਼ਾ ਜਾਂ ਸਾਨੂੰ ਦੇਣਾ ਪੈਂਦਾ ਜਾਂ ਅਗਲਾ ਸਾਡੇ ਕੋਲੋਂ ਲੈ ਲੈਂਦਾ। ਜੇ ਅਸੀਂ ਅਖਲਾਕੀ ਫਰਜ਼ ਦੀ ਗੱਲ ਕਰਦੇ ਹਾਂ, ਅਖਲਾਕੀ ਫਰਜ਼ ਤੱਕ ਤਾਂ ਸਾਨੂੰ ਸੋਚਣ ਦਾ ਮੌਕਾ ਹੀ ਨਹੀਂ ਦਿੰਦੇ ਜਿਹੜੇ ਪੋਲੀਟੀਕਲ ਲੋਕ ਆ। ਜੇ ਆਵਾਮ ਨੂੰ ਇਹ ਸੋਚਣ ਦਾ ਮੌਕਾ ਦੇਣ ਵੀ ਕਿਹੜਾ ਹੱਕ ਸਹੀ ਆ, ਕਿਹੜਾ ਉਹਨਾਂ ਨੂੰ ਚਾਹੀਦਾ ਆ, ਤਾਂ ਸਾਡੀ ਆਵਾਮ ਤਾਂ ਕਿਸੇ ਦੇ ਲੈਣ ਦੀ ਨਹੀਂ, ਫਿਰ ਤਾਂ ਇਹ ਆਪਣੇ ਆਪ ਹੀ ਗਾ। ਉਹਨਾਂ ਨੇ ਉਹਨਾਂ 'ਚ ਇੱਕ ਸੌੜੀ ਸੋਚ ਬਣਾਤੀ, ਇੱਕ ਸੋਚ ਬੌਂਡ ਕਰ ਦਿੱਤੀ ਆਪਣੇ ਵੋਟਰ ਦੀ। ਉਹਨਾਂ ਨੂੰ ਪਤਾ ਵੀ ਇੱਕ ਵੋਟ ਪਾਉਣੀ ਆ, ਤੁਸੀਂ ਪਰਚੀ ਲਓ, ਮੋਹਰ ਲਾਓ, ਪਾ ਕੇ ਆ ਜਾਓ। ਜੇ ਐਕਚੁਅਲ ਅਸੀਂ ਐਜੂਕੇਟ ਦੀ ਤੁਸੀਂ ਗੱਲ ਕਰਦੇ ਹਾਂ, ਜੇ ਵੋਟਰ ਨੂੰ ਐਜੂਕੇਟ ਕੀਤਾ ਵੀ ਵੋਟ ਦਾ ਮਤਲਬ ਕੀ ਆ, ਕਿੰਨੇ ਸਾਲ ਹੋ ਗਏ 1947 ਤੋਂ ਲੈ ਕੇ ਟਿਲ ਟਾਈਮ ਤੱਕ, ਕਿੰਨੇ ਲੋਕ ਸਾਡੇ ਜਾਗਰੂਕ ਨੂੰ ਵੋਟ ਦਾ ਪਤਾ ਹੀ ਨਹੀਂ ਲੱਗਾ ਵੀ ਵੋਟ ਕੀ ਚੀਜ਼ ਆ। ਜੇ ਅਸੀਂ ਵੋਟ ਬਾਰੇ ਜਾਣੀਏ ਜਾਂ ਵੋਟ ਬਾਰੇ ਸਹੀ ਮਹਿਨਿਆਂ 'ਚ ਆਪਾਂ ਜੇ ਇੱਕ ਮਤਲਬ ਦਿਲੋਂ ਕਹੀਏ ਵੀ ਅਸੀਂ ਆਪਣੇ ਵੋਟਰ ਨੂੰ ਜਾਂ ਸਪੋਟਰ ਨੂੰ ਜਾਣਕਾਰੀ ਦੇਣੀ ਆ ਵੋਟ ਦਾ ਮੀਨਿੰਗ ਕੀ ਆ, ਅਤੇ ਮੈਂ ਸਮਝਦਾ ਆਹ ਜਿਹੜੇ ਆਪ ਤਬਦੀਲੀਆਂ ਹੋਣੀਆਂ ਲੋਕ ਚਾਹੁੰਦੇ, ਬਦਲ ਚਾਹੁੰਦੇ ਆ, ਜਾਂ ਉਹ ਆਪਣੀ ਮਰਜ਼ੀ ਨਾਲ ਸਿਲੈਕਟ ਕਰ ਸਕਦੇ ਆ, ਮਰਜ਼ੀ ਨਾਲ ਇਲੈਕਟ ਕਰ ਸਕਦੇ ਆ, ਪਰ ਜਿੰਨਾ ਚਿਰ ਸਾਡੇ ਵੋਟਰ ਨੂੰ ਜਾਂ ਸਪੋਟਰ ਨੂੰ ਇਹਦੀ ਜਾਣਕਾਰੀ ਨਹੀਂ ਹੈ, ਉਹ ਸਾਡੇ ਸਮਾਜ ਦੀ, ਸਾਡੀ ਆਵਾਮ ਦੀ ਤਰਾਸ ਦੀ ਰਹੂਗੀ। ਚਾਹੇ ਸਾਡੇ ਵਰਗੇ ਕਈ ਆਏ ਆ, ਕਈਆਂ ਨੇ ਜਾਣਾ, ਕਈ ਆਉਣੇ ਆ, ਪਰ ਜਿੰਨਾ ਚਿਰ ਅਸੀਂ ਆਪਣੇ ਦਿਲੋਂ ਨਹੀਂ ਚਾਹਵਾਂਗੇ ਵੀ ਅਸੀਂ ਜਾਣਕਾਰੀ ਲਈਏ ਜਾਂ ਜਿਹੜਾ ਕੰਮ ਅਸੀਂ ਕਰਦੇ ਹਾਂ ਉਹਨੂੰ ਸਾਨੂੰ ਪੂਰੇ ਅਧਿਕਾਰਾਂ ਬਾਰੇ ਜਾਣਕਾਰੀ ਹੋਵੇ, ਉਨਾ ਚਿਰ ਅਸੀਂ ਵੀ ਜਾਗਰੂਕ ਨਹੀਂ ਹੋ ਸਕਦੇ। ਜੇ ਕਿਤੇ ਆਵਾਮ ਦੀ ਵੀ ਗਲਤੀ ਆ, ਤਾਂ ਮੈਂ ਸਮਝਦਾ ਜਿਹੜੀ ਅੱਜ ਅਸੀਂ ਗੱਲ ਕੀਤੀ ਸੀਗੀ ਵੀ ਉਹਨਾਂ ਨੇ ਸਹੁੰ ਖਾਣ ਲੱਗਿਆਂ ਨੇ ਕੀਤੀ ਆ। ਜੇ ਪ੍ਰਸ਼ਾਸਨ ਇਹ ਚਾਹੁੰਦਾ ਵੀ ਜਿਵੇਂ ਨਵੇਂ ਬੰਦੇ ਆਏ ਆ ਨਵਿਆਂ ਨੂੰ ਦੱਸਣਾ, ਤਾਂ ਉਹ ਸਾਰਾ ਕੁਛ ਹੁੰਦਾ। ਉਹਨਾਂ ਨੇ ਇਸ ਗੱਲ ਨੂੰ, ਜੇ ਆਪਾਂ ਬਹੁਤ ਵੱਡੀ ਗੱਲ ਇਹ ਬਿਲਕੁਲ ਛੋਟੀ ਆ, ਪਰ ਜੇ ਇਹਨੂੰ ਐਕਸਪਲੇਨ ਕਰਕੇ ਡੀਪਲੀ ਸੋਚਿਆ ਜਾਵੇ ਤਾਂ ਜਿਹੜੇ ਸਾਡੇ ਇਸ ਬਾਰੇ 5 ਸਾਲਾਂ ਲਈ ਅਸੀਂ ਮੁੱਢ ਖੜੇ ਕੀਤੇ ਆ, ਜਿਨ੍ਹਾਂ ਨੂੰ ਨੁਮਾਇੰਦਗੀ ਦਿੱਤੀ ਆ, ਪਿੰਡਾਂ ਦੀ ਦਿੱਤੀ ਆ, ਆਪਣੇ ਇਲਾਕੇ ਦੀ ਨੁਮਾਇੰਦਗੀ ਦਿੱਤੀ ਆ, ਉਹ ਇਸ ਚੀਜ਼ ਤੋਂ ਹੀ ਜਾਗਰੂਕ ਨਹੀਂ ਹੈ। ਅਸੀਂ ਉਹਨਾਂ ਦੀ ਇਹ ਗਲਤੀ ਨੂੰ ਹਾਸੇ 'ਚ ਜਾਂ ਮਜ਼ਾਕ 'ਚ ਲਗਾ ਦਈਏ ਵੀ ਕੋਈ ਗੱਲ ਨਹੀਂ ਯਾਰ ਸਹੁੰ ਹੀ ਚੱਕੀ ਆ, ਅਤੇ ਉਹ ਜਿਹੜੀ ਆ ਚੀਜ਼ ਗਾਹਾਂ ਉਹਨਾਂ ਨੇ ਉਹਨੂੰ ਚੀਜ਼ ਨੂੰ ਬੜਾ ਲਾਈਟਲੀ ਲੈਣਾ, ਯਾਰ ਅਸੀਂ ਪਰਿਆ ਦੇ ਵਿੱਚ ਐਡੀ ਕਰ ਲਈ ਤਾਂ ਕੋਈ ਫਰਕ ਨਹੀਂ ਪਿਆ, ਅਤੇ ਹੁਣ ਗਾਹਾਂ ਕਰਕੇ ਕੀ ਹੋਣਾ। ਸੋ ਮੈਂ ਸਮਝਦਾ ਵੀ ਜਿਹੜਾ ਉਸ ਵੇਲੇ ਉਹਨਾਂ ਨੂੰ ਇਹ ਜ਼ਰੂਰ ਕਰਨਾ ਚਾਹੀਦਾ ਸੀ, ਇਹ ਸਵਾਲ ਵੀ ਕੀਤਾ ਗਿਆ ਪ੍ਰੈਸ ਕੋਲੋਂ, ਇਸ ਵਾਰ ਉਹ ਕਹਿੰਦੇ ਚਲੋ ਯਾਰ ਟਾਈਮ ਨਿਕਲ ਗਿਆ। ਅਤੇ ਮੈਂ ਸਮਝਦਾ ਮੇਰੇ ਕੋਲ ਇਹਦੀ ਵੀਡੀਓ, ਕਿਉਂਕਿ ਮੈਂ ਆਡੀਓ ਵੀਡੀਓ ਕਰ ਰਿਹਾ ਹੁੰਦਾ, ਵੀਡੀਓ ਸੀਗੀ, ਪਰ ਮੈਂ ਵੀਡੀਓ ਤੁਹਾਨੂੰ ਕਲਿੱਪ ਭੇਜਣੇ ਸੀਗੇ, ਮੈਂ ਪਹਿਲਾਂ ਮੈਂ ਕਿਹਾ ਮੈਂ ਆਪਾਂ ਲਾਈਵ ਦੇ ਵਿੱਚ ਤੁਹਾਡੇ ਨਾਲ ਗੱਲ ਕਰ ਲਈਏ ਵੀ ਇਹੋ ਜਿਹੇ ਸਾਡੇ ਹਾਲੇ ਪੰਜਾਬ ਦੇ ਜਿਹੜੇ ਹਾਲਾਤ ਵਾ, ਬੇਸ਼ੱਕ ਉਹ MLA ਬਣ ਗਿਆ ਜਾਂ ਜ਼ਿਲ੍ਹਾ ਪ੍ਰੀਸ਼ਦ ਬਣ ਗਿਆ ਜਾਂ ਸੰਮਤੀ ਮੈਂਬਰ ਬਣ ਗਿਆ ਸਰਪੰਚ, ਪਰ ਉਹ ਹਾਲੇ ਤੱਕ ਸੋਝੀ ਨਹੀਂ ਹੈ। 5 ਸਾਲ ਤੱਕ ਜਦ ਤੱਕ ਸੋਝੀ ਆਉਣੀ ਹੈ, ਜਦ ਤੱਕ ਸਰਕਾਰਾਂ ਨੇ ਜਾਂ ਜਿਹੜੇ ਪਾਰਟੀ ਆਪਣਾ ਆਪਣਾ ਦਾਅਵਾ ਕਰਦੇ ਇਹ ਸਾਡਾ ਬੰਦਾ, ਇਹ ਸਾਡਾ ਬੰਦਾ, ਇਹ ਸਰਪੰਚ ਸਾਡਾ, ਇਹ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਆ, ਉਹਨਾਂ ਨੇ ਜਿਹਨਾਂ ਨੇ ਦਾਅਵੇ
ਦੂਸਰੀ ਗੱਲ ਤੁਸੀਂ ਪਾਰਟੀਆਂ ਦੀ ਗੱਲ ਕੀਤੀ ਆ, ਪੰਜਾਬ ਦੇ ਵਿੱਚ ਪਾਰਟੀਆਂ ਜਿਹੜੀਆਂ ਆ ਰਹੀਆਂ ਬਹੁਤ ਆ ਰਹੀਆਂ ਹੁਣ, ਖਹਿਰਾ ਸਾਹਿਬ ਨੇ ਵੀ ਤੁਸੀਂ ਕਿੰਨੇ ਮੇਰੇ ਖਿਆਲ 4 ਪ੍ਰੋਗਰਾਮ ਸਾਡੇ ਜਿਹੜੇ ਹੋ ਗਏ, ਖਹਿਰਾ ਸਾਹਿਬ ਦੀ ਅਸੀਂ ਗੱਲ ਕਰਦੇ ਸੀ, ਖਹਿਰਾ ਸਾਹਿਬ ਸਟ੍ਰਿਕਟਲੀ ਕਰਨਗੇ ਕੁਛ ਨਾ ਕੁਛ ਕਰਨਗੇ, ਫੂਲਕਾ ਸਾਹਿਬ ਜੇ ਮਤਲਬ ਜਿਹੜੇ ਉਹਨਾਂ ਦੇ ਨਾਲ ਗਏ ਉਹ ਕੀ ਕਰਨਗੇ, ਹੁਣ ਖਹਿਰਾ ਸਾਹਿਬ ਨੇ ਪਾਰਟੀ ਜਿਹੜੀ ਖੜੀ ਕੀਤੀ ਆ ਉਹ ਤੋਂ ਪਹਿਲਾਂ ਮਨਪ੍ਰੀਤ ਜੀ ਨੇ ਗੱਲ ਕੀਤੀ, ਇਹ ਜਿਹੜੇ ਜਿੰਨੇ ਜਿਹੜੇ ਪਾਰਟੀਆਂ ਦੇ ਮੇਨ ਪਾਰਟੀਆਂ ਅਕਾਲੀ ਬੀਜੇਪੀ ਪ੍ਰੋਬਲਮ ਆਈ ਹੈ ਇੰਟਰਨੈਟ ਦੀ, ਇੱਕ ਸਾਡੀ ਕਾਲ ਜਿਹੜੀ ਡਿਸਕਨੈਕਟ ਹੋਈ, ਅਸੀਂ ਦੁਬਾਰਾ ਫਿਰ ਜੁੜਨ ਜਾ ਰਹੇ ਹਾਂ ਅਤੇ ਦੁਬਾਰਾ ਫਿਰ ਜੁੜਦੇ ਹਾਂ ਜੀ, ਕੋਈ ਟੈਕਨੀਕਲ ਪ੍ਰੋਬਲਮ ਆਈ ਇਸ ਕਰਕੇ ਅਸੀਂ ਦੁਬਾਰਾ ਫਿਰ ਪੰਜਾਬ ਜੁੜਦੇ ਹਾਂ ਜੀ। ਜਦ ਤੱਕ ਮੈਂ ਇੱਥੇ ਲੋਕਲ ਗੱਲਬਾਤ ਕਰਦਾ, ਲੋਕਲ ਜਿਹੜੇ ਇਸ਼ੂ ਇਸ ਵੇਲੇ ਚੱਲ ਰਹੇ ਆ, ਇੱਕ ਜ਼ਿਆਦਾ ਜਿਹੜੇ ਇੱਕ ਟਰੱਕਿੰਗ ਇੰਡਸਟਰੀ ਦੇ ਲਈ ਪਿਛਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ, ਸੁਣਨ ਦੇ ਵਿੱਚ ਆਇਆ ਜਿਹੜੀ ਕਿ ਟਰੱਕਿੰਗ ਇੰਡਸਟਰੀ ਦੇ ਵਿੱਚ ਜਿੰਨੇ ਵੀ ਡਰਾਈਵਰ ਸੀਗੇ ਉਹ ਪੇਰੋਲ ਦੇ ਉੱਤੇ ਜਾ ਰਹੇ ਆ, ਡਰਾਈਵਰ ਕਾਰਪੋਰੇਸ਼ਨ ਬੰਦ ਹੋਣ ਆ ਰਹੀ ਹੈ, ਬੜੀਆਂ ਇਹਦੇ ਉੱਤੇ ਗੱਲਬਾਤਾਂ ਹੋਈਆਂ, ਬੜੀਆਂ ਉਹਦੇ ਉੱਤੇ ਡਿਸਕਸ਼ਨਾਂ ਹੋਈਆਂ, ਕਾਫੀ ਵੀਡੀਓ ਵੀ ਵਾਇਰਲ ਹੋਈਆਂ, ਅਤੇ ਪਰ ਉਹ ਐਂਡ ਆਫ ਦਾ ਡੇ ਜਾਂ ਐਂਡ ਆਫ ਦੀ ਉਸ ਗੱਲਬਾਤ ਤੋਂ ਬਾਅਦ ਪਤਾ ਇਹ ਲੱਗਦਾ ਕਿ ਜਿਹੜੀ ਕਿ ਮਾਫ਼ੀ ਚਾਹਵਾਂ ਕੈਨੇਡਾ ਗਵਰਨਮੈਂਟ, ਕੈਨੇਡਾ ਰੈਵੀਨਿਊ ਏਜੰਸੀ ਹੈ, ਉਹ ਚਾਹੁੰਦੀ ਹੈ ਕਿ ਜਿੰਨੇ ਵੀ ਟੈਕਸ ਦੇ ਵਿੱਚ ਚੋਰੀ ਹੁੰਦੇ ਆ ਉਹਨੂੰ ਰੂਪ ਜਿਹੜੇ ਉਹਦੇ ਵਿੱਚ ਸੁਪੇ ਹੋਲ ਆ ਉਹਨਾਂ ਤੋਂ ਭਰਨ ਦੀ ਕੋਸ਼ਿਸ਼ ਕਰ ਰਹੀ ਹੈ, ਟੈਕਸ ਬਚਾਉਣ ਦੀ ਕੋਸ਼ਿਸ਼ ਹੈ, ਆਪਣੀ ਕਮਿਊਨਿਟੀ ਨਹੀਂ ਹੋਰ ਕਮਿਊਨਿਟੀਆਂ ਵੀ ਬਹੁਤ ਹੈ ਜਿਹੜੀ ਟੈਕਸ ਦੀਆਂ ਵੱਧ ਤੋਂ ਵੱਧ ਚੋਰੀਆਂ ਹੋ ਰਹੀਆਂ। ਇਹਦੇ ਉੱਤੇ ਅੱਗੇ ਚੱਲ ਕੇ ਫਿਰ ਦੁਬਾਰਾ ਗੱਲਬਾਤ ਕਰਾਂਗੇ ਕਿ ਟੈਕਸ ਸਾਨੂੰ ਬਚਾਉਣਾ ਚਾਹੇ ਜਾਂ ਚੋਰੀ ਕਰਨਾ ਜਾਇਜ਼ ਹੈ ਜਾਂ ਦੇਣਾ ਜਾਇਜ਼, ਕਿਉਂਕਿ ਜਿਹੜੇ ਲੋਕ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਆ, 8 ਘੰਟੇ ਕੰਮ ਕਰਦੇ ਆ, ਉਹ ਵੀ ਤਾਂ ਟੈਕਸ ਦਿੰਦੇ ਆ, ਟਰੱਕਿੰਗ ਵਾਲੇ ਕਿਉਂ ਨਹੀਂ ਟੈਕਸ ਦਿੰਦੇ, ਕਿਉਂ ਉਹਨਾਂ ਨੂੰ ਉਹਨਾਂ ਤੋਂ ਵੱਧ ਤਨਖਾਹ ਮਿਲਣ ਦੇ ਬਾਵਜੂਦ ਵੀ ਉਹ ਅਫੋਰਡ ਨਹੀਂ ਕਰ ਸਕਦੇ ਟੈਕਸ, 8 ਘੰਟੇ ਜੋਬ ਕਰਨ ਵਾਲਾ, ਟੈਮੋਟਮ 'ਤੇ ਕੰਮ ਕਰਨ ਵਾਲਾ, ਉਹ ਪੂਰਾ ਟੈਕਸ ਪੇ ਕਰ ਰਿਹਾ, ਪੂਰੀ ਟੈਕਸ ਪੇ ਦੇ ਰਿਹਾ ਜੀ, ਸਭ ਕੁਛ ਪੂਰਾ ਦੇ ਰਿਹਾ ਜੀ। ਇਹਦੇ ਉੱਤੇ ਆਪਾਂ ਅੱਗੇ ਚੱਲ ਕੇ ਜ਼ਰੂਰ ਗੱਲਬਾਤ ਕਰਾਂਗੇ, ਮੈਨੂੰ ਮੈਸੇਜ ਵੀ ਆਉਂਦੇ ਇਹਦੇ ਉੱਤੇ, ਮੈਂ ਜ਼ਰੂਰ ਅੱਗੇ ਜਾ ਕੇ ਇਹਦੇ 'ਤੇ ਡਿਸਕਸ਼ਨ ਕੀਤੀ ਜਾਵੇਗੀ। ਲਓ ਜੀ ਪੰਜਾਬ ਇੱਕ ਵਾਰ ਫਿਰ ਜੁੜਦੇ ਹਾਂ ਜੀ, ਅਜਨੋਹਾ ਸਾਹਿਬ ਕਿਸੇ ਕਾਰਨ ਕਰਕੇ ਆਪਣੀ ਲਾਈਨ ਜਿਹੜੀ ਡਰੋਪ ਹੋ ਗਈ ਸੀਗੀ, ਇੱਕ ਵਾਰ ਫਿਰ ਦੁਬਾਰਾ ਸਵਾਗਤ ਹੈ ਜੀ। ਜੀ ਬਿਲਕੁਲ ਸਰ, ਆਪਾਂ ਜਿਹੜੀ ਬ੍ਰੇਕ ਸੀ ਉਹਦੇ ਕਾਰਨ ਆਪਾਂ ਗੱਲ ਚੱਲਦੀ ਸੀਗੀ, ਆਪਾਂ ਪਾਰਟੀਆਂ ਪੰਜਾਬ ਦੇ ਵਿੱਚ ਬਣਾ ਰਹੇ ਆ, ਮੇਰੀ ਗੱਲ ਜਿਹੜੀ ਚੱਲ ਉੱਥੇ ਸੀਗੀ ਵੀ ਜਿਹੜੇ ਆਪਣੇ ਪਾਰਟੀ ਦੇ ਪ੍ਰਤੀਨਿਧ ਆ, ਕਿਸੇ ਵੀ ਪਾਰਟੀ ਦੇ ਪ੍ਰਤੀਨਿਧ ਆ, ਉਹ ਜਿਹੜੇ ਜਦੋਂ ਪਾਰਟੀਆਂ ਦੇ ਨੇੜੇ ਹੁੰਦੇ ਕਾਰਨ ਜਦੋਂ ਉਹਨਾਂ ਦਾ ਡਿਸਪਿਊਟ ਹੁੰਦਾ, ਜਾਂ ਤਾਂ ਉਹ ਚਾਹੁੰਦੇ ਜਿਸ ਚੀਜ਼ ਦਾ ਤਰੀਕੇ ਨਾਲ ਚਾਹੁੰਦੇ ਪਾਰਟੀ ਚੱਲੇ, ਪਾਰਟੀ ਹਾਈਕਮਾਂਡ ਚੱਲੇ, ਜਾਂ ਉਹ ਪਾਰਟੀ ਇਹ ਚਾਹੁੰਦੀ ਹੈ ਵੀ ਸਾਡੇ ਤਰੀਕੇ ਨਾਲ ਚੱਲੇ, ਜਦੋਂ ਇਹਨਾਂ ਦੋਨਾਂ ਦੀ ਮਿਸਅੰਡਰਸਟੈਂਡਿੰਗ ਹੋ ਜਾਂਦੀ ਆ ਤਾਂ ਉਹ ਫਿਰ ਨਵੀਂ ਪਾਰਟੀ ਖੜੀ ਕਰਨ ਦਾ ਦਾਅਵਾ ਕਰਨ ਲੱਗ ਪੈਂਦੇ ਆ, ਉਹ ਜਦੋਂ ਦਾਅਵਾ ਕਰਦੇ ਉਹ ਥੋੜ੍ਹੇ ਦਿਨਾਂ 'ਚ ਆਪਣੀ ਪਾਰਟੀ ਖੜੀ ਕਰਦੇ, ਪਰ 1-6 ਮਹੀਨੇ ਲਾਉਂਦੇ ਆ, ਜਦ ਤੱਕ ਵੋਟਰ ਇਸ ਚੀਜ਼ 'ਚ ਪਿਆ ਰਹਿੰਦਾ ਵੀ ਯਾਰ ਇਹ ਮੈਂ ਕਿਹਨੂੰ ਵੋਟ ਪਾਵਾਂ, ਮੈਂ ਪਾਰਟੀ ਜਿਹੜਾ ਹਾਈਕਮਾਂਡ ਦੇ ਵਿੱਚ ਪਹਿਲਾਂ ਪ੍ਰਧਾਨ ਜਾਂ ਜਿਹੜਾ ਉਹਦਾ ਪ੍ਰਤੀਨਿਧ ਲੱਗ ਗਿਆ ਉਹਨੂੰ ਪਾਵਾਂ, ਜਾਂ ਜਿਹੜਾ ਟੁੱਟ ਕੇ ਜਾਂ ਨਵੀਂ ਪਾਰਟੀ ਬਣਾਈ ਆ ਉਹਨੂੰ ਪਾਵਾਂ, ਉਹ ਵੋਟਾਂ ਇਹੋ ਜਿਹੇ ਸਾਡੇ ਸਮਾਜ ਦੀ ਤਰਾਸਦੀ ਆ, ਜਿੰਨਾ ਚਿਰ ਇਹ ਲੀਡਰ ਲੋਕ ਆਪਣੀਆਂ ਪਾਰਟੀਆਂ ਬਣਾਉਣਗੇ ਆਪਣੇ ਮਫਾਦ ਲਈ ਬਣਾਉਂਦੇ ਆਏ, ਲੋਕਾਂ ਦਾ ਕੋਈ ਨਹੀਂ ਸੋਚਦੇ, ਜਿਹਨੇ ਮਰਜ਼ੀ ਵਿਕਰਮ ਜੀ ਪਾਰਟੀ ਬਣਾ ਲਈ ਸਰ, ਜਿਹੜਾ ਮਰਜ਼ੀ ਕੋਈ ਕਰ ਲਵੇ, ਜਦੋਂ ਕਿਤੇ ਗੱਲ ਆਉਣੀ ਗਰੀਬ ਦੀ ਗੱਲ ਆਉਣੀ ਆ, ਮਤਲਬ ਆਵਾਮ ਦੀ ਗੱਲ ਆਉਣੀ ਆ, ਕਿਸੇ ਵੀ ਸਮਾਜ ਦੇ ਕਿਸੇ ਵੀ ਵਰਗ ਦੀ ਗੱਲ ਆਉਣੀ ਆ, ਤਾਂ ਇਹਨਾਂ ਲੋਕਾਂ ਨੇ ਆਪਣੀ ਕੁਰਸੀ ਸੇਫ ਕਰਨੀ ਆ ਪਹਿਲਾਂ, ਉਹ ਤੋਂ ਬਾਅਦ ਅਗਲੇ ਦੀ ਸੋਚਣੀ ਆ, ਜਦ ਤੱਕ ਇਹਨਾਂ ਨੇ ਦੂਸਰੇ ਆਵਾਮ ਦੀ ਸੋਚਣ ਦੀ ਗੱਲ ਆਉਣੀ ਆ, ਜਦ ਤੱਕ ਇਹਨਾਂ ਦੀ ਕੁਰਸੀ ਨੂੰ ਕੋਈ ਨਾ ਕੋਈ ਹੋਰ ਲਾਉਣੇ ਵਾਲਾ ਆ ਜਾਣਾ ਵੀ ਯਾਰ ਉਹ ਸਾਡਾ ਬੰਦਾ ਦੂਜੀ ਪਾਰਟੀ, ਉਹ ਸਾਡਾ ਆਕੀ ਹੋ ਗਿਆ, ਬਾਗੀ ਹੋ ਗਿਆ ਸਾਡਾ, ਉਹ ਜਦੋਂ ਬਾਗੀ ਨੂੰ ਜਦ ਤੱਕ ਸੰਭਾਲਣਾ ਜਦ ਤੱਕ 5 ਸਾਲ ਪੂਰੇ ਹੋ ਜਾਂਦੇ ਆ, ਉਹ ਲੋਕ ਇਸੇ ਅਸੀਂ ਦੇਖ ਲਓ ਸਾਡੀ ਵੀ ਇੰਨੀ ਉਮਰ ਹੋ ਗਈ ਆ, ਅਸੀਂ ਇਹੀ ਦੇਖਦੇ ਹਾਂ ਪਾਰਟੀਆਂ ਬਣਦੀਆਂ ਆਈਆਂ ਜਾਂਦੀਆਂ ਆਈਆਂ ਢਹਿੰਦੀਆਂ ਆਈਆਂ, ਇਹ ਜਿਹੜੇ ਅਸਲੀ ਪਾਰਟੀਆਂ, ਅਸਲੀ ਪਾਰਟੀ ਦੀ ਮੈਂ ਗੱਲ ਕਰਦਾ ਜਿਵੇਂ ਕਾਂਗਰਸ ਆ, ਬੀਜੇਪੀ ਆ, ਬੀਜੇਪੀ ਤਾਂ ਪਿਛਲੇ 15-15 ਸਾਲਾਂ ਤੋਂ ਲੋਕਾਂ ਨੂੰ ਪਤਾ ਲੱਗਾ, ਪਹਿਲਾਂ ਤਾਂ ਕਮਲ ਦੇ ਫੁੱਲ ਦੀ ਗੱਲ ਕਰਦੇ ਹੁੰਦੇ ਸੀਗੇ, ਉਹ ਮਤਲਬ ਇਹ ਪਾਰਟੀ ਦਾ ਵੱਖਰਾ ਵੱਖਰਾ ਰਾਗ ਹੈ, ਬੀਜੇਪੀ ਤੱਕ ਆ ਗਈ, ਤੇ ਹੁਣ ਗੱਲ ਇਹ ਆ ਵੀ ਜਦੋਂ ਇਹਨਾਂ ਦੀ ਪਾਰਟੀਆਂ ਦੇ ਜਿਹੜੇ ਧੁਰੰਦਰ ਆ ਉਹ ਜਦੋਂ ਪਾਰਟੀ ਬਣਾਉਂਦੇ ਆ, ਗੱਲ ਕਸੂਰ ਕੀ ਆ, ਆਵਾਮ ਦਾ ਕੀ ਕਸੂਰ ਆ, ਪਾਰਟੀ ਦਾ ਬਣਾ ਲਈ ਅਸੀਂ ਵੀ ਖੁਸ਼ ਹੋ ਕੇ ਗੱਲ ਕਰਦੇ ਆ, ਯਾਰ ਖਹਿਰਾ ਸਾਹਿਬ ਨੇ ਪਾਰਟੀ ਬਣਾ ਲਈ, ਫੂਲਕਾ ਸਾਹਿਬ ਨੇ ਅਨਾਊਂਸ ਕੀਤਾ ਸੀਗਾ ਆਮ ਆਦਮੀ ਪਾਰਟੀ ਆ ਗਈ, ਪਾਰਟੀ ਮਨਪ੍ਰੀਤ ਬਾਦਲ ਜੀ ਨੇ ਪਾਰਟੀ ਬਣਾ ਲਈ, PPP ਬਣਾਈ ਸੀ, ਮਤਲਬ ਇਹ ਪਾਰਟੀਆਂ ਤਾਂ ਬਣਾ ਲੈਂਦੇ, ਖੁਸ਼ ਵੀ ਹੁੰਦੇ ਆ, ਉਹ ਥੋੜ੍ਹੇ ਸਮੇਂ ਲਈ ਫਾਰਦੀ ਟਾਈਮ ਬੀਇੰਗ ਲੌਂਗ ਸਰਟਮ ਲਈ, ਉਹ ਆਪਣੀਆਂ ਪਾਰਟੀਆਂ ਉਹ ਫਿਰ ਕਿਤੇ ਨਾ ਕਿਤੇ ਆਪਣੀ ਮਿਊਚਲ ਕਰ ਲੈਂਦੇ, ਉਹ ਫਿਰ ਜਿੱਥੋਂ ਆਉਂਦੇ ਉੱਥੇ ਜਾ ਵੜਦੇ ਆ, ਉਹ ਲੋਕ ਜਿਹੜੇ ਉਹਨਾਂ ਦੇ ਨਾਲ ਜੁੜੇ ਹੁੰਦੇ ਆ ਉਹ ਫਿਰ ਦੇਖਦੇ ਆ ਵੀ ਅਸੀਂ ਹੁਣ ਕਿੱਧਰ ਜਾਈਏ, ਉਹ ਜਾਂ ਤਾਂ ਉਹ ਮਤਲਬ ਉਹਨਾਂ ਦੇ ਨਾਲ ਤੁਰਦੇ ਆ ਜਾਂ ਫਿਰ ਉਹ ਜਦੋਂ ਆਪਣਾ ਛੱਡਦੇ ਆ ਉਹ ਵੀ ਦੋਨਾਂ ਧਿਰਾਂ ਦੇ ਵਿੱਚੋਂ ਰਹਿ ਜਾਂਦੇ ਆ, ਉਹ ਜਦੋਂ ਮਤਲਬ ਮੈਂਟਲੀ ਉਹਨਾਂ ਨੂੰ ਵਾਸ਼ ਆਊਟ ਕੀਤਾ ਜਾਂਦਾ ਵੀ ਕਿੱਧਰ ਜਾਈਏ, ਉਹ ਫਿਰ ਨਵੀਂ ਤੀਜੀ ਧਿਰ ਬਣਾਉਣ ਦੀ ਕੋਸ਼ਿਸ਼ ਕਰਦੇ ਆ, ਜਦੋਂ ਤੀਜੀ ਧਿਰ ਬਣਦੀ ਆ ਅਸੀਂ ਕਹਿੰਦੇ ਲੈ ਵੀ ਹੁਣ ਤੀਜੀ ਧਿਰ ਬਣ ਗਈ ਹੁਣ ਸਮਾਜ ਦਾ ਕੋਈ ਸੁਧਾਰ ਹੋਊ, ਉਹ ਸੁਧਾਰ ਕਿਆ ਹੋਣਾ, ਉਹ ਤੀਜੀ ਧਿਰ ਦੇ ਵਿੱਚ ਕੁਛ ਅੰਸਰ ਇਹੋ ਜਿਹੇ ਹੁੰਦੇ ਆ ਉਹ ਜਿਹੜੀ ਤੀਜੀ ਧਿਰ ਮਤਲਬ ਖਤਮ ਹੋ ਜਾਂਦੀ ਆ,
ਸੋ ਕੁੱਲ ਮਿਲਾ ਕੇ ਗੱਲ ਫਿਰ ਉੱਥੇ ਹੀ ਆ ਜਾਂਦੀ ਕਾਂਗਰਸ ਬੀਜੇਪੀ ਦੀ ਅਕਾਲੀਆਂ ਦੀ ਉਹ ਲੋਕ ਹੁਣ ਮੈਂ ਤੁਹਾਨੂੰ ਮੈਂ ਸਮਝਦਾ ਮੈਂ ਸਾਡੀ ਆਵਾਮ ਸਾਡੇ ਜਿਹੜੇ ਲੋਕ ਆ ਉਹਨਾਂ ਨੂੰ ਅੱਜ ਤੱਕ ਇਹੀ ਨਹੀਂ ਪਤਾ ਲੱਗਾ ਕਿ ਪਾਰਟੀਆਂ ਕਿਉਂ ਬਣਾਉਂਦੇ ਆ ਜੇ ਕਿਸੇ ਨੇ ਕੰਮ ਕਰਨਾ ਆ ਤਾਂ ਪਾਰਟੀ ਤੋਂ ਬਾਹਰ ਰਹਿ ਕੇ ਵੀ ਹੋਨੈਸਟੀ ਨਾਲ ਕੰਮ ਕੀਤਾ ਹੁਣ ਸਾਡੇ ਬੈਂਸ ਭਰਾ ਲੁਧਿਆਣੇ ਵਾਲੇ ਆ ਉਹ ਵੀ ਕੰਮ ਕਰਦੇ ਆ ਉਹਨਾਂ ਨੇ ਪਾਰਟੀ ਕਿੱਧਰ ਆ ਗਈ ਉਹਨਾਂ ਦੇ ਹੋ ਗਏ ਵੀ ਉੱਧਰ ਗੱਲ ਕਰਦੇ ਆ ਉਹਨਾਂ ਨੇ ਟੋਲ ਪਲਾਜ਼ੇ ਲਈ ਸੰਘਰਸ਼ ਕੀਤਾ ਹੁਣ ਅੱਜ ਵੀ ਲੋਕਾਂ ਦੀ ਇਹ ਰਾਏ ਆ ਕਿ ਜੇ ਤੁਸੀਂ ਬੈਂਸ ਭਰਾਵਾਂ ਕੋਲ ਜਾਂਦੇ ਆ ਤਾਂ ਅਕਲ ਮੁੰਦੀ ਉਹ ਰਾਤ ਨੂੰ 9 ਵਜੇ ਤੱਕ ਸੁਣਦੇ ਆ ਸੋਰੀ ਤੇ ਉਹ ਸਾਰਾ ਕੁਝ ਹੱਲ ਵੀ ਕਰਦੇ ਆ ਲੋਕ ਹੱਲ ਵੀ ਕਰਦੇ ਆ ਤੇ ਉਹ ਅੱਜ ਜੇ ਬੈਂਸ ਭਰਾ ਕਿਸੇ ਪਾਰਟੀ ਨਾਲ ਜਿਹੜੇ ਲੋਕਾਂ ਦਾ ਹੱਲ ਹੁੰਦਾ ਇੱਥੋਂ ਹੁਸ਼ਿਆਰਪੁਰ ਤੋਂ ਜਾ ਕੇ ਜਲੰਧਰ ਤੋਂ ਜਾ ਕੇ ਬੈਂਸ ਭਰਾ ਹੱਲ ਕਰਦੇ ਆ ਉਹਨਾਂ ਨੇ ਨੈਚਰਲੀ ਉਹਨਾਂ ਨੇ ਬੈਂਸ ਭਰਾਵਾਂ ਦੀ ਗੱਲ ਕਰਨੀ ਆ ਬੇਸ਼ੱਕ ਉਹਨਾਂ ਦੀ ਵੋਟ ਜਲੰਧਰ 'ਚ ਆ ਹੁਸ਼ਿਆਰਪੁਰ 'ਚ ਵੋਟ ਆ ਪਰ ਉਹ ਗੱਲ ਜਿਹੜੀ ਆ ਉਹ ਦਿਲੋਂ ਗੱਲ ਬੈਂਸ ਭਰਾਵਾਂ ਦੀ ਕਰਨਗੇ ਵਿਆਹ ਗੱਲ ਕਰ ਸੋ ਇੱਦਾਂ ਪਬਲਿਕ ਨੂੰ ਜੋੜ ਕੇ ਨਾਲ ਫੇਰ ਮੁੜ ਕੇ ਖਰਾਬ ਕਰਨਾ ਜਾਂ ਪਾਰਟੀ ਬਣਾਉਣੀ ਆ ਉਹ ਪਬਲਿਕ ਦੀ ਜਿਹੜੀ ਆ ਆਪਣੀਆਂ ਭਾਵਨਾਵਾਂ ਉਹਨਾਂ ਦੇ ਨਾਲ ਖਿਲਵਾੜ ਕਰਨਾ ਬਾਕੀ ਪਾਰਟੀਆਂ ਜਿੰਨੀਆਂ ਮਰਜ਼ੀ ਬਣਾਈ ਜਾਓ ਜਿੰਨਾ ਚਿਰ ਲੋਕਾਂ ਨੂੰ ਸੁੱਖ ਨਹੀਂ ਸਮਾਜ ਦੇ ਕਿਸੇ ਵਰਗ ਨੂੰ ਸੁੱਖ ਨਹੀਂ ਕੋਈ ਟੈਕਸ ਦੀ ਗੱਲ ਜਿਵੇਂ ਤੁਸੀਂ ਕਿਤੇ ਗੱਲ ਕਰਦੇ ਸੀ ਉਹ ਸਾਡੇ ਵੀ ਤਾਂ ਲੋਕ ਦਿੰਦੇ ਹੀ ਆ ਉਹ ਸਾਡੇ ਇਹੋ ਜਿਹੇ ਬੰਦੇ ਵੀ ਬੈਠੇ ਆ ਜਿਨ੍ਹਾਂ ਕੋਲ ਬਹੁਤ ਬਹੁਤ ਇਨਕਮ ਆ ਔਰ ਸਹੀ ਪੈਸੇ ਚਿੱਟੇ ਪੈਸੇ ਜਿਹਨੂੰ ਵਾਈਟ ਮਨੀ ਕਹਿੰਦੇ ਉਹਦਾ ਟੈਕਸ ਦਿੰਦੇ ਆ ਔਰ ਜਿਹੜੇ ਕਈ ਇੱਦਾਂ ਦੇ ਆ ਜਿਨ੍ਹਾਂ ਕੋਲ ਮਤਲਬ ਕੋਈ ਹਿਸਾਬ ਕਿਤਾਬ ਹੀ ਨਹੀਂ ਹੈਗਾ ਮਤਲਬ ਆਪਣੀ ਜਿਹੜੀ ਆ ਸਿਆਸੀ ਮਤਲਬ ਦਾਅ ਪੇਚ ਜਾਂ ਸਿਆਸੀ ਉਹਦੀ ਪਾਵਰ ਦੀ ਵਰਤੋਂ ਕਰਕੇ ਉਹ ਰੱਖ ਲੈਂਦੇ ਆ ਜੇ ਸਾਰਿਆਂ ਨੂੰ ਜਿਵੇਂ ਤੁਹਾਡੇ ਦੇਸ਼ਾਂ ਦੀ ਗੱਲ ਆ ਜੇ ਉਹ ਟੈਕਸ ਪੇ ਕਰਦੇ ਆ ਜਾਂ ਕਿਸੇ ਤਰ੍ਹਾਂ ਉਹ ਕਿਸੇ ਵੀ ਤਰ੍ਹਾਂ ਦੀ ਕਰਦੇ ਆ ਤੇ ਮੈਂ ਸਮਝਦਾ ਇੱਥੇ ਕਿਸੇ ਨੂੰ 2 ਨੰਬਰ ਦਾ ਜਾਂ ਬਲੈਕਮੇਲ ਤੁਸੀਂ ਕਰਨ ਦਾ ਮਤਲਬ ਮੌਕਾ ਹੀ ਨਹੀਂ ਮਿਲਦਾ ਤੇ ਨਾ ਕਰਨਗੇ ਲੋਕ ਆਪੇ ਸੁਧਰ ਜਾਣਗੇ ਤੁਹਾਡੇ ਵਰਗਾ ਕੈਨੇਡਾ ਸਾਡਾ ਵੀ ਇੱਧਰ ਬਣ ਜਾਣਾ ਪੰਜਾਬ ਦਾ ਸਾਨੂੰ ਵੀ ਲੱਗਣਾ ਪਿਆ ਕੈਨੇਡਾ 'ਚ ਸਾਰੀਆਂ ਸਹੂਲਤਾਂ ਬਹੁਤ ਈਜ਼ੀ ਵੇ ਨਾਲ ਮਿਲ ਜਾਣੀਆਂ ਪਰ ਉਹ ਮੈਨੂੰ ਨਹੀਂ ਲੱਗਦਾ ਵੀ ਸਾਡੇ ਸਮਾਜ ਦੇ ਵਿੱਚ ਸਾਡੇ ਦੇਸ਼ ਪੱਧਰ ਇਹੋ ਜਿਹਾ ਕੁਝ ਮਤਲਬ ਸਿਸਟਮ ਆਊਗਾ ਕਿਉਂਕਿ ਜਦੋਂ ਇਹ ਸਿਸਟਮ ਆਉਣ ਦੀ ਕੋਸ਼ਿਸ਼ ਕਰਦੇ ਆ ਜਾਂ ਲਿਆਉਣ ਦੀ ਕੋਸ਼ਿਸ਼ ਕਰਦੇ ਆ ਉਹ ਕੋਈ ਇਹੋ ਜਿਹਾ ਮਤਲਬ ਗੱਲ ਹੋ ਜਾਂਦੀ ਆ ਜਿਹਦੇ ਨਾਲ ਲੋਕਾਂ ਦੀ ਤਵੱਕੋ ਬਦਲ ਜਾਂਦੀ ਆ ਉਹ ਗੱਲ ਫਿਰ ਉੱਥੇ ਹੀ ਆ ਜਾਂਦੀ ਆ ਪਹਿਲੇ ਦੀ ਤਰ੍ਹਾਂ ਮਤਲਬ ਸੋ ਇਹੋ ਜਿਹਾ ਹਾਲਾਤ ਜਿਹੜੇ ਆ ਪਾਰਟੀਆਂ ਬਣਾਉਣ ਵਾਲੇ ਦੀਆਂ ਤਾਂ ਬਣਨ ਵਾਲੇ ਦੀਆਂ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਜੇ ਇੱਕ ਬੰਦੇ ਨੇ ਕਿਤੇ ਸਮਰਪਿਤ ਹੋ ਕੇ ਕੰਮ ਕਰਨਾ ਮੇਰੇ ਹਿਸਾਬ ਨਾਲ ਬਹੁਤੀਆਂ ਪਾਰਟੀਆਂ ਬਣਾ ਕੇ ਮੇਰੀ ਆਪਣੀ ਪਰਸਨਲ ਰਾਏ ਆ ਤੁਸੀਂ ਅਕਸਰ ਗੱਲ ਕਰਦੇ ਹੁੰਦੇ ਆ ਪੱਤਰਕਾਰ ਦੀ ਆਪਣੀ ਰਾਏ ਹੁੰਦੀ ਆ ਮੈਂ ਆਪਣੀ ਰਾਏ ਗੱਲ ਕਰਦਾ ਵੀ ਬਹੁਤੀਆਂ ਪਾਰਟੀਆਂ ਬਣਾ ਕੇ ਵੀ ਬਹੁਤੇ ਕੋਈ ਰਾਜ ਭਾਗ ਨਹੀਂ ਮਿਲਦਾ ਜਾਂ ਬਹੁਤੀ ਲੋਕਾਂ ਦੀ ਸਿੰਪਤੀ ਨਹੀਂ ਮਿਲਦੀ ਕੰਮ ਤੇ ਕਿਸੇ ਨਾਲ ਵੀ ਮਤਲਬ ਜੇ ਤੁਸੀਂ ਕਿਸੇ ਪਾਰਟੀ 'ਚ ਰਹਿ ਕੇ ਕੰਮ ਕਰਦੇ ਹੋ ਤੁਸੀਂ ਲਾਸਟ ਟਾਈਮ ਆਪਾਂ ਜਿਹੜੀ ਗੱਲ ਕੀਤੀ ਸੀ ਸਚਦੇਵਾ ਜੀ ਆਏ ਸੀ ਸਾਡੇ ਕੋਲ ਆਮ ਆਦਮੀ ਪਾਰਟੀ ਦੇ ਸਚਦੇਵਾ ਪਰਮਜੀਤ ਸਿੰਘ ਸਚਦੇਵਾ ਉਹ ਕਹਿੰਦੇ ਮੈਂ ਜੁੜਿਆ ਸੀ ਕੇਜਰੀਵਾਲ ਸਾਹਿਬ ਦੀਆਂ ਨੀਤੀਆਂ ਦੇ ਨਾਲ ਮੈਨੂੰ ਵਧੀਆ ਲੱਗੇ ਸੋਧੀਆ ਜੀ ਵਧੀਆ ਲੱਗੇ ਉਹ ਤੋਂ ਬਾਅਦ ਸਾਲ ਉਹਨਾਂ ਨੇ ਕੰਮ ਕੀਤਾ ਉਹਨਾਂ ਨੂੰ ਦੁਆਬੇ ਦੇ ਜ਼ੋਨ ਦਾ ਵੀ ਪ੍ਰਧਾਨ ਬਣਾਇਆ ਫਿਰ ਇਲੈਕਸ਼ਨ ਦੇ ਦੌਰਾਨ ਵੀ ਉਹਨਾਂ ਨੇ ਨਕੋਦਰ ਵਾਲੀ ਇਲੈਕਸ਼ਨ 'ਚ ਵੀ ਕੰਮ ਕੀਤਾ ਬਹੁਤ ਕੰਮ ਕੀਤਾ ਜੇ ਸੋਚ ਨੂੰ ਲੈ ਕੇ ਜੁੜੇ ਸੀ ਉਹ ਕੇਜਰੀਵਾਲ ਦੀ ਸੋਚ ਨਾਲ ਜੋ ਉਹਨਾਂ ਦੀ ਸੋਚ ਨਾਲ ਉਹਨਾਂ ਨੂੰ ਲੱਗਾ ਵੀ ਸਾਲ 2 ਸਾਲ ਜਦਕਿ ਉਹਨਾਂ ਤੋਂ ਪਹਿਲਾਂ ਜਦੋਂ ਉਹਨਾਂ ਨੇ ਇਹ ਗੱਲ ਕੀਤੀ ਸੀ ਵੀ ਮੈਨੂੰ ਮੈਂ ਤਾਂ ਸਾਲ ਬਾਅਦ 'ਚ ਆਇਆ ਸਾਂ ਮੈਨੂੰ ਪਤਾ ਹੀ ਨਹੀਂ ਸੀ ਉਹਨਾਂ ਨੂੰ ਕੱਢਿਆ ਐ ਨਹੀਂ ਹੁੰਦਾ ਵੀ ਕਿਸੇ ਸਿਆਸੀ ਨੂੰ ਪਤਾ ਨਾ ਹੋਵੇ ਵੀ ਕਿਸੇ ਗੱਲ ਦਾ ਨਾ ਪਤਾ ਸਭ ਨੂੰ ਪਤਾ ਹੁੰਦਾ ਸਭ ਪੜ੍ਹਦੇ ਆ ਵੀ ਉੱਥੇ ਕੀ ਹੋਇਆ ਪਰ ਨਹੀਂ ਸਾਨੂੰ ਐਂ ਲੱਗਦਾ ਸੀ ਵੀ ਸਾਨੂੰ ਉੱਥੇ ਕੁਛ ਨਾ ਕੁਛ ਹੋਊਗਾ ਸਚਦੇਵਾ ਜੀ ਉਹ ਜਦੋਂ ਸਾਲ ਭਰ ਉਹਨਾਂ ਦੀ ਕੁਦਰ ਦੀ ਗੱਲ ਇਲੈਕਸ਼ਨ ਦੇ ਵਿੱਚ ਉਹਨਾਂ ਦੀ ਨਹੀਂ ਸੁਣਵਾਈ ਜਦੋਂ ਦੁਆਬੇ ਦੇ ਪ੍ਰਧਾਨ ਕੋਲ ਨਹੀਂ ਸੁਣੀ ਉਹ ਦਿੱਲੀ ਗਏ ਉਹਨਾਂ ਨੇ ਬੜਾ ਇਨਵੈਸਟ ਕੀਤਾ ਸਾਰਾ ਕੁਝ ਕੀਤਾ ਨਹੀਂ ਸੁਣੀ ਉਹ ਆਤਮਿਕ ਤੌਰ ਤੇ ਪੀੜਤ ਹੋ ਗਏ ਉਹਨਾਂ ਨੇ ਕੀ ਕੀਤਾ ਉਹ ਕਹਿੰਦੇ ਯਾਰ ਮੈਂ ਤਾਂ ਆਮ ਆਦਮੀ ਪਾਰਟੀ ਤਾਂ ਛੱਡਦਾ ਜੇ ਸੋਚ ਰਿਹਾ ਮੈਂ ਜੁੜਿਆ ਸੀਗਾ ਉਹ ਸੋਚ ਨਾ ਮੇਰੀ ਨਾਲ ਉਹ ਕੰਮ ਨਹੀਂ ਹੋਇਆ ਕਾਰਨ ਕੀ ਆ ਜਦਕਿ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਸੀ ਫਾਈਨੈਂਸ਼ਲੀ ਬਹੁਤ ਈਜ਼ੀ ਸੀਗੇ ਮਤਲਬ ਹਰ ਤਰ੍ਹਾਂ ਉਹਨਾਂ ਦਾ ਸਟੇਟਸ ਸੀਗਾ ਮਤਲਬ ਇਹਦੇ ਵਿੱਚ ਉਹਨਾਂ ਨੇ ਪਰ ਉਹਨਾਂ ਦੀ ਸੋਚ ਨਹੀਂ ਹੋਈ ਹੁਣ ਇਹਦੇ ਪਿੱਛੇ ਕਿੰਨੇ ਆ ਹੁਣ ਜਿਹੜੇ ਅਸੀਂ ਕਹਿੰਦੇ ਉਹਨਾਂ ਦੀ ਸੋਚ ਨਹੀਂ ਮਿਲੇ ਨਹੀਂ ਤਾਂ ਇਹ ਸਕਦੇ ਜਿਹੜੇ ਦੂਜੇ ਬੰਦੇ ਉਹ ਕਹਿੰਦੇ ਹੋਣਗੇ ਨਹੀਂ ਯਾਰ ਸਚਦੇਵਾ ਇਸ ਕਰਕੇ ਨਹੀਂ ਜੁੜਿਆ ਸੋ ਇਹੋ ਜਿਹੀਆਂ ਸਾਡੇ ਕੋਲ ਗੱਲਾਂ ਬਹੁਤ ਆ ਜੇ ਅਸੀਂ ਕਿਸੇ ਨਾਲ ਕਰੀਏ ਕਿੰਤੂ ਪਰੰਤੂ ਪਰ ਅਸੀਂ ਉਨੀ ਚਿਰ ਕਿੰਤੂ ਪਰੰਤੂ ਕਰਦੇ ਤੇ ਅਸੀਂ ਆਪਣੇ ਥੱਲੇ ਨਹੀਂ ਆਪਣੇ ਮੰਜੇ ਥੱਲੇ ਨਹੀਂ ਛੋਟਾ ਫੇਰਦੇ ਕਾਰਨ ਇਹ ਆ ਕਿ ਜੇ ਪਾਰਟੀ ਬਣਾਉਣੀ ਆ ਤੇ ਉਸ ਤਰੀਕੇ ਨਾਲ ਬਣਾਓ ਜਿਸ ਪਾਰਟੀ ਵਿੱਚ ਤੁਸੀਂ ਰਹਿ ਕੇ ਸਕਦੇ ਆ ਹੁਣ ਪਾਰਟੀ ਨੂੰ ਮੈਂ ਸਚਦੇਵਾ ਜੀ ਤਾਂ ਗੱਲ ਕਰਦਾ ਕਿਉਂਕਿ ਸਾਡੇ ਉਹ ਬਹੁਤ ਈਜ਼ੀ ਆ ਔਰ ਪੂਰਾ ਉਹਨਾਂ ਦੇ ਮਾਣ ਆ ਉਹ ਵੀ ਪਾਰਟੀ ਬਣਾ ਸਕਦੇ ਸੀ ਉਹਨਾਂ ਨੇ ਕਿਹਾ ਨਹੀਂ ਔਰ ਦੂਸਰੇ ਉਹਨਾਂ ਨੂੰ ਇਹ ਵੀ ਪੁੱਛਿਆ ਗਿਆ ਐਸੇ ਮੰਚ ਤੇ ਪੁੱਛਿਆ ਪਰਦੇਸੀ ਟੀਵੀ ਦੇ ਮੰਚ ਤੇ ਪੁੱਛਿਆ ਵੀ ਤੁਸੀਂ ਦੂਜੀ ਪਾਰਟੀ ਉਹ ਕਹਿੰਦੇ ਬਿਲਕੁਲ ਨਹੀਂ ਜਿਸ ਪਾਰਟੀ ਨਾਲ ਮੈਂ ਜੁੜਿਆ ਉਹਦੇ ਕੋਲ ਜਾਊਂ ਫਿਰ ਉਹਨਾਂ ਨੂੰ ਇਹ ਗੱਲ ਕੀਤੀ ਸੀ ਵੀ ਜੇ ਤੁਸੀਂ ਕਿਤੇ ਸੌਰੀ ਮਤਲਬ ਤੁਹਾਡੇ ਕੋਲ ਆ ਕੇ ਕਰਨ ਵੀ ਸਚਦੇਵਾ ਜੀ ਇਸ ਕਾਰਨ ਅਸੀਂ ਨਹੀਂ ਆ ਸਕੇ ਅਸੀਂ ਹੁਣ ਗਾਂਹ ਤੋਂ ਤੁਹਾਡੇ ਨਾਲ ਐਗਰੀ ਆ ਉਹ ਕਹਿੰਦੇ ਨਹੀਂ ਮਤਲਬ ਨਹੀਂ ਆ ਦੂਜੀ ਪਾਰਟੀ ਨੂੰ ਤਾਂ ਬਿਲਕੁਲ ਹੀ ਨਹੀਂ ਆ ਜੇ ਉਸ ਪਾਰਟੀ ਦੇ ਵਿੱਚ ਉਹਨਾਂ ਦੇ ਹਿਸਾਬ ਨਾਲ ਮਤਭੇਦ ਜਿਹੜੇ ਦੂਰ ਹੁੰਦੇ ਆ ਤੇ ਉਹ ਜ਼ਰੂਰ ਉਹਨਾਂ ਐਗਰੀ ਕਰਨਗੇ ਸੋ ਇਹੋ ਜਿਹੀਆਂ ਪਾਰਟੀਆਂ ਬਣਾਉਣੀਆਂ ਕਰ ਰਹੀਆਂ ਜਿਹੜੀਆਂ ਇਹ ਮੈਂ ਸਮਝਦਾ ਸਲਵਾਰ ਜੇ ਕਿਤੇ ਵੀ ਇਮਾਨਦਾਰੀ ਨਾਲ ਕੰਮ ਕਰ ਤੇ ਸਾਰਾ ਕੁਝ ਹੋ ਸਕਦਾ ਤੇ ਜੇ ਆਪਣੀ ਕੁਰਸੀ ਬਿਲਕੁਲ ਜੀ ਪਾਰਟੀਆਂ ਹੀ ਪਾਰਟੀਆਂ ਜੀ ਹਾਂ
ਪੰਜਾਬ ਜਾਂ ਇੰਡੀਆ ਇੱਥੇ ਕਹਿ ਲਓ ਇੰਡੀਆ ਜਾਂ ਪਾਕਿਸਤਾਨੀ ਕਮਿਊਨਿਟੀ ਇੱਥੇ ਬਾਹਰਲੇ ਮੁਲਕਾਂ 'ਚ ਆਉਂਦੀ ਹੈ ਨਾ, ਫਿਰ ਉਹੀ ਰੀਤ ਇੱਥੇ ਲੈ ਕੇ ਆਉਂਦੀ ਆ, ਫਿਰ ਉੱਥੇ ਆ ਕੇ ਵੀ ਅਸੀਂ ਟੈਕਸ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕਨੇਡਾ ਦੇ ਵਿੱਚ ਇੱਕ ਰੂਲ ਬਣਨ ਜਾ ਰਿਹਾ ਜਾਂ ਬਣ ਗਿਆ, ਇਹ ਆਪਾਂ ਅੱਗੇ ਅਗਲੇ ਪ੍ਰੋਗਰਾਮਾਂ ਦੇ ਉੱਤੇ ਗੱਲਬਾਤ ਕਰਾਂਗੇ। ਪਰ ਜਿਹੜੀ ਅਫਵਾਹ ਆ ਪਿਛਲੇ ਦਿਨਾਂ ਦੇ ਵਿੱਚ ਆਈ ਆ ਵੀ ਟਰੱਕਿੰਗ ਜੋ ਟਰੱਕ ਚਲਾਉਂਦੇ ਆ ਉਹ ਇੱਕ ਕਾਰਪੋਰੇਸ਼ਨ ਇੱਥੇ ਬਣਦੀ ਆ, ਉਹਨੂੰ ਕੋਸ਼ਿਸ਼ ਕਰ ਰਿਹਾ ਕਿ ਉਹਦੇ ਉੱਤੇ ਟੈਕਸ ਬਚਾਇਆ ਜਾ ਸਕੇ। ਪਰ ਟੈਕਸ ਬਚਾਉਣਾ ਇੱਕ ਵੱਖਰੀ ਗੱਲ ਹੈ, ਟੈਕਸ ਚੋਰੀ ਕਰਨਾ ਇੱਕ ਡਿਫਰੈਂਟ ਚੋਰੀ ਹੈ, ਕਿਉਂਕਿ ਜਿਹੜੀਆਂ ਪੇਰੋਲ ਦੇ ਉੱਤੇ ਡਰਾਈਵਰ ਜਾਂ ਵਰਕਰ ਕੰਮ ਕਰ ਰਹੇ ਆ ਉਹਨਾਂ ਨੂੰ ਪੂਰੀ ਤਰ੍ਹਾਂ ਪੇ ਕਰਨਾ ਪੈਂਦਾ। ਪਰ ਹੁਣ ਟਰੱਕਿੰਗ ਇੰਡਸਟਰੀ ਨੂੰ ਵੀ ਗਵਰਨਮੈਂਟ ਨੇ ਉਹਨੇ ਉਸੇ ਰੂਲ ਦੇ ਅੰਦਰ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੂੰ ਵੀ ਪੇਰੋਲ ਦੇ ਤਹਿਤ ਹੀ ਕੰਮ ਕਰਨਾ ਪਊਗਾ। ਭਾਈ ਪੂਰਾ ਟੈਕਸ ਦੇਣਾ ਤੁਹਾਡੇ 'ਤੇ ਕੋਈ ਖਰਚੇ ਨਹੀਂ, ਕੋਈ ਦੁਆ ਨਹੀਂ, ਕਿਉਂਕਿ ਜੇ ਦੂਸਰੇ ਪਾਸੇ ਇੱਕ ਟੈਮੋਟਮ ਦੇ ਉੱਤੇ ਕੰਮ ਕਰਨ ਵਾਲਾ ਜਰਨਲ ਲੇਬਰ ਉਹ $14 or $15 ਕਮਾਉਂਦਾ, ਉਹ ਪੂਰਾ ਟੈਕਸ ਦਿੰਦਾ, ਦੂਸਰੇ ਪਾਸੇ ਟਰੱਕ ਚਲਾਉਣ ਵਾਲਾ $20 or $21 ਕਮਾਉਂਦਾ ਜਾਂ $22 ਕਮਾਉਂਦਾ, ਉਹ ਕਿਤਨਾ ਕਿਤੇ ਕਾਰਪੋਰੇਸ਼ਨ ਦੀ ਇੱਕ ਢਾਹ ਦੇ ਥੱਲੇ ਟੈਕਸ ਚੋਰੀ ਕਰਨ ਦੀ ਕੋਸ਼ਿਸ਼ ਕਰਦਾ। ਫਿਰ ਜਦੋਂ ਉਹਨਾਂ ਨੂੰ ਕਿਹਾ ਜਾਂਦਾ, ਉਹ ਕਹਿੰਦੇ ਖਰਚੇ ਬਹੁਤ ਆ, ਜੇ ਮੈਂ ਇਕੱਲਾ ਟੈਕਸ ਨਾ ਦੇਊਂਗਾ ਤਾਂ ਫਿਰ ਮੇਰਾ ਕੀ ਹੋ ਜਾਊਗਾ, ਕਨੇਡਾ ਦੇ ਵਿੱਚ ਪੈਸੇ ਬਹੁਤ। ਜੇ ਅਸੀਂ ਇਹ ਹਰੇਕ ਇਨਸਾਨ ਕੈਨੇਡੀਅਨ ਸੋਚਣ ਲੱਗ ਪਵੇ ਤਾਂ ਫਿਰ ਗਵਰਨਮੈਂਟਾਂ ਕਿਵੇਂ ਚੱਲੂਗੀਆਂ। ਜੇ ਮੈਂ ਸੋਚਾਂ ਵੀ ਮੈਂ ਨਹੀਂ ਟੈਕਸ ਦੇਊਂਗਾ ਤਾਂ ਮੇਰੇ ਟੈਕਸ ਦੇਣ ਨਾਲ ਗਵਰਨਮੈਂਟ ਬੈਂਕਰਾਫਟ ਨਹੀਂ ਹੋ ਸਕੀ, ਜੇ ਮੇਰੀ ਸੋਚ ਹਰੇਕ ਕੈਨੇਡੀਅਨ ਰੱਖੇਗਾ ਤਾਂ ਫਿਰ ਕੈਨੇਡਾ ਗਵਰਨਮੈਂਟ ਕਿਵੇਂ ਚੱਲੂਗੀ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਹੈ ਜਾਂ ਇੰਡੀਆ ਦੇ ਵਿੱਚ ਹੈ, ਜੇ ਇੰਡੀਅਨ ਇਹ ਸੋਚੇਗਾ ਵੀ ਮੇਰੇ ਟੈਕਸ ਦੇਣ ਨਾਲ ਇੰਡੀਆ ਗਵਰਨਮੈਂਟ ਕਿਵੇਂ ਚੱਲੂਗੀ, ਫਿਰ ਹਰੇਕ ਇਨਸਾਨ ਵੀ ਇੰਡੀਆ ਗਵਰਨਮੈਂਟ ਕਿਵੇਂ ਚੱਲੂਗੀ। ਜਾਂ ਇੰਡੀਆ ਗਵਰਨਮੈਂਟ ਦੇ ਕੋਲ ਪੈਸਾ ਨਹੀਂ ਹੋਣਾ, ਪੈਸਾ ਟੈਕਸ ਤੋਂ ਹੋਣਾ, ਜਦੋਂ ਅਸੀਂ ਟੈਕਸ ਤੋਂ ਚੋਰੀ ਕਰਨਾ ਤਾਂ ਫਿਰ ਗਵਰਨਮੈਂਟ ਕਿਵੇਂ ਚੱਲੂਗੀਆਂ, ਕਿਤੇ ਨਾ ਕਿਤੇ ਸੋਚਣਾ ਨਹੀਂ ਕਰਨਾ। ਇੱਥੇ ਵੀ ਫੈਕਟਰੀ ਦੇ ਵਿੱਚ ਲੋਕ ਕੰਮ ਕਰ ਰਹੇ ਆ, 8 ਘੰਟੇ ਕੰਮ ਕਰਦੇ ਆ, ਉਹ $18-20 'ਚ ਕਰਦੇ ਆ ਪਰ ਟੈਕਸ ਪੂਰਾ ਦਿੰਦੇ ਆ। ਇਸੇ ਤਰ੍ਹਾਂ ਜਾਂ ਟੈਮੋਟਮ ਜਾਂ ਹੋਰ ਸਟੋਰਾਂ 'ਤੇ ਕੰਮ ਕਰਦੇ ਆ, ਹੋਰ ਰੈਸਟੋਰੈਂਟਾਂ 'ਤੇ ਕੰਮ ਕਰਦੇ ਆ, ਬਹੁਤ ਜ਼ਿਆਦਾ ਸਟੂਡੈਂਟ ਕੰਮ ਕਰਦੇ ਆ ਜਾਂ ਮਾਫੀਆ ਲੇਡੀਜ਼ ਕੰਮ ਕਰਦੀਆਂ ਉੱਥੇ, ਜਦੋਂ ਉਹ ਟੈਕਸ 'ਚ ਉਹ ਪੂਰਾ ਟੈਕਸ ਦੇ ਸਕਦੇ ਆ ਉਹ ਵਰਕਰ, ਤਾਂ ਫਿਰ ਇੱਕ ਟਰੱਕ ਚਲਾਉਣ ਵਾਲਾ ਟਰੱਕ ਉਸ ਤੋਂ ਜ਼ਿਆਦਾ ਪੈਸੇ ਕਮਾਉਣ ਵਾਲਾ ਕਿਉਂ ਨਹੀਂ ਟੈਕਸ ਦੇ ਸਕਦਾ, ਕਿਉਂ ਟੈਕਸ ਦੇ ਵਿੱਚ ਚੋਰੀ ਕੀਤੀ ਜਾਂਦੀ ਹੈ, ਉਹਦੇ ਬੈਨੀਫਿਟ ਦੇਖੇ ਜਾਂਦੇ ਆ, ਕਿੱਥੇ ਕਿੱਥੇ ਸਾਨੂੰ ਬੈਨੀਫਿਟ ਦਿੰਦੇ ਆ ਜੇ ਅਗਰ ਅਸੀਂ ਆਪਣੀ ਇਨਕਮ ਘੱਟ ਦਿਖਾਵਾਂਗੇ, ਕਿ ਅਸੀਂ ਕਿੱਥੋਂ ਗੌਰਮੈਂਟ ਤੋਂ ਪੈਸੇ ਲੈ ਸਕਦੇ, ਉਹ ਦੇਖੇ ਜਾਂਦੇ ਆ, ਆਪਣੇ ਪੈਸੇ ਦੇਖੇ ਬਾਅਦ ਵਿੱਚ ਅਸੀਂ ਫਿਰ ਗੌਰਮੈਂਟਾਂ ਨੂੰ ਨਿੰਦਦੇ ਹਾਂ ਵੀ ਗੌਰਮੈਂਟ ਕੀ ਨਹੀਂ ਕਰਦੀ, ਰੋਡ ਨਹੀਂ ਬਣਾਉਂਦੀ ਜਾਂ ਆਹ ਨਹੀਂ ਕਰਦੀ ਜਾਂ ਹੋਸਪਿਟਲ ਦੇ ਵਿੱਚ ਪੂਰੀ ਸਰਵਿਸ ਨਹੀਂ ਮਿਲਦੀ, ਫਿਰ ਸਾਨੂੰ ਉਹ ਹੱਕ ਵੀ ਨਹੀਂ ਹੈਗਾ ਉਹ ਗੌਰਮੈਂਟ ਨੂੰ ਨਿੰਦਣਾ, ਕਿਉਂਕਿ ਅਸੀਂ ਪੈਸੇ ਤਾਂ ਦੇ ਨਹੀਂ ਰਹੇ ਅਤੇ ਗੌਰਮੈਂਟ ਤੋਂ ਜ਼ਿਆਦਾ ਅਸੀਂ ਹੱਕ ਰੱਖਦੇ ਹਾਂ ਵੀ ਉਮੀਦ ਕਰਦੇ ਹਾਂ ਵੀ ਸਾਨੂੰ ਇੱਥੇ ਵੀ ਜ਼ਿਆਦਾ ਅਪਰਚੁਨਿਟੀ ਮਿਲੇ, ਇੱਥੇ ਵੀ ਮਿਲੇ, ਇਲੈਕਟ੍ਰਿਸਿਟੀ ਮਿਲੇ, ਲੇਕਿਨ ਟੈਕਸ ਚੋਰੀ ਕਰਾਂਗੇ ਫਿਰ ਇਸ ਤਰ੍ਹਾਂ ਗੌਰਮੈਂਟ ਨਹੀਂ ਚੱਲੇਗੀ। ਅਜਨੋਹ ਸਾਹਿਬ, ਆਪਾਂ ਇਹ ਖਬਰ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਵਿਚਾਰਾਂਗੇ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਉੱਤੇ ਕਾਫੀ ਮੁੱਦੇ ਉੱਠਣ ਵਾਲੇ ਆ, ਕਾਫੀ ਗੱਲਬਾਤ ਹੋ ਸਕਦੀ ਆ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ। ਪੰਜਾਬ ਦੇ ਵਿੱਚ ਆਪਾਂ ਪੰਜਾਬ ਦੇ ਵਿੱਚ ਚਲੀਏ ਜਾਂ ਹਰਿਆਣੇ ਦੇ ਵਿੱਚ ਚਲੀਏ, ਬਾਬਾ ਕੀ ਫੇਰ ਫਸ ਗਿਆ ਜੀ ਕੀ ਇੱਕ ਵਾਰ ਫੇਰ ਰਾਮ ਰਹੀਮ ਇੱਕ ਵਾਰ ਫੇਰ ਫਸ ਗਿਆ ਜੀ? ਹਾਂ ਬਿਲਕੁਲ ਜੀ ਬਿਲਕੁਲ, ਸਾਡੇ ਪੱਤਰਕਾਰ ਨੂੰ ਜਿਹੜਾ ਉਹਦੇ ਵਿੱਚ ਉਹਦਾ ਮਰਡਰ ਹੋਇਆ ਸੀਗਾ, ਪੱਤਰਕਾਰ ਦੇ ਵਿੱਚ ਦੋਸ਼ੀ ਪਾਇਆ ਗਿਆ, 3 ਉਹਦੇ ਸਾਥੀ ਪਾਏ ਗਏ ਆ, ਔਰ ਮਾਨਯੋਗ ਅਦਾਲਤ ਨੇ ਉਹਦੇ ਪ੍ਰਤੀ ਬਹੁਤ ਸਟ੍ਰਿਕਟਲੀ ਫੈਸਲਾ ਲਿਆ ਜਿਹਦੇ ਵਿੱਚ ਉਹਨੂੰ ਦੋਸ਼ੀ ਕਰਾਰ ਦਿੱਤਾ ਗਿਆ। ਮੈਂ ਸਮਝਦਾ ਵੀ ਜੇ ਹਰਿਆਣੇ ਦੀ ਸਰਕਾਰ ਨੇ ਇਹੋ ਜਿਹਾ ਕਰਨਾ ਕਿਹਾ, ਜੇ ਸਾਰੇ ਪਾਸੇ ਇਹੋ ਜਿਹਾ ਹੋਵੇ, ਇਹੋ ਜਿਹੇ ਬਾਬੇ ਜੇ ਕੋਈ ਵੀ ਹੋਵੇ, ਉਹ ਬਹੁਤ ਕਾਨੂੰਨ ਦੇ ਵਿੱਚ, ਲਾਸਟ ਟਾਈਮ ਜਦੋਂ ਇਹਦੀ ਸੁਣਵਾਈ ਹੋਈ ਸੀ ਉਦੋਂ ਵੀ ਕਾਨੂੰਨ ਦੇ ਜੱਜ ਸਾਹਿਬ ਨੇ ਜਿਹੜੇ ਸੀਗੇ ਉਦੋਂ ਵੀ ਬਹੁਤ ਵਧੀਆ ਫੈਸਲਾ ਲਿਆ ਸੀਗਾ, ਹੁਣ ਵੀ ਬਹੁਤ ਵਧੀਆ ਫੈਸਲਾ ਲਿਆ, ਜਿਹੜਾ ਪੱਤਰਕਾਰ ਦੀ ਮਰਡਰ ਹੋਇਆ ਸੀ ਉਹਦੇ ਵਿੱਚ ਇਹ ਤੇ 3 ਦੇ ਸਾਥੀ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਇਹ ਜਿਹੜਾ ਅਦਾਲਤ ਮਾਨਯੋਗ ਅਦਾਲਤ ਦਾ ਫੈਸਲਾ ਬਹੁਤ ਵਧੀਆ, ਜਿਹੜਾ ਲੋਕਾਂ ਦੇ ਵਿੱਚ ਜਦੋਂ ਦਾ ਇਹ ਮੀਡੀਆ ਦੇ ਵਿੱਚ ਆਇਆ, ਮਤਲਬ ਉੱਦਾਂ ਵੀ ਲੋਕਾਂ ਦੇ ਸੋਸ਼ਲ ਮੀਡੀਆ 'ਤੇ ਵੀ ਆਇਆ, ਲੋਕ ਇਹਦੇ ਨਾਲ ਮਤਲਬ ਜਿਹੜਾ ਕਾਨੂੰਨ 'ਤੇ ਆ ਉਹ ਯਕੀਨ ਜ਼ਰੂਰ ਕਰਦੇ ਆ, ਔਰ ਲੋਕਾਂ ਨੂੰ ਲੱਗਦਾ ਆ ਵੀ ਹੁਣ ਕਿਤੇ ਨਾ ਕਿਤੇ ਇਹੋ ਜਿਹਾ ਜਿਹੜੇ ਬਾਬੇ ਆ ਹੁਣ ਆਉਣ ਵਾਲੇ ਬਾਬੇ ਆ ਜਿਹੜੇ ਅੰਦਰਲੇ ਵੀ ਆ ਉਹਨਾਂ ਨੂੰ ਵੀ ਥੋੜ੍ਹੇ ਜਿਹੇ ਖੜਕਣ ਲੱਗ ਪਈ ਆ ਵੀ ਜੇ ਅਸੀਂ ਮਾੜਾ ਕਰਾਂਗੇ ਤਾਂ ਸਾਡਾ ਇਹੀ ਅਸਰ ਹੋਣਾ, ਅਤੇ ਮੈਂ ਕਹਿੰਦਾ ਜਿਹੜੇ ਹੁਣ ਦੇ ਮੌਜੂਦਾ ਬਾਬੇ ਆ ਇਹ ਵੀ ਇਸ ਚੀਜ਼ ਤੋਂ ਮਤਲਬ ਆਪਣਾ ਸਭ ਕੁਛ ਲੈ ਲੈਣ ਵੀ ਸਾਡੀ ਹੁਣ ਖੈਰ ਨਹੀਂ ਆ ਵੀ ਜੇ ਅਸੀਂ ਕਿਤੇ ਦੁਨੀਆ ਨੂੰ ਗੁੰਮਰਾਹ ਕਰਾਂਗੇ ਜਾਂ ਲੋਕਾਂ ਨੂੰ ਗੁੰਮਰਾਹ ਕਰਾਂਗੇ ਤਾਂ ਕਾਨੂੰਨ ਹੁਣ ਸਾਡੇ ਪ੍ਰਤੀ ਬਹੁਤ ਸਖਤ ਹੋ ਗਿਆ, ਔਰ ਕਿਸੇ ਵੀ ਤਰ੍ਹਾਂ ਦੀ ਕਾਨੂੰਨ ਦੀ ਕਾਰਵਾਈ ਆ ਉਹ ਪਹਿਲ ਦੇ ਆਧਾਰ 'ਤੇ ਹੋਊਗੀ ਜੀ।
ਅਜਨੋਹਾ ਸਾਹਿਬ, ਇਹ ਦੋਸ਼ ਦਾ ਤਹਿਤ ਹੋ ਗਿਆ 17 ਤਰੀਕ ਨੂੰ ਇਹਦੇ ਉੱਤੇ ਫੈਸਲਾ ਵੀ ਆਉਣਾ। ਸੁਣਨ ਵਿੱਚ ਆਇਆ ਕਿ ਸੇਮ ਮਾਨਯੋਗ ਜੱਜ ਸਨ, ਸੇਮ ਅਦਾਲਤ ਸੀ ਜਿਹਨਾਂ ਨੇ ਪਹਿਲਾਂ ਇਹਨਾਂ ਨੂੰ ਦੋਸ਼ੀ ਕਰਾਰ ਦੇ ਕੇ ਜੇਲ੍ਹ ਭੇਜਿਆ ਸੀ। ਆਉਣ ਵਾਲੀ 17 ਤਰੀਕ ਨੂੰ, ਮਾਫ਼ੀ ਚਾਹਾਂਗਾ, ਕੀ ਫੈਸਲਾ ਇਹਦੇ ਹੱਕ 'ਚ ਆ ਸਕਦਾ ਜਾਂ ਫਿਰ ਇਹਨੂੰ ਵਿਰੋਧੀ ਇਹਨੂੰ ਦੋਸ਼ੀ ਠਹਿਰਾ ਕੇ ਫਿਰ ਦੁਬਾਰਾ ਜੇਲ੍ਹ ਦੇ ਵਿੱਚ ਪਾਇਆ ਜਾ ਸਕਦਾ? ਦੇਖੋ ਸਰ, ਇਹ ਜਿਹੜੀ ਕਾਨੂੰਨ ਦੀ ਗੱਲ ਆ, ਕਾਨੂੰਨ ਪੁਖਤਾ ਦੀ ਗੱਲ ਆ, ਜਿਹੜੀ ਕਾਨੂੰਨ ਰਾਹੀਂ ਆ ਇਹ ਤਾਂ ਉਹੀ ਆ, ਪਰ ਲੋਕ ਇਹ ਜ਼ਰੂਰ ਚਾਹੁੰਦੇ ਆ। ਬੇਸ਼ੱਕ ਇਹ ਚਰਚਾ ਦਾ ਵਿਸ਼ਾ ਬਹੁਤ ਬਣਿਆ ਸੀ, ਪਿੱਛੇ ਜਿਹਾ ਕਾਫੀ ਠੰਡਾ ਹੋ ਗਿਆ, ਕਿਉਂਕਿ ਲੋਕਾਂ ਦੀ ਤਵੱਕੋ ਹੋਰ ਲੋਕਾਂ ਦੇ, ਆਵਾਮ ਦੇ ਬੜੇ ਕੰਮ ਹੈਗਾ, ਲੋਕਾਂ ਦੇ ਬੜੇ ਕੰਮ ਆ, ਲੋਕ ਬੜੀਆਂ ਪ੍ਰੋਬਲਮਾਂ ਆ ਪੰਜਾਬ ਦੇ ਵਿੱਚ, ਸਮੇਂ ਸਮੇਂ 'ਤੇ ਬਹੁਤ ਤ੍ਰਾਸਦੀਆਂ ਆਈਆਂ, ਇਹ ਤੋਂ ਬਾਅਦ ਵੀ ਕਈ ਵਾਰ ਲੋਕਾਂ ਦੀ ਜਿਹੜੀ ਤਵੱਕੋ ਬਦਲ ਜਾਂਦੀ ਆ, ਪਰ ਫਿਰ ਵੀ ਜਦੋਂ ਕਿਤੇ ਗੱਲ ਚੇਤੇ ਆਉਂਦੀ ਆ ਜਾਂ ਕਿਤੇ ਗੱਲ ਹਲਚਲ ਹੁੰਦੀ ਆ, ਜਿਵੇਂ ਹੁਣ ਇਹਦੀ ਫੈਸਲੇ ਦੀ ਗੱਲ ਹੋਈ ਆ, ਲੋਕ ਬਹੁਤ ਖੁਸ਼ ਆ। ਰਹੀ ਕਾਨੂੰਨ ਦੀ ਗੱਲ, ਇਹ ਜਿਹੜੀ ਕਾਨੂੰਨ ਦੀ ਗੱਲ ਆ, ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿਤੇ ਕੋਈ ਸਿਆਸਤ ਜਾਂ ਕੋਈ ਪੋਲੀਟੀਕਲ ਬੰਦਾ ਇਹਦੇ ਵਿੱਚ ਇੰਟਰਫੇਅਰ ਕਰੂਗਾ, ਕਿਉਂਕਿ ਸਰ ਕੋਈ ਚਾਹੁੰਦਾ ਜਿਹੜਾ ਬੰਦਾ ਓਪਨਲੀ ਓਪਨ ਹੋ ਗਿਆ ਵੀ ਇਹਦੇ ਜਿਹੜਾ ਫੇਵਰ 'ਚ ਕੋਈ ਜਾਂਦਾ ਆ, ਉਹਨੂੰ ਐਂ ਲੱਗਦਾ ਵੀ ਉਹਦੀ ਜਿਹੜਾ ਸਟੇਟਸ ਆ, ਪੋਲੀਟੀਕਲ ਸਟੇਟਸ ਉਹਦਾ ਖਤਮ ਹੋ ਸਕਦਾ, ਅਤੇ ਇਹ ਜਿਹੜਾ ਫੈਸਲਾ ਆ, ਵੈਸੇ ਤਾਂ ਇਹ ਕਾਨੂੰਨ ਦੀ ਗੱਲ ਆ, ਕਾਨੂੰਨ ਨੇ ਕੀ ਕਰਨਾ ਉਹਨਾਂ ਦੀ ਭਵਿੱਖ ਦੀ ਕੋਚ ਆ, ਪਰ ਫਿਰ ਵੀ ਮੈਂ ਸਮਝਦਾ ਵੀ ਜਿਹੜਾ ਇਹ ਫੈਸਲਾ ਐਜ ਇਟ ਇਜ਼ ਰਹੂਗਾ, ਅਤੇ ਲੋਕਾਂ ਦੀ ਜਿਹੜੀ ਬਹੁਤ ਇਸ ਚੀਜ਼ ਨਾਲ ਬਹੁਤ ਖੁਸ਼ ਹੋਣਗੇ ਵੀ ਇਹ ਜਿਹੜਾ ਆ ਫੈਸਲਾ ਮਾਨਯੋਗ ਅਦਾਲਤ ਨੇ ਕੀਤਾ, ਅਦਾਲਤ ਨੇ ਲਿਆ ਆ, ਬਹੁਤ ਅਹਿਮ ਫੈਸਲਾ ਹੈ, ਬਹੁਤ ਜ਼ਰੂਰੀ ਫੈਸਲਾ ਹੈ, ਔਰ ਸਮੇਂ ਦੇ ਅਨੁਸਾਰ ਢੁੱਕਵਾਂ ਫੈਸਲਾ ਹੈ। ਬਹੁਤ ਅੱਛੇ, ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਇਹਦੇ ਉੱਤੇ ਫਿਰ ਵੀ ਗੱਲ ਕੀਤੀ ਜਾਊਗੀ ਕਿ ਇਹਨਾਂ ਦੇ ਉੱਤੇ ਹੋਰ ਜਿਹੜੇ ਕੇਸ ਆ, ਹੋਰ ਇਸ ਵੇਲੇ ਚੱਲ ਰਹੇ, ਉਹਨਾਂ ਦਾ ਕੀ ਕਿੱਥੇ ਖੜੇ ਹਨ, ਕਿੱਧਰ ਨੂੰ ਜਾ ਰਹੇ ਆ, ਉਹਦੇ ਉੱਤੇ ਜ਼ਰੂਰ ਗੱਲ ਕਰਾਂਗੇ। ਪੰਜਾਬ ਦੇ ਵਿੱਚ ਕਿਸਾਨਾਂ ਦਾ ਬੁਰਾ ਹਾਲ ਹੈ, ਕਿਸਾਨ ਖੁਦਕੁਸ਼ੀਆਂ ਕਰ ਰਹੇ ਆ, ਪੰਜਾਬ ਸਰਕਾਰ ਕਹੀ ਹੈ ਮੈਂ ਕਰਜ਼ੇ ਮਾਫ਼ ਕਰਤੇ, ਹੈ ਕੋਈ ਖਬਰ ਇਹਦਾ? ਸਾਡੇ ਅੱਜ ਹੀ ਸਾਡੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਲਵ ਕੁਮਾਰ ਗੋਲਡੀ ਨੇ 70 ਬੰਦਿਆਂ ਨੂੰ ਸਰਟੀਫਿਕੇਟ ਦਿੱਤੇ ਆ ਵੀ ਤੁਹਾਡਾ ਕਰਜ਼ਾ ਮਾਫ਼ ਹੋ ਗਿਆ, ਪਰ ਆਏ ਦਿਨ ਰੋਜ਼ ਅਖਬਾਰ ਦੀਆਂ ਸੁਰਖੀਆਂ ਇਹ ਹੁੰਦੀਆਂ ਵੀ ਕਿਸਾਨ ਨੇ, ਮਾਲਵੇ ਦੇ ਕਿਸਾਨ ਜ਼ਿਆਦਾਤਰ ਇਹ ਖੁਦਕੁਸ਼ੀਆਂ ਕਰ ਰਹੇ ਆ, ਉਹਦੇ ਵਿੱਚ ਕਾਰਨ ਕੀ ਆ ਵੀ ਉਹਨਾਂ ਦਾ ਕਿਸੇ ਪਾਸੇ ਦੀਆਂ ਜਿਹੜੀ ਕਰਜ਼ੇ ਦੀ ਇਹਨਾਂ ਨੇ ਲਿਮਿਟ ਰੱਖੀ ਸੀਗੀ, ਜੇ ਕੋਈ ਲਿਮਿਟ 50,000 ਦੀ ਜਾਂ 1,00,000 ਦੀ ਆ, ਜਿਸ ਕਿਸਾਨ ਦਾ ਕਰਜ਼ਾ ਜ਼ਿਆਦਾ ਆ, ਫਸਲ ਦੇ ਨਾਲ ਜ਼ਿਆਦਾ ਆ, ਉਸ ਕਰਜ਼ੇ ਦੇ ਹਿਸਾਬ ਨਾਲ ਹੀ ਜਿਹੜਾ ਮਾਫ਼ ਕੀਤਾ, ਇਹ ਮਾਫ਼ ਦਾ ਤਾਂ ਸ਼ੋਸ਼ਾ ਆ ਜਿਹੜਾ, ਅਤੇ ਮੈਂ ਸਮਝਦਾ ਵੀ ਜੇ ਕਿਸੇ ਦਾ ਮਾਫ਼ ਕੀਤਾ, ਉਹ ਕਿਸੇ ਵੀ ਕਿਸਾਨ ਵਰਗ ਦਾ, ਕਿਸੇ ਵੀ ਉਹਦੀ ਮਤਲਬ ਸੀਮਾ ਜਿਹੜੀ ਉਹ ਤੈਅ ਕੀਤੀ ਹੋਊਗੀ, ਉਹਦੇ ਹਿਸਾਬ ਨਾਲ ਜਿਹੜਾ ਸਰਕਾਰ ਹੈ ਕੰਮ ਘੱਟ ਕਰਦੀ ਆ, ਲੋਕਾਂ ਦੇ ਵਿੱਚ ਜ਼ਿਆਦਾ ਕਰਨ ਲਈ ਆ ਵੀ ਅਸੀਂ ਮਾਫ਼ ਕੀਤੇ ਆ, ਮੇਰੇ ਹਿਸਾਬ ਨਾਲ ਮਾਫ਼ ਕਿਸੇ ਦਾ ਨਹੀਂ ਹੋਇਆ, ਜੇ ਕਿਤੇ ਮਾਫ਼ ਹੋਇਆ ਹੋਵੇ, ਆ ਜਿਹੜੀਆਂ ਅਖਬਾਰਾਂ ਦੇ ਵਿੱਚ ਸੁਰਖੀਆਂ ਆਉਣੀਆਂ ਇਹ ਆਉਣੋ ਬੰਦ ਹੋਣ। ਅੱਜ ਵੀ ਇਹ ਮਤਲਬ ਇੱਕ ਕਿਸਾਨ ਜਿਹੜਾ ਕਾਫੀ ਪਿੰਡ ਸਾਹਿਬ, ਜਿਹਨੇ ਆਪਣੀ ਬੇਟੀ ਦੇ ਵਿਆਹ ਲਈ ਕਰਜ਼ਾ ਲਿਆ ਸੀਗਾ, ਉਹ ਆਪਣੀ ਫਸਲਵਾੜੀ ਤੋਂ ਫਸਲ ਦਾ ਭਾਅ ਡਿੱਗਿਆ, ਫਸਲ ਤੇ ਨਹੀਂ ਲੈ ਸਕਿਆ, ਪਰ ਫਿਰ ਵੀ ਉਹ ਜਿਹੜਾ ਉਹਦੇ ਵਿੱਚ ਉਹ ਆ ਕੇ ਉਹਦਾ ਕਰਜ਼ਾ ਜਿਹੜਾ ਉਹ ਨਹੀਂ ਮਿਲਿਆ ਅਤੇ ਉਹ ਖੁਦਕੁਸ਼ੀ ਮਤਲਬ ਕਰ ਗਿਆ। ਅਜਨੋਹਾ ਸਾਹਿਬ, ਬਹੁਤ ਮੰਦਭਾਗੀ ਖਬਰ ਆ ਜਿਹੜੀ ਕਿ ਪੰਜਾਬ ਦੇ ਵਿੱਚ, ਇਕੱਲੇ ਪੰਜਾਬ ਨਹੀਂ ਮੇਰਾ ਖਿਆਲ ਸਾਰੇ ਇੰਡੀਆ ਦੇ ਵਿੱਚ ਜਿਹੜੇ ਕਿਸਾਨ ਖੁਦਕੁਸ਼ੀਆਂ ਕਰ ਰਹੀਆਂ, ਉਹਨਾਂ ਦਾ ਖਾਸ ਕਾਰਨ ਇਹੀ ਹੈ ਕਿ ਉਹਨਾਂ ਦੇ ਉੱਤੇ ਬੇਫਾਇਦਾ ਕਰਜ਼ਾ ਚੜਿਆ, ਉਹਨੂੰ ਨਾ ਸਹਾਰਦੇ ਹੋਏ ਖੁਦਕੁਸ਼ੀ ਵਾਲਾ ਰਸਤਾ ਅਪਣਾ ਰਿਹਾ, ਪਰ ਬਹੁਤ ਮਾੜਾ ਹੈ ਕਿਉਂਕਿ ਸਰਕਾਰਾਂ ਵੱਲੋਂ ਜਿਹੜੀਆਂ ਨੀਤੀਆਂ ਕਿਸਾਨਾਂ ਲਈ ਲਿਆਂਦੀਆਂ ਜਾਂਦੀਆਂ ਉਹ ਕਿ ਕਿਸਾਨਾਂ ਲਈ ਲਾਭਦਾਇਕ ਨਹੀਂ, ਚਾਹੇ ਉਹ ਮੰਡੀ ਕਾਰਨ ਹੋਵੇ, ਚਾਹੇ ਫਸਲ ਬੀਜਣ ਤੋਂ ਲੈ ਕੇ ਅਖੀਰ ਤੱਕ ਜਿਹੜੀਆਂ ਤਕਲੀਫਾਂ ਕਿਸਾਨਾਂ ਨੂੰ ਆਉਂਦੀਆਂ ਹਨ, ਉਹ ਇੱਕ ਤਰਸਯੋਗ ਹੈ ਕਿਉਂਕਿ ਗਵਰਨਮੈਂਟ ਉਹਨਾਂ ਦੇ ਨਾਲ ਨਹੀਂ ਖੜਦੀਆਂ, ਨਾਲ ਉਹਨਾਂ ਦੀ ਸਹਾਇਤਾ ਨਹੀਂ ਕਰਦੀਆਂ, ਕਿਉਂਕਿ ਸ਼ੁਰੂ ਤੋਂ ਲੈ ਕੇ ਐਂਡ ਤੱਕਰ ਕਈ ਖਾਦਾਂ ਪੈਂਦੀਆਂ, ਕਈ ਦਵਾਈਆਂ ਪੈਂਦੀਆਂ ਫਸਲ ਨੂੰ ਕਰਨ ਲਈ, ਉਸ ਤੋਂ ਬਾਅਦ ਫਸਲ ਦਾ ਮੁੱਲ ਪੈਂਦਾ ਨਹੀਂ, ਫਿਰ ਉਹ ਜਿਹੜਾ ਕਰਜ਼ਾ ਉਹਦੇ ਸਿਰ ਆਉਂਦਾ, ਫਿਰ ਅਖੀਰ ਦੇ ਵਿੱਚ ਕਿਸਾਨ ਕੋਲ ਖੁਦਕੁਸ਼ੀ ਤੋਂ ਇਲਾਵਾ ਕੋਈ ਰਸਤਾ ਨਹੀਂ ਹੁੰਦਾ, ਕਿਉਂਕਿ ਵਿਆਜ ਦਿਨ ਪਰ ਦਿਨ ਵਧੀ ਜਾਂਦਾ, ਕਿਸਾਨਾਂ ਦਾ ਜਿਹੜਾ ਵਿਆਜ ਹੈ, ਅਗਰ ਵਿਆਜ ਹੀ ਰੁਕ ਜਾਵੇ ਨਾ ਕਿਸਾਨਾਂ ਦਾ, ਮੇਰਾ ਕਿਹਾ ਕਿਸਾਨ ਮਾਰ ਨਹੀਂ ਖਾਣਗੇ, ਕਿਸਾਨਾਂ ਨੂੰ ਕਰਜ਼ਾ ਮਾਫ਼ ਦੀ ਲੋੜ ਨਹੀਂ ਪੈਣੀ ਅਗਰ ਵਿਆਜ ਨੂੰ ਹੀ ਕੰਟਰੋਲ ਕੀਤਾ ਜਾਵੇ, ਲੇਕਿਨ ਵਿਆਜ ਨੂੰ ਕੋਈ ਕੰਟਰੋਲ ਨਹੀਂ ਕਰਦਾ, ਥੋੜ੍ਹੇ ਚਿਰ ਕਰਕੇ $5 ਰੁਪਈਏ ਮਾਫ਼ ਕਰਕੇ ਕਹਿ ਦਿੰਦੇ ਕਰਜ਼ਾ ਮਾਫ਼ ਹੋ ਗਿਆ, ਉਹ ਮਾਫ਼ ਹੀ ਨਹੀਂ ਹੁੰਦਾ, ਅਗਰ ਮਾਫ਼ ਰੀਅਲ ਤੁਸੀਂ ਮਾਫ਼ ਕਰਨਾ ਚਾਹੁੰਦੇ ਹੋ ਨਾ, ਉਹਦੇ ਉੱਤੇ ਕੰਮ ਕਰਨ ਦੀ ਲੋੜ ਹੈ, ਜਿਹੜਾ ਲੋਨ ਜਾਂ ਕਰਜ਼ਾ ਚੱਕਦੇ ਆ ਨਾ ਉਹਦੇ ਉੱਤੇ ਵਿਆਜ ਨੂੰ ਕੰਟਰੋਲ ਕਰਨ ਦੀ ਲੋੜ ਹੈ, ਅਗਰ ਉਹ ਕੰਟਰੋਲ ਹੋ ਜਾਂਦਾ ਤਾਂ ਮੇਰਾ ਨਹੀਂ ਖਿਆਲ ਕਿਸਾਨਾਂ ਦੇ ਕਰਜ਼ੇ ਨੂੰ ਮਾਫ਼ ਕਰਨ ਦੀ ਲੋੜ ਪਵੇ। ਪੰਜਾਬ ਦੀ ਅਗਲੀ ਖਬਰ ਵੱਲ ਵੱਧਦੇ ਹਾਂ ਕਿ ਪੰਜਾਬ ਅਤੇ ਦਿੱਲੀ ਆਪਸ ਵਿੱਚ ਫਿਰ ਆਹਮੋ ਸਾਹਮਣੇ ਹੋ ਗਿਆ ਕਰਤਾਰਪੁਰ ਲਾਂਘੇ ਨੂੰ ਲੈ ਕੇ। ਜੀ ਬਿਲਕੁਲ ਪੱਤਰ ਜੀ, ਬਿਲਕੁਲ ਇਹ ਜਿਹੜਾ ਕਰਤਾਰਪੁਰ ਦਾ ਕੋਰੀਡੋਰ ਖੋਲਿਆ ਸੈਂਟਰ 'ਤੇ ਪੰਜਾਬ ਸਰਕਾਰ ਦੀਆਂ ਕਾਫੀ ਅੰਦਰੋਂ ਅੰਦਰੀ ਜਿਹੜੀਆਂ ਮਿਸਅੰਡਰਸਟੈਂਡਿੰਗ ਨਹੀਂ ਕਹਿ ਸਕਦੇ ਆਪਾਂ, ਇਹਨਾਂ ਦਾ ਹਾਲ ਹੀ ਇਹ ਆ ਵੀ ਇਹ ਜਿਹੜੀਆਂ 2019 ਦੀਆਂ ਚੋਣਾਂ ਨੂੰ ਲੈ ਕੇ ਇਹ ਇਹਨਾਂ ਦੇ ਆਪਸੀ ਮਤਭੇਦ ਹੈਗੇ ਆ, ਮੁੱਦਾ ਇਹਨਾਂ ਨੇ 2019 ਦਾ ਹੀ ਰੱਖਣਾ ਆ, ਪਰ ਜਿਹੜੇ ਇਹ
ਕੋਰੀਡੋਰ ਖੁੱਲਿਆ ਸਾ ਸਿੱਖ ਕੌਮ ਲਈ ਇੱਕ ਬਹੁਤ ਵੱਡੀ ਗੱਲ ਸੀਗੀ। ਪਰ ਇਹਨਾਂ ਨੂੰ ਇਹ ਚੀਜ਼ 'ਤੇ ਇਸ ਵਿਸ਼ੇ 'ਤੇ ਆ ਕੇ ਕਿਤੇ ਨਾ ਕਿਤੇ ਇਹੋ ਜਿਹੀ ਸਿਆਸਤ ਨਹੀਂ ਕਰਨੀ ਚਾਹੀਦੀ ਵੀ ਜਿਹੜਾ ਆ ਇਹ ਸਿੱਖ ਕੌਮ ਲਈ ਸਿੱਖ ਸੰਗਤਾਂ ਲਈ ਇਹ ਬਹੁਤ ਵੱਡੀ ਜਿਹੜੀ ਗੱਲ ਹੈਗੀ ਆ। ਅਤੇ ਮੈਂ ਸਮਝਦਾ ਵੀ ਇਹ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਇਸ ਮੁੱਦੇ 'ਤੇ ਦੋਨਾਂ ਨੂੰ ਮਿਊਚਲ ਕਰ ਲੈਣੀ ਜਿਹੜੀ ਚਾਹੀਦੀ ਆ। ਬਿਲਕੁਲ ਜੀ, ਕਿਉਂਕਿ ਦਿੱਲੀ ਸਰਕਾਰ ਜਿਹੜੀ ਸੈਂਟਰ ਸਰਕਾਰ ਹੈ ਉਹ ਪੰਜਾਬ ਦੀ ਸਰਕਾਰ ਨੂੰ ਕਹਿ ਰਹੀ ਹੈ ਵੀ ਇਹ ਸਾਡੇ ਨਾਲ ਕੋਆਪਰੇਟ ਨਹੀਂ ਕਰ ਰਹੀ, ਜਾਂ ਪੰਜਾਬ ਸਰਕਾਰ ਸੈਂਟਰ ਸਰਕਾਰ ਨੂੰ ਕਰ ਰਹੀ ਆ ਕਿ ਇਹ ਗੱਲਾਂ ਕਰੀ ਜਾਂਦੀਆਂ ਲੇਕਿਨ ਕੋਈ ਫੰਡ ਨਹੀਂ ਰਿਲੀਜ਼ ਹੋ ਰਿਹਾ, ਕੋਈ ਉਹਦੇ 'ਤੇ ਗੱਲ ਨਹੀਂ ਹੋ ਰਹੀ, ਕਿ ਕਿੱਥੇ ਕਿੱਥੇ ਕਰ ਸੱਚਾਈ ਆ ਸਰ? ਇਹ ਬਿਕਰਮ ਸਰ ਸਾਡੇ ਨਾ ਧਵਨ ਚੀਮਾ ਜੀ ਆ ਗਏ ਆ, ਟਾਈਮ ਆਪਣੇ ਕੋਲ ਥੋੜ੍ਹਾ ਆ ਅਤੇ ਹੁਣ ਆਏ ਆ ਬਹੁਤ ਦੂਰੋਂ। ਬਿਲਕੁਲ ਜੀ, ਉਹਨਾਂ ਨੂੰ ਵੀ ਲਵਾਂਗੇ, ਥੋੜ੍ਹੇ ਜ਼ਰੂਰ ਲਵਾਂਗੇ, ਇੱਕ ਬ੍ਰੇਕ ਤੋਂ ਬਾਅਦ ਜ਼ਰੂਰ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਇਹ ਪ੍ਰੋਗਰਾਮ ਤੋਂ ਬਾਅਦ ਤੁਰੰਤ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ, ਉਸ ਤੋਂ ਬਾਅਦ ਉਹਨਾਂ ਨਾਲ ਗੱਲਬਾਤ ਕਰਾਂਗੇ। ਹੈ 40 ਕਿਲੋਮੀਟਰ ਤੋਂ ਲਾਏ, ਮੈਂ ਤਾਂ ਸਮਝਦਾ ਵੀ ਪਰਦੇਸੀ ਟੀਵੀ ਦਰਸ਼ਕਾਂ 'ਤੇ ਉਹਦੀ ਵੀ ਹਾਜ਼ਰੀ ਲਾ ਦੇ, ਕਿ ਮੈਂ ਉਹਨੂੰ ਦੱਸਿਆ ਵੀ ਤੈਨੂੰ 15 ਮਿੰਟ ਮਿਲੇ ਆ ਅਤੇ ਉਹ ਚਲੋ ਠੀਕ ਹੈ ਉਹਦੇ ਨਾਲ। ਅਤੇ ਮੈਂ ਸੋਰੀ ਆਪਾਂ ਬਿਲਕੁਲ ਲਾਈਵ ਦੇ ਵਿੱਚ, ਪਰ ਸਾਡੇ ਕੋਲ ਦੱਸਣ ਦਾ ਕੋਈ ਸਾਧਨ ਨਹੀਂ ਹੈ ਪਏ ਸੀ ਕਿ ਮੈਂ ਦੱਸ ਕਿਉਂ ਆਲਰੇਡੀ ਆ ਮੇਰੇ ਕੋਲ ਇਸ ਵੇਲੇ, ਮੈਨੂੰ ਪਤਾ ਸੀਗਾ ਉਹ ਆ ਰਹੇ ਆ ਨਾ, ਕਿਉਂ ਮੈਂ ਆਲਰੇਡੀ ਸਮੇਂ ਦੇ ਉੱਤੇ ਉਹਨੂੰ ਨਿਬੇੜ ਕੇ ਗੱਲਬਾਤ ਕਰਨੀ ਆ ਅਗਲੀ, ਅਤੇ ਕਿਉਂਕਿ ਅਖੀਰ ਦੀਆਂ ਖਬਰਾਂ ਆ, ਅਖੀਰ 'ਤੇ ਗੱਲ ਕਰਕੇ ਉਸ ਤੋਂ ਬਾਅਦ ਆਪਾਂ ਨੈਕਸਟ ਸੈਗਮੈਂਟ ਜ਼ਰੂਰ ਕਰਾਂਗੇ। ਹਾਂਜੀ, ਜਿਹੜੀ ਪੰਜਾਬ ਸਰਕਾਰ ਇਸ ਵੇਲੇ ਇੱਕ ਦੂਜੇ 'ਤੇ ਦੂਸ਼ਣਬਾਜ਼ੀ ਕਰ ਰਹੀ ਹੈ ਕਰਤਾਰਪੁਰ ਲਾਂਘੇ ਨੂੰ, ਕੀ ਇਹ ਕਿੱਥੇ ਤੱਕ ਸੱਚ ਹੈ ਕਿ ਦਿੱਲੀ ਸਰਕਾਰ ਨਹੀਂ ਚਾਹੁੰਦੀ ਜਾਂ ਪੰਜਾਬ ਸਰਕਾਰ ਨਹੀਂ ਉਹਨੂੰ ਖੋਲ੍ਹਣਾ ਚਾਹੁੰਦੀ? ਦੇਖੋ ਸਰ, ਜਿਹੜੀ ਇਹ ਅਸੀਂ ਇਹ ਸੱਚਾਈ ਦੀ ਗੱਲ ਕਰੀਏ ਵੀ ਕਿੱਥੇ ਤੱਕ ਸੱਚ ਵਾ, ਜਿਹੜੀ ਕੇਂਦਰ ਸਰਕਾਰ ਆ, ਕੇਂਦਰ ਸਰਕਾਰ ਦੇ ਵਿੱਚ ਆਪਣੇ ਪ੍ਰਧਾਨ ਮੰਤਰੀ ਆਪ ਆਏ ਇੱਥੇ, ਨਰਿੰਦਰ ਮੋਦੀ ਜੀ ਗੁਰਦਾਸਪੁਰ ਆਏ 3 ਤਰੀਕ ਨੂੰ, ਬੜਾ ਵਧੀਆ ਉਹਨਾਂ ਨੇ ਕੀਤਾ। ਕਰਨ ਤੋਂ ਬਾਅਦ ਇਹ ਸਾਰੇ ਸਿਸਟਮ ਨੂੰ ਉੱਤੇ ਆਇਆ। ਇਹਦੇ ਵਿੱਚ ਇਹ ਦੋ ਪੱਖ ਆਪਾਂ ਇਸ ਗੱਲ ਦੇ ਲੈ ਸਕਦੇ ਹਾਂ ਵੀ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਕਾਂਗਰਸ ਦੀ ਸਰਕਾਰ ਆ, ਉਹ ਮੋਦੀ ਸਰਕਾਰ, ਇਹ ਦੋਨਾਂ ਦੀ ਆਪਸੀ ਜਿਹੜੀ ਟਸਲਬਾਜ਼ੀ ਆ ਇਸ ਕੋਰੀਡੋਰ ਨੂੰ ਆਧਾਰ ਬਣਾ ਕੇ ਆਪਣੇ ਮਤਭੇਦ ਜਿਹੜੀ ਕੱਢ ਰਹੀ ਆ। ਜਦਕਿ ਅਸੀਂ ਖੁੱਲ੍ਹੇ ਤੌਰ 'ਤੇ ਆਪਾਂ ਇਹ ਕਹਿ ਸਕਦੇ ਵੀ ਜਦੋਂ ਸੈਂਟਰ ਦੇ ਵਿੱਚੋਂ PM ਮੋਦੀ ਇੱਥੇ ਆ ਸਕਦਾ, ਸਾਰਾ ਕੁਝ ਕਰ ਸਕਦਾ, ਅਤੇ ਪੰਜਾਬ ਦੀ ਸਰਕਾਰ ਨੂੰ ਕੀ ਇਤਰਾਜ਼ ਵਾ? ਪੰਜਾਬ ਦੀ ਸਰਕਾਰ ਨੂੰ ਉਸ ਚੀਜ਼ ਦੇ ਨਾਲ ਸਹਿਮਤ ਹੋਣਾ, ਕਿਉਂਕਿ ਜਿਹੜੇ ਪੰਜਾਬ ਦੇ ਵਿੱਚ ਆ ਸਿੱਖ ਕੌਮ ਦਾ ਇੱਕ ਮਤਲਬ ਪੰਜਾਬ ਜਿਹੜਾ ਹੈ ਘਰ ਵਾ, ਉਹਦੇ ਵਿੱਚ ਉਸ ਚੀਜ਼ ਦਾ ਉਹਨਾਂ ਦੇ ਨਾਲ ਉਹਨਾਂ ਨੂੰ ਇਹ ਫਾਇਦਾ ਹੀ ਹੋਊਗਾ। ਪੰਜਾਬ ਦੀ ਸਰਕਾਰ ਨੂੰ ਇਸ ਚੀਜ਼ ਦਾ ਫਾਇਦਾ ਹੋਊਗਾ ਵੀ ਸਿੱਖ ਕੌਮ ਦੀਆਂ ਜਿਹੜੀਆਂ ਭਾਵਨਾਵਾਂ ਆ ਉਹਨਾਂ ਦੇ ਨਾਲ ਉਹਨਾਂ ਨੂੰ ਕੇਂਦਰ ਸਰਕਾਰ ਨੇ ਵੀ ਸਹਿਯੋਗ ਦਿੱਤਾ, ਅਤੇ ਅਸੀਂ ਤਾਂ ਕਰ ਸਕਦੇ ਹਾਂ। ਜੇ ਅਸੀਂ ਕਹੀਏ ਵੀ ਪੰਜਾਬ ਸਰਕਾਰ ਕੇਂਦਰ ਸਰਕਾਰ ਨੂੰ ਕਹਿੰਦੀ ਆ ਵੀ ਉਹ ਨਹੀਂ ਚਾਹੁੰਦੀ, ਇਹ ਕਾਫੀ ਹੱਦ ਤੱਕ ਜਿਹੜਾ ਇਹ ਬਿਲਕੁਲ ਠੀਕ ਨਹੀਂ ਹੈ, ਕਿਉਂਕਿ ਇਹਦੇ ਵਿੱਚ ਕਾਰਨ ਇਹ ਆ ਵੀ ਪੰਜਾਬ ਸਰਕਾਰ ਦੀ ਹੈਲਪ ਜਿਹੜੀ ਆ ਉਹ ਕੇਂਦਰ ਸਰਕਾਰ ਕਰਦੀ ਆ। ਜੇ ਉਹਨਾਂ ਨੇ ਕਰਨਾ, ਬੇਸ਼ੱਕ ਉਹਨਾਂ ਦੇ ਮਨਸ਼ਾ ਇਹ ਉਹ ਵੀ 2019 ਦੇ ਵਿੱਚ ਇਲੈਕਸ਼ਨਾਂ ਜਿਹੜੀਆਂ MP ਇਲੈਕਸ਼ਨ ਆਉਣੀਆਂ, ਅਸੀਂ ਉਹਨਾਂ ਨੂੰ ਕੈਸ਼ ਕਰਨਾ ਆ, ਪਰ ਨਾਲ ਦੀ ਨਾਲ ਇਹ ਵੀ ਜ਼ਰੂਰ ਆ ਵੀ ਪੰਜਾਬ ਸਰਕਾਰ ਨੂੰ ਵੀ ਇਸ ਬਾਰੇ ਵਿਚਾਰ ਕਰ ਲੈਣਾ ਚਾਹੀਦਾ ਵੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਨਾਲ ਦੋਨਾਂ ਦੀ ਮਿਊਚਲ ਕਰ ਲੈਣੀ ਚਾਹੀਦੀ। ਰਹੀ ਗੱਲ ਉਹਨਾਂ ਦੇ ਅੰਦਰ ਦੀ ਭਾਵਨਾ ਦੀ ਵੀ ਗੁਰਾਹ ਕੌਣ ਕਰ ਰਿਹਾ, ਲੋਕਾਂ ਨੂੰ ਮੰਨ ਕੌਣ ਨਹੀਂ ਰਿਹਾ, ਪੰਜਾਬ ਸਰਕਾਰ ਨਹੀਂ ਮੰਨ ਰਹੀ ਜਾਂ ਕੇਂਦਰ ਸਰਕਾਰ ਨਹੀਂ ਮੰਨ ਰਹੀ? ਇੱਥੇ ਇਹੋ ਜਿਹਾ ਕੋਈ ਸਵਾਲ ਨਹੀਂ ਹੈ ਵੀ ਕੋਈ ਨਹੀਂ ਮੰਨ ਰਿਹਾ, ਕਿਉਂਕਿ ਜਦੋਂ ਇਹ ਸ਼ੁਰੂ ਹੋਇਆ ਇਹ ਸਿੱਖ ਕੌਮ ਦਾ ਬਹੁਤ ਦੇਰ ਦਾ ਪੁਰਾਣਾ ਸਵਾਲ ਸੀਗਾ, ਜਿਹੜਾ ਵੱਖ ਵੱਖ ਸਰਕਾਰਾਂ ਨੇ ਇਹ ਵਿਧਾਨ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਉਠਾਇਆ, ਜਿਹਨੂੰ ਬਹੁਤ ਦੇਰ ਬਾਅਦ ਅਮਲੀ ਰੂਪ ਮਿਲਿਆ ਔਰ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ। ਬੇਸ਼ੱਕ ਉਸ ਵੇਲੇ ਨਵਜੋਤ ਸਿੱਧੂ ਆ ਉਸ ਵੇਲੇ ਉਹਦੇ ਉੱਥੇ ਦੇ ਪ੍ਰਧਾਨ ਮੰਤਰੀ ਕੈਡਰ ਦੇ ਨਾਲ ਉਹ ਬਹੁਤ ਇਸ਼ੂ ਬਣਿਆ, ਪਰ ਨਾਲ ਦੀ ਨਾਲ ਮੈਂ ਸਮਝਦਾ ਵੀ ਉਹ ਆਪਣੇ ਮਿਸ਼ਨ ਦੇ ਵਿੱਚ ਕਾਫੀ ਸਕਸੈਸ ਵੀ ਹੋਇਆ। ਰਹੀ ਗੱਲ ਲੋਕਾਂ ਦੀ ਰਾਏ ਦੀ, ਲੋਕਾਂ ਦੀ ਰਾਏ ਜਿਹੜੀ ਆ ਹਰ ਬੰਦੇ ਦੀ ਆਪਣੀ ਵਿਅਕਤੀ ਵਿਸ਼ੇਸ਼ ਦੀ ਰਾਏ ਹੁੰਦੀ ਆ, ਜੇ ਸਾਰਿਆਂ ਦੀ ਰਾਏ ਅਸੀਂ ਮਿਲਾਉਣੀ ਚਾਹੀਏ, ਮੈਂ ਸਮਝਦਾ ਪਰਦੇਸੀ ਟੀਵੀ ਦੇ ਮੰਚ 'ਤੇ ਅਸੀਂ ਕਿਸੇ ਦੀ ਰਾਏ ਨੂੰ ਆਪਾਂ ਉਹਦੇ ਨਾਲ ਨਹੀਂ ਮਿਲਾ ਸਕਦੇ, ਕਿਉਂਕਿ ਅਸੀਂ ਉਹਨੂੰ ਕਹਾਂਗੇ ਵੀ ਤੂੰ ਠੀਕ ਹੈ, ਪਰ ਜਿਹੜੀ ਸਾਨੂੰ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੈ, ਜੋ ਅਸੀਂ ਪ੍ਰਤੱਖ ਦੇਖਿਆ, ਮੀਡੀਆ ਨੇ ਦੇਖਿਆ, ਸੋਸ਼ਲ ਮੀਡੀਆ ਨੇ ਦੇਖਿਆ ਵੀ ਜਿਹੜੀ ਇੰਨੇ ਸਾਲ ਦੀ ਲੰਬੀ ਕੋਸ਼ਿਸ਼ਾਂ ਦੀ ਜਿਹੜੀ ਮੰਗ ਸੀਗੀ ਉਹ ਜਿਹੜੀ ਮੰਗ ਆ ਪੂਰਨ ਹੋਈ ਆ, ਬੇਸ਼ੱਕ ਕਿਸੇ ਰਾਹੀਂ ਹੋਇਆ, ਪਰ ਉਸ ਵੇਲੇ ਮੌਕੇ ਦੀ ਸ਼ੁਰੂਆਤ ਜਿਹੜੀ ਸੀ ਉਹ ਨਵਜੋਤ ਸਿੱਧੂ ਵੱਲੋਂ ਕੀਤੀ ਗਈ ਆ। ਬੇਸ਼ੱਕ ਉਹ ਟਾਰਗੇਟ ਰਿਹਾ, ਲੋਕਾਂ ਦੇ ਵਿੱਚ ਕਾਰਨ ਦਾ ਵਿਸ਼ਾ ਬਣੇ ਰਿਹਾ, ਪਰ ਫਿਰ ਵੀ ਉਹ ਸ਼ੁਰੂਆਤ ਹੋਣ ਤੋਂ ਬਾਅਦ ਜਿਹੜਾ ਅਮਲੀ ਰੂਪ ਉੱਥੋਂ ਹੀ ਮਿਲਿਆ। ਸੋ ਮੈਂ ਸਮਝਦਾ ਵੀ ਇਹਦੇ ਵਿੱਚ ਸਰਕਾਰ ਨੂੰ, ਨਾ ਕੇਂਦਰ ਨੂੰ ਨਾ ਪੰਜਾਬ ਸਰਕਾਰ ਨੂੰ, ਕਿਸੇ ਨੂੰ ਨਹੀਂ, ਇਹਨਾਂ ਦੋਨਾਂ ਨੂੰ ਆਪਸ ਮਿਲ ਕੇ ਇਹ ਜਿਹੜਾ ਕੋਰੀਡੋਰ ਨੂੰ ਐਜ ਇਟ ਇਜ਼ ਰੱਖਣਾ ਚਾਹੀਦਾ ਤਾਂ ਕਿ ਸਿੱਖ ਸੰਗਤਾਂ ਖੁੱਲ੍ਹੇ ਦਰਸ਼ਨ ਕਰ ਸਕਣ। ਜੀ ਹਾਂ ਬਿਲਕੁਲ ਅਜਨੋਹ ਸਾਹਿਬ, ਆਪਾਂ ਜ਼ਰੂਰ ਇਹਦੇ ਉੱਤੇ ਅੱਗੇ ਚੱਲ ਕੇ ਜਾਂ ਅਗਲੇ ਹਫ਼ਤਿਆਂ ਦੇ ਵਿੱਚ ਜ਼ਰੂਰ ਗੱਲਬਾਤ ਕਰਾਂਗੇ ਕਿ ਸਿਆਸਤ ਕਿੰਨੀ ਕੁ ਹੋ ਰਹੀ ਹੈ ਨਾ ਕਰਤਾਰਪੁਰ ਲਾਂਘੇ ਨੂੰ ਲੈ ਕੇ, ਕਿਉਂਕਿ ਇਲੈਕਸ਼ਨਾਂ ਵੀ 2019 ਆ ਰਹੀਆਂ। ਆਪਾਂ ਆਮ ਆਦਮੀ ਪਾਰਟੀ ਦੀ ਅੱਗੇ ਚੱਲ ਕੇ ਜ਼ਰੂਰ ਗੱਲ ਕਰਨੀ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਆਮ ਆਦਮੀ ਪਾਰਟੀ ਨੇ 4 ਜਿਹੜੇ MP ਪੰਜਾਬ ਨੇ ਦਿੱਤੇ ਸੀ, ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨੀ ਕੁ ਉਹਨਾਂ ਦੇ ਝੋਲੀ ਵਿੱਚ ਪੰਜਾਬ ਪਾ ਸਕਦਾ, NRI ਦੀ ਸਪੋਰਟ ਕਿੱਥੇ ਖੜੀ ਹੈ, ਇਹਦੇ ਉੱਤੇ ਜ਼ਰੂਰ ਗੱਲਬਾਤ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਪੰਜਾਬ ਦੇ ਵਿੱਚ
ਆਲਰੇਡੀ ਆਮ ਆਦਮੀ ਪਾਰਟੀ ਦਾ ਜਿਹੜਾ ਗ੍ਰਾਫ ਬਹੁਤ ਜ਼ਿਆਦਾ ਗਿਰ ਚੁੱਕਾ। ਐੱਨ ਆਰ ਆਈ ਵੀਰ ਜਿਹੜੇ ਆ ਇਸ ਵੇਲੇ ਪੰਜਾਬ ਦੇ ਆਮ ਆਦਮੀ ਪਾਰਟੀ ਨਾਲੋਂ ਕਾਫੀ ਹੱਦ ਤੱਕ ਦੂਰ ਹੋ ਚੁੱਕੇ ਹੈ। ਇਹ ਪੰਜਾਬ ਦੀ ਆਮ ਆਦਮੀ ਪਾਰਟੀ ਹੈ ਜਿਹੜੀ ਆਮ ਅਤੇ ਐੱਨ ਆਰ ਆਈ ਤੋਂ ਕਿਵੇਂ ਸਪੋਰਟ ਲੈ ਸਕਦੀ ਹੈ ਜਾਂ ਫਿਰ ਖਹਿਰਾ ਸਾਹਿਬ ਦੇ ਨਾਲ ਐੱਨ ਆਈ ਦੀ ਕਿੰਨੀ ਸਪੋਰਟ, ਆਪਾਂ ਅਗਲੇ ਹਫ਼ਤੇ ਜ਼ਰੂਰ ਗੱਲਬਾਤ ਕਰਾਂਗੇ। ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਇੱਕ ਬ੍ਰੇਕ ਤੋਂ ਬਾਅਦ ਦੁਬਾਰਾ ਫਿਰ ਤੁਹਾਡੇ ਨਾਲ ਜੁੜਦੇ ਹਾਂ, ਇਸ ਪ੍ਰੋਗਰਾਮ ਨੂੰ ਇੱਥੇ ਖਤਮ ਕਰਦੇ ਹਾਂ। ਉਸ ਤੋਂ ਬਾਅਦ ਅਗਲੀ ਸੈਗਮੈਂਟ ਲੈ ਕੇ ਫਿਰ ਤੁਹਾਡੀ ਨਿੱਕੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡੇ ਨਾਲ ਕਚਹਿਰੀ ਵਿੱਚ ਆਉਂਦੇ ਹਾਂ। ਤੁਸੀਂ ਕਿਤੇ ਨਹੀਂ ਜਾਣਾ, ਬਣੇ ਰਹਿਣਾ ਜੀ ਪਰਦੇਸੀ ਟੀਵੀ ਦੇ ਨਾਲ, ਹੁਣੇ ਗਏ ਅਤੇ ਹੁਣੇ ਆਏ। ਜੇ ਤੁਸੀਂ ਮੋਰਗੇਜ ਦੀ ਭਾਲ ਵਿੱਚ ਹੋ, ਪਰਚੇਸ ਰੀਫਾਈਨਾਂਸਿੰਗ ਜਾਂ ਐਕੁਇਟੀ ਟੇਕ ਆਊਟ, ਫਰਸਟ ਸੈਕੰਡ ਮੋਰਗੇਜ, ਲਾਈਨ ਆਫ ਕ੍ਰੈਡਿਟ ਜਾਂ ਪ੍ਰਾਈਵੇਟ ਫੰਡਸ, ਬੈਡ ਕ੍ਰੈਡਿਟ ਹੋਵੇ, ਸੈਲਫ ਇੰਪਲੋਇਡ ਔਰ ਨਿਊ ਟੂ ਕੈਨੇਡਾ, ਤੁਸੀਂ ਸਤਨਾਮ ਸਿੰਘ ਨੂੰ ਮੋਰਗੇਜ ਬ੍ਰੋਕਰ ਨੂੰ ਕੰਟੈਕਟ ਕਰ ਸਕਦੇ ਹੋ 647-284-1313 647-284-1313। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਕੈਨੇਡਾ ਦੇ ਵਿੱਚ ਇੱਕ ਘਰ ਲੈਣਾ ਸਾਰਿਆਂ ਨਾਲੋਂ ਵੱਡੀ ਇਨਵੈਸਟਮੈਂਟ ਹੈਗੀ ਆ। ਜੇ ਤੁਸੀਂ ਸਹੀ ਅਤੇ ਭਰੋਸੇਮੰਦ ਸਰਵਿਸ ਲੈਣਾ ਚਾਹੁੰਦੇ ਹੋ, ਤੁਸੀਂ ਮੇਰੇ ਨਾਲ ਅਭਿਜੀਤ ਸੱਪਾ ਨਾਲ ਸੰਪਰਕ ਕਰ ਸਕਦੇ ਹੋ 416-624-8080 416-624-8080 ਉੱਤੇ ਮੈਨੂੰ ਕਾਲ ਕਰ ਸਕਦੇ। ਸਵਾਗਤ ਹੈ ਜੀ ਇੱਕ ਵਾਰ ਫਿਰ ਪਰਦੇਸੀ ਟੀ ਵੀ ਦੇ ਵਿੱਚ, ਮੈਂ ਤੁਹਾਡਾ ਉਸਤੇ ਦੋਸਤ ਬਿਕਰਮਜੀਤ ਸਿੰਘ ਕਲੇਰ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਤੁਹਾਡੀ ਕਚਹਿਰੀ ਦੇ। ਆਸ ਕਰਦੇ ਹਾਂ ਕਿ ਤੁਹਾਡੀ ਪ੍ਰੋਗਰਾਮ ਦਾ ਆਨੰਦ ਮਾਣ ਰਹੋਗੇ। ਪੰਜਾਬ ਸਾਡੇ ਜਿਹੜੇ ਮਹਿਮਾਨ ਆ ਸਾਡੇ ਨਾਲ ਗੱਲਬਾਤ ਕਰ ਰਹੇ ਸੀਗੇ, ਪੰਜਾਬ ਦੀ ਸਿਆਸਤ ਨੂੰ ਲੈ ਕੇ ਜਾਂ ਫਿਰ ਇੰਡੀਆ ਦੀ ਸਿਆਸਤ ਨੂੰ ਲੈ ਕੇ ਕੁਛ ਲੋਕਲ ਮੁੱਦਿਆਂ 'ਤੇ ਵੀ ਅਸੀਂ ਡਿਸਕਸ਼ਨ ਕੀਤੀ ਹੈ। ਅਗਰ ਤੁਹਾਡਾ ਵੀ ਇਹਦੇ ਪ੍ਰਤੀ ਕੋਈ ਵਿਚਾਰ ਹੋਵੇ, ਕਾਲ ਕਰ ਸਕਦੇ ਹੋ ਜੀ 647-943-1313। ਇੱਕ ਵਾਰ ਫਿਰ ਪੰਜਾਬ ਜੁੜਦੇ ਹਾਂ ਜੀ ਆਪਣੇ ਇੰਡੀਆ ਵਾਲੇ ਸਟੂਡੀਓ ਤੋਂ, ਜਿੱਥੇ ਸਾਡੇ ਮਹਿਮਾਨ ਆਦਿ ਮਹਿਫਲ ਦੇ ਵਿੱਚ ਆ ਚੁੱਕਿਆ ਸੀ। ਕੁਛ ਕੁ ਮਿੰਟ ਉਹਨਾਂ ਨਾਲ ਗੱਲਬਾਤ ਕਰਾਂਗੇ, ਉਸ ਤੋਂ ਬਾਅਦ ਅਸੀਂ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ। ਸਵਾਗਤ ਹੈ ਜੀ ਅਜਨੋਹਾ ਸਾਹਿਬ ਤੁਹਾਡਾ ਇਸ ਮਹਿਫਲ ਦੇ ਵਿੱਚ ਇੱਕ ਵਾਰ ਫਿਰ। ਸਤਿ ਸ਼੍ਰੀ ਅਕਾਲ ਜੀ, ਪਰਦੇਸੀ ਟੀਵੀ ਦੇਖ ਰਿਹਾ ਦਰਸ਼ਕਾਂ ਨੂੰ ਮੇਰੇ ਵੱਲੋਂ ਫਿਰ ਤੋਂ ਸਤਿ ਸ਼੍ਰੀ ਅਕਾਲ। ਦੂਜੇ ਸੈਗਮੈਂਟ ਵਿੱਚ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕੀਤੀ ਆ ਵੀ ਜਿਹੜਾ ਜਿੱਥੇ ਖਬਰਾਂ ਦੀ ਗੱਲ ਚੱਲਦੀ ਆ, ਪੰਜਾਬ ਦੀ ਸਿਆਸਤ ਦੀ ਗੱਲ ਚੱਲਦੀ ਆ, ਉਹਦੇ ਨਾਲ ਦੇ ਨਾਲ ਆਪਾਂ ਪਰਦੇਸੀ ਟੀਵੀ ਦਰਸ਼ਕਾਂ ਦੇ ਜਿਹੜੇ ਸਾਡੇ ਪੰਜਾਬ ਦੇ ਵਿੱਚ ਉੱਭਰਦੇ ਕਲਾਕਾਰ ਆ, ਜਿਹਨਾਂ ਨੂੰ ਗੀਤ ਸੰਗੀਤ ਦੀ ਜਿਹੜੇ ਰਾਹਕਾਰ ਆ, ਫਨਕਾਰ ਆ, ਆਪਾਂ ਉਹਨਾਂ ਨੂੰ ਵੀ ਸਮੇਂ ਸਮੇਂ 'ਤੇ ਪਰਦੇਸੀ ਟੀਵੀ ਦੇ ਦਰਸ਼ਕਾਂ ਦੇ ਰੂਬਰੂ ਕਰੀਏ। ਅੱਜ ਇਸੇ ਲੜੀ ਦੇ ਤਹਿਤ ਪੰਜਾਬ ਦੇ ਵਿੱਚ ਇੱਕ ਬਹੁਤ ਉੱਭਰਦਾ ਸਿਤਾਰਾ ਧਵਨ ਚੀਮਾ, ਜਿਹਨੂੰ ਅਸੀਂ ਪਰਦੇਸੀ ਟੀਵੀ ਦੇ ਮੰਚ 'ਤੇ ਪਰਦੇਸੀ ਟੀਵੀ ਦਰਸ਼ਕਾਂ ਦੇ ਰੂਬਰੂ ਕਰਨ ਜਾ ਰਹੇ ਹਾਂ ਜੀ। ਕੋਸ਼ਿਸ਼ ਕਰਾਂਗੇ ਵੀ ਆਪਾਂ ਉਹਨਾਂ ਦੇ ਜੀਵਨ ਦੀ, ਉਹਨਾਂ ਦੇ ਸੰਘਰਸ਼ ਦੀ, ਉਹਨਾਂ ਦੀ ਕਲਾਕਾਰੀ ਦੀ ਜਿਹੜੀ ਆ ਪਾਰਖੂ ਨਜ਼ਰ ਜਿਹੜੀ ਆ ਪਰਦੇਸੀ ਟੀਵੀ ਦਾ ਜ਼ਰੂਰ ਕਰੀਏ। ਧਵਨ ਚੀਮਾ ਜੀ, ਸਵਾਗਤ ਹੈ ਜੀ ਤੁਹਾਡਾ ਪਰਦੇਸੀ ਟੀਵੀ ਦੇ ਮੰਚ 'ਤੇ ਜੀ। ਧਵਨ ਚੀਮਾ ਜੀ, ਸਾਡੇ ਪਰਦੇਸੀ ਟੀਵੀ ਦੇ ਦਰਸ਼ਕਾਂ ਨੂੰ ਤੁਸੀਂ ਪਹਿਲਾਂ ਆਪਣੇ ਜਨਮ ਬਾਰੇ, ਤੁਹਾਡੀ ਪੜ੍ਹਾਈ ਬਾਰੇ ਦੱਸੋ ਜੀ। ਮੇਰਾ ਜਨਮ ਹੈ ਜੀ 27 ਜੁਲਾਈ 7ਵਾਂ ਮਹੀਨਾ 1996 ਜੀ, ਅਤੇ ਮੈਂ ਪਲੱਸ ਟੂ ਕਰੀ ਜੀ। ਅਤੇ ਕਲਾਕਾਰੀ ਦਾ ਸ਼ੌਕ ਜਿਹੜਾ ਇਹ ਕਦੋਂ ਤੋਂ ਹੋਇਆ? ਬਚਪਨ ਤੋਂ ਜੀ। ਜੀ ਵਿਕਰਮ ਜੀ, ਸਭ ਤੋਂ ਪਹਿਲਾਂ ਆਪਾਂ ਗੱਲਬਾਤ ਸ਼ੁਰੂ ਕਰੀਏ, ਉਸ ਤੋਂ ਪਹਿਲਾਂ ਫਿਰ ਮੈਂ ਇੱਕ ਵਾਰ ਬੇਨਤੀ ਕਰਦਾ ਕਿ ਤੁਹਾਡੇ ਲਾਗੇ ਫੋਨ ਪਿਆ ਜੀ, ਫੋਨ ਡਿਸਟਰਬੈਂਸ ਬਹੁਤ ਕਰ ਰਿਹਾ ਜੀ, ਇਹਦੀ ਪਾਵਰ ਆਫ ਕੀਤੀ ਜਾਵੇ ਤਾਂ ਬਹੁਤ ਵਧੀਆ ਰਹੂਗਾ ਜੀ। ਚੀਮਾ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਇਹ ਜਿਹੜੇ ਚੀਮਾ ਸਾਹਿਬ ਉਹਨਾਂ ਨੇ ਸੰਗੀਤਕ ਮੁੰਡਲੀ ਸਿੱਖਿਆ ਕਿਸ ਤੋਂ ਲਈ ਹੈ?
ਮੇਰੇ ਨਾਲ ਦੇ ਪਿੰਡ ਹੀ ਆ ਜੀ ਸਤਾਰ ਜੀ। ਸਭ ਤੋਂ ਪਹਿਲਾਂ ਤੁਹਾਨੂੰ ਜਿਹੜਾ ਤੁਹਾਡਾ ਪਹਿਲਾ ਸੌਂਗ ਇਸ ਮਾਰਕੀਟ ਦੇ ਵਿੱਚ ਤੁਸੀਂ ਗਾਇਆ ਜਾਂ ਲੈ ਕੇ ਆਏ ਹੋ ਆਪਣੀ ਜ਼ਿੰਦਗੀ ਦੇ ਵਿੱਚ ਇਸ ਮੰਚ ਦੇ ਉੱਤੇ ਆਪਣੀ ਕੈਸਟ ਦੇ ਥਰੂ ਲੈ ਕੇ ਆਏ, ਕਿਹੜਾ ਸੌਂਗ ਸੀ? ਮੈਂ ਕੁਛ ਕੁ ਬੋਲ ਉਹਦੇ ਸੁਣਨਾ ਚਾਹੂੰਗਾ। ਸ਼ੌਂਕ ਅੱਤ ਦਾ ਸੀ ਜਿਹੜਾ ਸਭ ਤੋਂ ਪਹਿਲਾਂ ਸੌਂਗ ਆਇਆ, ਦੂਜਾ ਛੱਲਾ ਸੀ। ਹਾਂਜੀ, ਉਹਨਾਂ ਦੇ ਵੀ ਕੁਛ ਕੁ ਬੋਲ। ਮੁੱਢ ਤੋਂ ਹੀ ਟੋਚਨਾ ਦੇ ਵੈਰੀ ਬੱਲੀਏ, ਖਾਣਿਆਂ ਦੇ ਵਿੱਚ ਜ਼ੋਰ ਜ਼ਹਿਰੀ ਬੱਲੀਏ, ਓਏ ਅੱਖ ਰੱਖਦਾ ਏ ਜੱਟ ਬਾਜ ਵਰਗੀ, ਟੌਰ ਜੱਟ ਰੱਖੇ ਬੁੱਲ ਸ਼ਹਿਰੀ ਬੱਲੀਏ, ਉਹ ਇੱਕ ਵਿੱਚ ਜੋਸ਼ ਰੱਬ ਦਿੱਤਾ ਰੱਜ ਕੇ, ਪਤਾ ਵੀ ਨਾ ਲੱਗੇ ਛੋਟੇ ਮੋਟੇ ਫੱਟਦਾ, ਜੱਟ ਰੱਖੇ ਉਹ ਜੱਟ ਰੱਖੇ ਸ਼ੌਂਕ ਕੂੜੇ ਪੂਰਾ ਅੱਤ ਦਾ, ਸ਼ੌਂਕ ਨਾਮਸ਼ਾਂ ਦੇ ਉੱਤੇ ਹੱਥ ਰੱਖਦਾ, ਉਹ ਕਬੂਤਰਾਂ ਦੀ ਮੇਲਿਆਂ ਚ ਬਾਜੀ ਲੱਗਦੀ, ਕੁੱਕੜ ਵੀ ਕਰਨ ਸ਼ਿਕਾਰ ਜੱਟ ਦੇ, ਉਹ ਸ਼ੌਂਕ ਨਾਲ ਯਾਰ ਤੇਰਾ ਖਾਏ ਨਾਗਣੀ, ਨੈਣ ਰਹਿਣ ਤਾਈਓ ਬਿੱਲੋ ਲਾਲ ਜੱਟ ਦੇ, ਉਹ ਕਦੇ ਕਦੇ ਕਰਦਾ ਹਵਾਈ ਫੈਰਿਆਂ, ਜੇ ਕੋਈ ਤਿੰਨ ਪੰਜ ਕਰੇ ਦੁਨੀਆਂ ਤੋਂ ਚੱਕਦਾ, ਜੱਟ ਰੱਖੇ ਉਹ ਜੱਟ ਰੱਖੇ ਸ਼ੌਂਕ ਕੂੜੇ ਪੂਰਾ ਅੱਤ ਦਾ, ਸ਼ੌਂਕ ਨਾਮਸ਼ਾਂ ਦੇ ਉੱਤੇ ਹੱਥ ਰੱਖਦਾ। ਛੋਟੀ ਉਮਰ ਦਾ ਆ, ਇਹਦੇ ਮੰਮੀ ਡੈਡੀ ਨਹੀਂ ਹੈ ਤੇ ਇਹਦਾ ਚਾਚਾ ਹੀ ਆ, ਮਤਲਬ ਜਿਹੜਾ ਖੇਤੀਬਾੜੀ ਹੁਣ ਮੈਨੂੰ ਦੱਸਿਆ, ਕਹਿੰਦਾ ਮੈਂ ਪਾਣੀ ਲਾਉਂਦਾ ਛੱਡ ਕੇ ਆਇਆ, ਤੇ ਮੈਂ ਜਦੋਂ ਇਹਨਾਂ ਨੂੰ ਦੱਸਿਆ ਵੀ ਤੁਹਾਨੂੰ 15 ਕੁ ਮਿੰਟ ਦਾ, ਮੈਂ ਸਮਝਦਾ ਵੀ ਇਹ ਜਿਹੜਾ ਇਹਦਾ ਚਾਚਾ ਬੜੀ ਇੱਛਾ ਕਰਦਾ, ਤੇ ਨਾਲ ਦੇ ਨਾਲ ਸਾਡੇ ਬੜੇ ਪਰਮ ਮਿੱਤਰ ਆ ਜਿਹਨਾਂ ਨੇ ਸਾਨੂੰ ਮਿਲਾਇਆ ਸੀ, ਜਦੋਂ ਇਹਨਾਂ ਨੂੰ ਮੈਂ ਦੱਸਿਆ ਵੀ ਕੈਨੇਡਾ ਦੇ ਸ਼ਹਿਰ ਟਰਾਂਟੋ 'ਚ ਜਿਹੜਾ ਸਾਡਾ ਪ੍ਰੋਗਰਾਮ ਹੋ ਰਿਹਾ, ਪਹਿਲਾਂ ਸਭ ਤੋਂ ਮੈਂ ਇਹੀ ਆ, ਮੈਂ ਫਿਰ ਤੁਸੀਂ ਆਓ ਆ ਕੇ ਤੁਸੀਂ ਆਪਣੇ ਬੋਲ ਦੱਸੋ, ਆਪਾਂ ਤੁਹਾਡੇ ਫੋਰਵਰਡ ਕਰਦੇ ਹਾਂ ਵੀ ਜੇ ਤੁਹਾਡਾ ਲਾਈਫ ਦੇ ਵਿੱਚ ਕੋਈ ਵੱਡੀ ਅਚੀਵਮੈਂਟ ਹੋ ਸਕਦੀ ਆ ਕਿਸੇ ਬੋਲਰ ਰਾਹੀਂ, ਤਾਂ ਅਸੀਂ ਤੁਹਾਨੂੰ ਭੇਜ ਦਿੰਦੇ ਹਾਂ, ਅਤੇ ਸੋ ਅਸੀਂ ਚਾਹੁੰਦੇ ਹਾਂ ਵੀ ਇਹਦੇ ਚਾਚੇ ਦਾ ਵੀ ਇਹਦੇ ਪਿੱਛੇ ਮਤਲਬ ਸੰਗਤਾਂ ਪਿੱਛੇ ਬਹੁਤ ਆਗਾ ਕੋਸ਼ਿਸ਼ ਆ ਵੀ ਇਹਨੂੰ ਰਿਆਜ਼ ਕਰਨ ਦੀ ਲੋੜ ਆ ਹਾਲੇ, ਕਿਉਂਕਿ ਸਟਾਰਟਿੰਗ ਦੇ ਵਿੱਚ ਹੈਗਾ, ਪਰ ਫਿਰ ਵੀ ਜਿਹੜਾ ਇਹਦੀ ਬੋਲ ਆ ਹਿੱਕ ਦੇ ਜ਼ੋਰ ਨਾਲ, ਜਿਵੇਂ ਅਸੀਂ ਕਹਿੰਦੇ ਹਾਂ ਵੀ ਪੰਜਾਬੀ ਹਿੱਕ ਦੀ ਜ਼ੋਰ ਨਾਲ ਗਾਉਂਦਾ ਆ, ਉਹਦੀ ਕੋਸ਼ਿਸ਼ ਕੀਤੀ ਆ ਇਹਨੇ ਵੀ ਆਪਣੇ ਗਾਵੇ, ਅਤੇ ਲੋਕਾਂ ਦੀ ਜਿਹੜੀ ਵਾਹ ਆ ਉਹ ਇਹਦੇ ਕੰਮ ਦੇ ਨਾਲ, ਉਹ ਇਹਦੀ ਪਾਰਫੂ ਨਜ਼ਰ ਜਿਹੜੀ ਆ ਲੋਕਾਂ ਦੀ, ਉਹਨਾਂ ਨੇ ਆਪੇ ਪਰਖ ਲੈਣਾ, ਪਰ ਇਹਨੂੰ ਜ਼ਰੂਰ ਆਪਾਂ ਐਪਰੀਸ਼ੀਏਟ ਕਰਦੇ ਹਾਂ ਵੀ ਤੂੰ ਜ਼ਰੂਰ ਗਾ। ਸੋ ਤਵਨਜੀਮਾ ਜੀ, ਤੁਸੀਂ ਆਪਣੇ ਗੀਤ ਦੇ ਬੋਲਾਂ ਦੇ ਨਾਲ ਪਰਦੇਸੀ ਟੀਵੀ ਦੇ ਦਰਸ਼ਕਾਂ ਦੇ ਵਿੱਚ ਹਾਜ਼ਰੀ ਲਵਾਈ ਆ, ਤੁਸੀਂ ਜਿਹੜੀ ਆਪਣੀ ਪੜ੍ਹਾਈ ਕੀਤੀ ਪਲੱਸ ਟੂ ਕੀਤੀ ਆ, ਤੁਹਾਡੇ ਸ਼ਾਗਿਰਦ ਜਿਹੜੇ ਉਸਤਾਦ ਜੀ ਆ, ਤੇ ਤੁਹਾਡੇ ਉਸਤਾਦ ਜੀ ਕਿਹੜੇ ਪੜ੍ਹਦੇ ਨੇ, ਤੇ ਤੁਸੀਂ ਕਿਉਂ ਉਹਨਾਂ ਤੋਂ ਕੀ ਨਾਮ ਕੀਆ ਤੇ ਕਿੰਨੀ ਕਦੋਂ ਤੋਂ ਵਿਦਿਆ ਲਈ ਆ ਤੁਸੀਂ? ਜੀ ਜੀ ਜੀ, ਤੇ ਤੁਸੀਂ ਉਹਨਾਂ ਕੋਲ ਰਿਆਜ਼ ਕਰਨ ਜਾਂਦੇ ਹੋ? ਅੱਛਾ, ਮਤਲਬ ਹੁਣ ਕੋਸ਼ਿਸ਼ ਜਿਹੜਾ ਹੁਣ ਤੁਹਾਡਾ ਜਿਹੜਾ ਸੌਂਗ ਆ ਜਿਹੜਾ ਕੀਤਾ ਸੀਗਾ, ਉਹ ਸੌਂਗ ਦੇ ਵਿੱਚ ਤੁਸੀਂ ਕਿਹੜੇ ਬੋਲ ਗਾਇਜ ਕੇ? ਉਹ ਜਿੱਦਣ ਦੇ ਕੀਮਤੀ ਜੇ ਪਲ ਛੁੱਟ ਗਏ, ਉਦਣ ਦੀ ਦਾਰੂ ਪੀਣੀ ਛੱਡਦੀ, ਉਹ ਸ਼ਮਕ ਛਲੋ ਸੀ ਮਸ਼ੂਕ ਯਾਰਾਂ ਦੀ, ਉਹ ਵੀ ਹੌਲੀ ਹੌਲੀ ਦਿਲੋਂ ਘੱਟ ਗਈ, ਉਹ ਯਾਰ ਅਨਮੁੱਲਿਆਂ ਦਾ ਸਾਥ ਛੁੱਟਿਆ, ਬਿਨਾ ਯਾਰ ਵੱਟਾ ਉੱਤੋਂ ਫੁੱਲ ਤੋੜਦਾ, ਉਹ ਛੱਲਾ ਯਾਰੋ ਉਹ ਛੱਲਾ ਯਾਰੋ ਅੱਜ ਕੱਲ ਕੱਲਾ ਰਹਿ ਗਿਆ, ਵੀਰੇ ਹੁਣ ਨੱਕਿਆਂ ਦੇ ਮੂੰਹ ਮੋੜਦਾ, ਉਹ ਨਾਲ ਪੜਦੀਆਂ ਰੱਬਾਂ ਸ਼ੈਰੀ ਹੋ ਗਈਆਂ, ਅੱਤ ਨਾਲ ਵੱਧ ਕੇ ਤਾਂ ਯਾਰੀ ਹੋ ਗਈਆਂ, ਉਹ ਜੱਟ ਤਾਂ ਦੇਸੀ ਦਾ ਯਾਰੋ ਦੇਸੀ ਰਹਿ ਗਿਆ, ਪੱਲੇ ਯਾਰਾ ਸਾਡੇ ਹੁਣ ਮੈਸੀ ਪੈ ਗਿਆ, ਉਹਦੀ ਨਰਾਤ ਯਾਰੋ ਹੁਣ ਵਾਹੀ ਕਰਕੇ, ਉਹਦੀ ਨਰਾਤ ਯਾਰੋ ਹੁਣ ਵਾਹੀ ਕਰਕੇ, ਮਿਹਨਤਾਂ ਦੇ ਫਿਰੇ ਜੱਟ ਮੁੱਲ ਮੋੜਦਾ, ਛੱਲਾ ਯਾਰੋ ਉਹ ਛੱਲਾ ਯਾਰੋ ਅੱਜ ਕੱਲ ਕੱਲਾ ਰਹਿ ਗਿਆ, ਵੀਰੇ ਹੁਣ ਨੱਕਿਆਂ ਦੇ ਮੂੰਹ ਮੋੜਦਾ। ਜੀ ਵਿਕਰਮ ਜੀ, ਹਾਂ ਬਹੁਤ ਅੱਛੇ ਚੀਮਾ ਸਾਹਿਬ ਦੀ ਆਵਾਜ਼ ਦੇ ਵਿੱਚੋਂ ਐਵੇਂ ਵਰਕ ਉਹਨਾਂ ਦੀ ਆਵਾਜ਼ ਦੀ ਝਲਕ ਪੈਂਦੀ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਇਹ ਵੀ ਤਰੱਕੀਆਂ ਦੇ ਉਹਨਾਂ ਵਾਂਗੂ ਤਰੱਕੀਆਂ 'ਤੇ ਜਾਣਗੇ, ਅਗਰ ਸਹੀ ਉਸਤਾਦ ਦੀ ਸਿੱਖਿਆ ਇਹਨਾਂ ਦੇ ਨਾਲ ਰਹੀ, ਜ਼ਰੂਰ ਇਹ ਕਿਤੇ ਨਾ ਕਿਤੇ ਬੁਲੰਦੀਆਂ ਨੂੰ ਛੂਣਗੇ, ਕਿਉਂਕਿ ਉਸਤਾਦ ਦੀ ਸੇਧ ਦੀ ਹਰੇਕ ਇਨਸਾਨ ਨੂੰ ਲੋੜ ਹੈ, ਚਾਹੇ ਉਹ ਕਲਾਕਾਰ ਹੋਵੇ ਚਾਹੇ ਉਹ ਕੋਈ ਹੋਰ ਇਨਸਾਨ ਹੋਵੇ, ਜਿਸ ਤਰ੍ਹਾਂ ਸਟੂਡੈਂਟ ਨੂੰ ਟੀਚਰ ਦੀ ਲੋੜ ਹੈ ਇਸੇ ਤਰ੍ਹਾਂ ਕਲਾਕਾਰ ਨੂੰ ਉਸਤਾਦ ਦੀ ਜ਼ਰੂਰਤ ਜ਼ਰੂਰ ਹੁੰਦੀ ਹੈ, ਕਿਉਂਕਿ ਇਹ ਸੁਰਾਂ ਸੰਗੀਤ ਇਹ ਇੱਕ ਨਿਖੜਵਾਂ ਅੰਗ ਹੈ ਸੰਗੀਤ ਦਾ, ਕਿਉਂਕਿ ਇਸ ਤੋਂ ਬਿਨਾਂ ਸੰਗੀਤ ਤੋਂ ਬਿਨਾਂ ਗਾਇਕੀ ਅਧੂਰੀ ਹੈ, ਅਗਰ ਉਸਤਾਦ ਦੀ ਸਿੱਖਿਆ ਸੰਗੀਤਕ ਤੌਰਾਂ
ਇੱਕ ਗੀਤ ਨੂੰ ਇੱਕ ਗਾਣੇ ਨੂੰ ਸਹੀ ਰਸਤੇ 'ਤੇ ਲੈ ਕੇ ਜਾਣਗੀਆਂ ਤਾਂ ਜ਼ਰੂਰ ਉਹ ਜਿਹੜਾ ਗਾਣਾ ਆ ਉਹ ਸੰਗੀਤ ਹੈ ਬੁਲੰਦੀਆਂ ਨੂੰ ਛੂਵੇਗਾ। ਆਉਣ ਵਾਲੇ ਦਿਨਾਂ ਦੇ ਵਿੱਚ ਪਰਦੇਸੀ ਟੀ ਵੀ ਦੇ ਵੱਲੋਂ ਅਰਦਾਸ ਹੈ ਕਿ ਤੁਸੀਂ ਤਰੱਕੀਆਂ ਕਰੋ, ਇੱਕ ਪੰਜਾਬੀ ਚੰਗੇ ਗਾਣੇ ਲੈ ਕੇ ਆਓ, ਪੰਜਾਬੀਆਂ ਨੂੰ ਚੰਗੇ ਗਾਣੇ ਦਿਓ ਤਾਂ ਜੋ ਉਹਨਾਂ ਕਲਾਕਾਰਾਂ ਦੇ ਜਿਹੜੇ ਮਹਾਨ ਕਲਾਕਾਰ ਹੈ ਉਹਨਾਂ ਦੀ ਲਾਈਨ ਵਿੱਚ ਤੁਸੀਂ ਵੀ ਜਾ ਸਕੋ, ਤੁਸੀਂ ਵੀ ਖੜ ਸਕੋ। ਸਾਡੀ ਅਰਦਾਸ ਅਖੀਰ ਦੇ ਵਿੱਚ ਅਜਨੋਹਾ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਬਿਲਕੁਲ ਜੀ, ਬਹੁਤ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਜਿਹੜਾ ਬੱਚਾ ਆਇਆ ਸਾਨੂੰ, ਇਹਨੂੰ ਅਸੀਂ ਕੋਸ਼ਿਸ਼ ਕੀਤੀ ਆ ਵੀ ਆਪਾਂ ਇਹਨੂੰ ਲਿਆਈਏ, ਕੋਈ ਮਤਲਬ ਜਿਵੇਂ ਅਸੀਂ ਇਹਨਾਂ ਦੇ ਬੋਲ ਭੇਜੇ ਸੀ ਤੁਸੀਂ ਉਹ 'ਤੇ ਬੜੀ ਜਰਾਨਬਾਜ਼ੀ ਕੀਤੀ ਆ, ਇਹਨਾਂ ਨੂੰ ਟਾਈਮ ਦਿੱਤਾ, ਇਹ ਵੀ ਬਹੁਤ ਐਫਰਟ ਕਰਦੇ ਆ, ਬੜੀ ਦੂਰੋਂ ਆਏ ਆ, ਪਰ ਫਿਰ ਵੀ ਮੈਂ ਸਮਝਦਾ ਪਰਦੇਸੀ ਟੀ ਵੀ ਦੇ ਜਿਹੜੇ ਬੋਲ ਜਿਹੜੇ ਇਹਨਾਂ ਨੇ ਗੱਲ ਕੀਤੀ ਆ ਉਹਨਾਂ ਨੂੰ ਜਿਹੜਾ ਤੁਸੀਂ ਅਰਦਾਸ ਬੇਨਤੀ ਕੀਤੀ ਆ ਵੀ ਇਹ ਜਿਹੜੇ ਐਮੀ ਵਿਰਕ ਦੇ ਨਾਲ ਤੁਸੀਂ ਇਹਨਾਂ ਨੂੰ ਦੱਸਿਆ ਵੀ ਉਹਨਾਂ ਦੇ ਗੀਤਾਂ ਦਾ ਨਾਲ ਜਿਹੜਾ ਇਹਨਾਂ ਜੁੜਦਾ ਆ, ਮੈਂ ਸਮਝਦਾ ਇਹਦੇ ਲਈ ਇੱਕ ਬਹੁਤ ਵੱਡੀ ਅਚੀਵਮੈਂਟ ਆ। ਜਿਹੜਾ ਪਰਦੇਸੀ ਟੀ ਵੀ ਦੇ ਮੰਚ ਤੋਂ ਇੱਕ ਹੋਸਟ ਨੇ ਇਹ ਗੱਲ ਕਹੀ ਆ ਇਹਨਾਂ ਦੇ ਬੋਲਾਂ ਦੀ, ਜੇ ਇਹਨਾਂ ਨੂੰ ਲੜ ਬਣੂਗਾ ਅਤੇ ਮੈਂ ਸਮਝਦਾ ਆਉਣ ਵਾਲੇ ਸਮੇਂ 'ਚ ਵਧੀਆ ਮੁਕਾਮ 'ਤੇ ਵਧੀਆ ਬੁਲੰਦੀਆਂ 'ਤੇ ਪਹੁੰਚੂਗਾ। ਦੂਸਰੀ ਰਹੀ ਉਸਤਾਦ ਦੀ ਗੱਲ, ਉਸਤਾਦ ਵੀ ਲਾਈਫ ਦੇ ਵਿੱਚ ਜੇ ਚੰਗਾ ਮਿਲ ਜੇ, ਸਹੀ ਰਾਹਕਾਰ ਮਿਲ ਜੇ, ਸਹੀ ਫਨਕਾਰ ਮਿਲ ਜੇ, ਸਹੀ ਸੁਰਾਂ ਦਾ ਜਾਣੂ ਮਿਲ ਜਾਵੇ ਤਾਂ ਲਾਈਫ ਬੰਦੇ ਦੀ ਚੇਂਜ ਹੋ ਜਾਂਦੀ ਆ। ਜੇ ਉਸਤਾਦ ਹੀ ਆਪਣੇ ਪਿੱਛੇ ਕੋਰਸ 'ਤੇ ਰੱਖਣਾ ਚਾਹੇ ਤਾਂ ਫਿਰ ਮੈਂ ਸਮਝਦਾ ਵੀ ਉਸਤਾਦ ਦੀ ਉਹ ਗੱਲ ਨਹੀਂ ਹੈ, ਕਲਾਕਾਰ ਨੂੰ ਵੀ ਇਹ ਜੱਜ ਕਰ ਲੈਣਾ ਚਾਹੀਦਾ ਵੀ ਇਹ ਮੈਨੂੰ ਕੋਰਸ 'ਤੇ ਰੱਖਣ ਵਾਲਾ ਆ, ਇਹ ਮੈਨੂੰ ਅੱਗੇ ਨਹੀਂ ਆਉਣ ਦਿੰਦਾ। ਜਿਵੇਂ ਅਸੀਂ ਤੁਹਾਡੇ ਕੋਲ ਭੇਜੀ ਆ ਆਪਾਂ ਅੱਜ ਤੁਹਾਨੂੰ ਕਲਾਕਾਰਾਂ ਦੀਆਂ ਭੇਜੀਆਂ, ਮੈਂ ਉਹਦੇ ਵਿੱਚ ਬਹੁਤੇ ਕਲਾਕਾਰ ਜਿਹੜੇ ਆ ਉਹ ਨਵੇਂ ਆ। ਜਿਵੇਂ ਤੁਸੀਂ ਲਾਸਟ ਟਾਈਮ ਗੱਲ ਕੀਤੀ ਸੀ ਵੀ ਇਸ ਵਾਰ ਪਰਦੇਸੀ ਟੀ ਵੀ ਦੇ ਮੰਚ 'ਤੇ ਉਹੀ ਬੰਦੇ ਲਿਆਉਣੇ ਆ ਜਿਹੜੇ ਆਪਣੇ ਸਿਸਟਮੈਟਿਕਲੀ ਆਉਣਗੇ, ਅਤੇ ਅੱਜ ਇਹ ਬੰਦੇ ਨੂੰ ਅਸੀਂ ਲਿਆਂਦਾ ਆ, ਮਤਲਬ ਇਹਨੂੰ ਦੱਸਿਆ ਫਿਰ ਰਾਜੇ ਵੀ ਤੁਹਾਡਾ ਇਹ ਜਿਹੜਾ ਮੁਕਾਮ ਆ ਇਹ ਤੁਹਾਨੂੰ ਅਸੀਂ ਪ੍ਰੋਵਾਈਡ ਕਰਦੇ ਹਾਂ, ਆਉਣ ਵਾਲੇ ਸਮੇਂ 'ਚ ਜਦੋਂ ਤੁਸੀਂ ਮਤਲਬ ਕਿਸੇ ਵਧੀਆ ਮੁਕਾਮ 'ਤੇ ਪਹੁੰਚ ਗਏ ਉਦੋਂ ਤੱਕ ਜਿਹੜਾ ਪਰਦੇਸੀ ਟੀ ਵੀ ਦਾ ਇਹ ਪ੍ਰੋਗਰਾਮ ਪੇਡ ਹੋ ਜਾਣਾ, ਅਤੇ ਮੁੜ ਕੇ ਫਿਰ ਅਸੀਂ ਫਿਰ ਪਰਦੇਸੀ ਟੀ ਵੀ ਵਾਲਿਆਂ ਨੂੰ ਬੇਨਤੀ ਕਰਾਂਗੇ ਵੀ ਸਾਡਾ ਇਹ ਕਰਾ ਦਿਓ। ਕੋਸ਼ਿਸ਼ ਇਹ ਆ ਤਵਨਜੀ ਭਾਅ ਜੀ, ਤੁਸੀਂ ਸਾਡੇ ਪਰਦੇਸੀ ਟੀ ਵੀ ਦੇ ਮੰਚ 'ਤੇ ਆਏ, ਆ ਕੇ ਤੁਸੀਂ ਆਪਣੇ ਬੋਲਾਂ ਨਾਲ ਜਿਹੜਾ ਪਰਦੇਸੀ ਟੀ ਵੀ ਨਾਲ ਆਨੰਦਿਤ ਕੀਤਾ ਅਤੇ ਆਪਣੇ ਬੋਲ ਸਾਂਝੇ ਕੀਤੇ, ਅਤੇ ਆਪਣੇ ਸਾਡੇ ਪਰਦੇਸੀ ਟੀ ਵੀ ਦੇ ਹੋਸਟ ਸਰਦਾਰ ਬਿਕਰਮਜੀਤ ਸਿੰਘ ਕਲੇਅਰ ਹੋਰਾਂ ਨੇ ਤੁਹਾਡੇ ਬੜੀ ਤੁਲਨਾ ਕੀਤੀ ਆ। ਮੈਂ ਸਮਝਦਾ ਵੀ ਸਾਡੇ ਪਰਦੇਸੀ ਟੀ ਵੀ ਦੀ ਪੂਰੀ ਟੀਮ ਵੱਲੋਂ ਸਾਡੀਆਂ ਸ਼ੁਭਕਾਮਨਾਵਾਂ ਵੀ ਤੁਸੀਂ ਵਧੀਆ ਗੀਤ ਗਾਓ, ਸਮਾਜ ਦੇ ਵਿੱਚ ਆਉਣ ਵਾਲੇ ਗੀਤ ਗਾਓ, ਸਮਾਜ ਦੀਆਂ ਤਰੁੱਟੀਆਂ ਜਿਹੜੀਆਂ ਸਮਾਜ ਦੇ ਵਿੱਚ ਕਿਸੇ ਤਰ੍ਹਾਂ ਦੀਆਂ ਕਮੀਆਂ ਉਹਨੂੰ ਉਜਾਗਰ ਕਰਨ ਵਾਲੇ ਗੀਤ ਗਾਓ, ਅਤੇ ਨਾਲ ਦੀ ਨਾਲ ਜਿਹੜਾ ਅਸੀਂ ਪਰਿਵਾਰ ਦੇ ਵਿੱਚ ਪੀਆਂ ਭੈਣਾਂ 'ਚ ਕਰਕੇ ਉਹ ਗੁਣ ਕੇ ਕੋਸ਼ਿਸ਼ ਕਰਾਂ ਵੀ ਅਸੀਂ ਇਹ ਜਿਹੜੀ ਤੁਸੀਂ ਇਹਨਾਂ ਚੀਜ਼ਾਂ 'ਤੇ ਆਓ ਪੂਰਾ ਉਤਰੋ, ਅਤੇ ਪਰਦੇਸੀ ਟੀ ਵੀ ਦੇ ਮੰਚ 'ਤੇ ਆਪਾਂ ਫਿਰ ਤੁਹਾਨੂੰ ਵਧੀਆ ਤਰੀਕੇ ਨਾਲ ਵਧੀਆ ਨਾਮਵਾਰ ਕਲਾਕਾਰਾਂ ਦੀ ਗਿਣਤੀ 'ਚ ਲਿਆ ਕੇ ਤੁਹਾਨੂੰ ਪੇਸ਼ ਕਰੀਏ। ਮੈਂ ਸਮਝਦਾ ਤੇਰਾ ਬਹੁਤ ਵਧੀਆ, ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਜੀ। ਜੀ ਵਿਕਰਮ ਜੀ ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਚੀਮਾ ਸਾਹਿਬ ਤੁਹਾਡਾ ਵੀ, ਕਿਉਂਕਿ ਸਮਾਂ ਬਿਲਕੁਲ ਸਮਾਪਤ ਹੈ ਜੀ, ਮੇਰੇ ਕੋਲ ਇੱਕ ਵੀ ਮਿੰਟ ਨਹੀਂ, ਕਿਉਂਕਿ ਸਮੇਂ ਦੀ ਲਿਮਿਟ ਵਿੱਚ ਰਹਿਣਾ ਹੀ ਇੱਕ ਪ੍ਰੋਗਰਾਮ ਦੀ ਅਹਿਮੀਅਤ ਹੁੰਦੀ ਹੈਗੀ। ਅਗਰ ਅਸੀਂ ਸਮੇਂ ਦੀ ਪਹਿਚਾਣ ਨਹੀਂ ਕਰਾਂਗੇ, ਸਮੇਂ ਦੀ ਕਦਰ ਨਹੀਂ ਕਰਾਂਗੇ ਤਾਂ ਫਿਰ ਸਮਾਂ ਸਾਨੂੰ ਪਿੱਛੇ ਛੱਡ ਦੇਵੇਗਾ। ਅਜਨੋਹਾ ਸਾਹਿਬ, ਚੀਮਾ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਕੱਢਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਗਲੇ ਵੀਕ ਤੱਕ ਇੱਕ ਵਾਰ ਫਿਰ ਤੁਹਾਤੋਂ ਇਜਾਜ਼ਤ ਲਵਾਂਗੇ ਜੀ, ਤੁਹਾਡਾ ਧੰਨਵਾਦ ਜੀ। ਇਹ ਸਨ ਸਾਡੇ ਪੰਜਾਬ ਤੋਂ ਸਾਡੇ ਮਹਿਮਾਨ ਅਮਨ ਚੀਮਾ ਜੀ, ਅਤੇ ਨਾਲ ਦੀ ਨਾਲ ਦਲਜੀਤ ਸਿੰਘ ਅਜਨੋਹਾ, ਉਹਨਾਂ ਦਾ ਸਾਥ ਦੇ ਰਿਹਾ ਸੀ, ਅਸੀਂ ਗੱਲਬਾਤ ਕੀਤੀ ਹੈ। ਪ੍ਰੋਗਰਾਮ ਦਾ ਸਮਾਂ ਬਿਲਕੁਲ ਸਮਾਪਤ ਹੈ ਜੀ, ਗੱਲਬਾਤ ਕਰਦੇ ਹਾਂ ਕਿਸੇ ਵੀ ਦਿਲ ਨੂੰ ਠੇਸ ਪਹੁੰਚ ਗਏ, ਦੋਨੋਂ ਹੱਥ ਜੋੜ ਕੇ ਮਾਫ਼ੀ ਚਾਹਾਂਗੇ। ਅਗਰ ਕੋਈ ਵੀ ਵਿਚਾਰ ਪ੍ਰੋਗਰਾਮ ਸੰਬੰਧੀ ਤੁਸੀਂ ਕਾਲ ਕਰ ਸਕਦੇ ਹੋ ਜੀ 647-9313-13, ਜਾਂ ਫਿਰ ਮੇਰੇ ਨਾਲ ਗੱਲਬਾਤ ਕਰਨ ਦੇ ਲਈ 416-984-13-13 ਦਿਓ ਜੀ ਇਜਾਜ਼ਤ। ਅਗਲੇ ਹਫ਼ਤੇ ਤੱਕ ਮੇਰੇ ਵੱਲੋਂ ਦੋਨਾਂ ਜੋੜ ਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ।